ਦੀ ਹੱਕਦਾਰ ਹੈ। ਸਮੁੱਚਾ ਨਗਰ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਰਲ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰਕੇ ਇਸ ਸਲਾਨਾ ਦੰਗਲ ਨੂੰ ਸਾਲ ਦਰ ਸਾਲ 169ਵੇਂ ਸਾਲ ਤੱਕ ਲੈ ਆਂਦਾ। ਸੋ ਇਸ ਲਈ ਸਮੁੱਚਾ ਨਗਰ ਇਸ ਗੱਲ ਲਈ ਵਧਾਈ ਦਾ ਹੱਕਦਾਰ ਹੈ। ਇੱਕ ਬਹੁਤ ਵੱਡੀ ਗੱਲ ਹੈ ਕਿ ਚਿਰ ਤੋਂ ਆਪਣੀ ਇਹ ਜਿਹੜੀ ਦਿਲ ਦੀ ਰੀਸ ਸੀ ਕਿ ਇੱਥੇ ਵੱਡਾ ਸਟੇਡੀਅਮ ਬਣੇ, ਕੱਲ ਹੀ ਇਸ ਸਟੇਡੀਅਮ ਦਾ ਉਦਘਾਟਨ ਕੀਤਾ। 3-4 ਮਹੀਨਿਆਂ ਦੇ ਵਿੱਚ ਇਹ ਬਹੁਤ ਵਿਸ਼ਾਲ ਬਹੁਤ ਵੱਡਾ ਸਟੇਡੀਅਮ ਬਿਲਕੁਲ ਤਿਆਰ। 10,000 ਜਿਹੜੇ ਸਾਡੀ ਬੇਟੀਆਂ ਨੇ ਕੁਸ਼ਤੀ ਲੜਨੀ ਆ ਹੁਣ ਹੀ, 10,000 ਕਿਹਦੇ ਵੱਲੋਂ? ਸਤਵਿੰਦਰ ਸਿੰਘ ਜੀ ਢੇਸੀ, ਕਰਨ ਸਿੰਘ ਜੀ ਲੰਬੜਦਾਰ ਦੇ ਪਰਿਵਾਰ ਵੱਲੋਂ, ਤੀਰ ਸਿੰਘ ਜੀ ਢੇਸੀ ਦੇ ਪਰਿਵਾਰ ਵੱਲੋਂ 10,000 ਦੀ ਕੁਸ਼ਤੀ ਕਰਾਉਣੀ ਸੀ। ਬੇਟੀਆਂ ਸਾਡੀਆਂ ਆ ਛੋਟੀਆਂ, ਜਿਹੜਾ ਉਹਨਾਂ ਦੇ ਵਿੱਚ ਜਿੱਤੂਗਾ 60-40 ਦੇ ਫਾਰਮੂਲੇ ਨਾਲ, ਮੇਰੇ ਕੋਲ 10,000 ਰੁਪਈਆ ਪਹੁੰਚ ਗਿਆ ਆ। ਡਾਕਟਰ ਜੀ, ਅਸੀਂ ਇਹਨਾਂ ਦੀ ਕੁਸ਼ਤੀ ਕਰਾਉਣ ਜਾ ਰਹੇ ਹਾਂ, ਸਾਡੇ ਕੋਲ ਬੇਟੀਆਂ ਆਈਆਂ ਆ ਛੋਟੀਆਂ, ਇਹਨਾਂ ਦੇ ਪਰਿਵਾਰ ਵਾਸਤੇ ਸਾਡੇ ਲੰਬੜਦਾਰ ਜੀ ਪਰਿਵਾਰ ਜਿਹੜੇ ਆ ਸਾਡੇ ਕੋਲ, ਢੇਸੀ ਪਰਿਵਾਰ ਵਾਲ ਲੰਬੜਦਾਰ ਜੀ, ਤੀਰ ਸਿੰਘ ਜੀ ਢੇਸੀ ਕੈਨੇਡੀਅਨ ਨਿਵਾਸੀ, ਜਸਵਿੰਦਰ ਸਿੰਘ ਜੀ, ਕਰਮ ਸਿੰਘ ਜੀ ਲੰਬੜਦਾਰ ਸਾਹਿਬ, ਉਹਨਾਂ ਦੇ ਪਰਿਵਾਰ ਵੱਲੋਂ 10,000 ਰੁਪਈਆ ਪੁੱਜਿਆ ਆ। ਅਤੇ ਜਿਹੜੀਆਂ ਬੇਟੀਆਂ ਆ ਕੁੜੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ, ਹੋ ਸਕਦਾ ਡਾਕਟਰ ਜੀ ਆਉਣ ਵਾਲੇ ਸਮੇਂ 'ਚ ਆਪਾਂ 2 ਛਿੰਝਾਂ ਪੁਆਈਏ, ਇੱਕ ਵੁਮੈਨ ਇੱਕ ਮੇਲ। ਓਕੇ ਸਰ ਜੀ, ਥੈਂਕ ਯੂ। ਅੱਜ 20 ਸਤੰਬਰ 1920 ਦਿਨ ਸ਼ੁੱਕਰਵਾਰ। ਹੈਲੋ, ਹੈਲੋ ਡਾਕਟਰ ਜੀ, ਜਿਹੜੀ ਸਾਡੀ ਕੋਲ ਬੇਟੀ ਆਈ ਹੈ ਨਾ ਕੁਸ਼ਤੀ ਲੜਨ, ਪ੍ਰੀਤ, ਡਬਲ ਐਮਏ ਆ, ਧੰਨਵਾਦ, ਤਾੜੀਆਂ ਲਾ ਦਿਓ। ਡਬਲ ਐਮਏ ਕੁੜੀ ਜਿਹੜੀ ਇਸ ਵੇਲੇ ਰੂਪੋਵਾਲ ਦੀ ਛਿੰਝ ਦੇ ਵਿੱਚ ਇਸ ਵੇਲੇ ਆਈ ਆ, ਅਸੀਂ ਜੀਆਂ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਸਾਡੇ ਬੇਟੀਆਂ 'ਤੇ ਸਾਨੂੰ ਫਕਰ, ਵੂਮੈਨ ਪਾਵਰ 'ਤੇ ਸਾਨੂੰ ਫਕਰ ਆ, ਧੰਨਵਾਦ ਕਰਦੇ ਹਾਂ। ਅੱਜ ਅਸੀਂ 10,000 ਦੀ ਕੁਸ਼ਤੀ ਕਰਾ ਰਹੇ ਹਾਂ, ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹੀ ਸਾਡੀਆਂ ਬੇਟੀਆਂ ਲੱਖ ਲੱਖ ਦੀਆਂ ਕੁਸ਼ਤੀਆਂ ਲੜਨਗੀਆਂ। ਜੀਆਂ ਆ, ਧੰਨਵਾਦ, ਬਹੁਤ ਬਹੁਤ। ਹਾਂਜੀ ਡਾਕਟਰ ਜੀ, ਇੱਕ ਬੇਨਤੀ ਆ ਵੀ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਵੀ ਸਾਊਂਡ ਸੈੱਟ ਕਰ ਲੈ। ਮੈਂ ਬੇਨਤੀ ਕਰ ਦਿੰਦਾ ਸਾਰੇ ਸਾਊਂਡ ਵਾਲੇ ਵੀਰ ਨੂੰ ਵੀ ਸਾਰੇ ਮਾਈਕਾਂ ਦੀ ਜਿਹੜੀ ਸਾਊਂਡ ਹੈ ਬਿਲਕੁਲ ਸੈੱਟ ਕਰ ਦੇ। ਗਦੀਪ ਸਿੰਘ ਲੰਬੜਦਾਰ ਦੀ ਵਪਾਰੀ ਕਰ ਰਹੇ ਆ, ਇਹ ਚੰਨਾ ਸਦੀਤ ਲੱਲੀਆਂ ਵਰਸ ਅਜੇ ਪਾਲ ਆਲਮਗੀਰ, ਇੱਕ ਮੇਰੇ ਸੱਜੇ ਹੱਥ ਕੁਸ਼ਤੀ ਹੋ ਰਹੀ ਆ ਮਾਸਟਰ ਜੀ, ਇਹ ਹੈ ਮਨਜੀਤ ਹੁਸ਼ਿਆਰਪੁਰ ਵਰਸ ਖੰਨਾ ਸ਼ਿਵਬਾੜੀ ਫਗਵਾੜਾ। ਹਾਂਜੀ, ਮਨਜੀਤ ਹੁਸ਼ਿਆਰਪੁਰ ਤੇ ਖੰਨਾ ਸ਼ਿਵਬਾੜੀ ਦੇ ਦਰਮਿਆਨ ਜਿਹੜੀ ਕੁਸ਼ਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ, ਸਾਡੇ ਡਾਕਟਰ ਸੁਖਦੇਵ ਸ਼ਰਮਾ ਜੀ ਜਿਹੜੇ ਮਾਈਕ ਦੇ ਬਹੁਤ ਅੱਛੇ ਬੁਲਾਰੇ ਨੇ, ਇਸ ਨਗਰ ਦੀ ਵੱਡੀ ਪਿਆਰੀ ਸ਼ਖਸੀਅਤ ਹੈ। ਇੱਕ ਬੱਚੀਆਂ ਦੀ ਕੁਸ਼ਤੀ ਚੱਲਦੀ ਹੈ ਕੋਮਲ ਲਕੋਦਰ ਤੇ ਪ੍ਰੀਤ ਲਿੱਦੜ ਦੇ ਦਰਮਿਆਨ, ਜਿਹੜੀ 10,000 ਦੀ ਕੁਸ਼ਤੀ ਚੱਲਦੀ ਇਹਨਾਂ ਬੱਚੀਆਂ ਦੇ ਦਰਮਿਆਨ। ਬਾਕੀ ਦੀਆਂ ਪਰਚੀਆਂ ਨਾਲ ਦੀ ਨਾਲ ਮੇਰੇ ਵੀ ਲੈ ਹੀ ਆਓ, ਆਪਾਂ ਮੱਲਾਂ ਨੂੰ ਸੱਦਾ ਪੱਤਰ ਦੇਈ ਜਾਈਏ ਤੇ ਕੁਸ਼ਤੀਆਂ ਦੇ ਨਾਲ ਜੁੜੀਏ, ਵਰਤਮਾਨ ਦੇ ਨਾਲ ਜੁੜੀਏ। ਬੜੇ ਟੌਪ ਦੀਆਂ ਕੁਸ਼ਤੀਆਂ ਜਿਹੜੀਆਂ ਚੱਲਦੀਆਂ ਹੋਈਆਂ ਇਲਾਕੇ ਭਰ ਤੋਂ ਜਿੰਨੇ ਵੀ ਚਿਹਰੇ ਜੁੜਦੇ ਜਾ ਰਹੇ, ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਆਖੀਏ। ਦੁਆਬੇ ਦਾ ਵੱਡਾ ਨਗਰ, ਅੱਜ ਦੁਆਬੇ ਦਾ ਵੱਡਾ ਮਾਣ। ਸਾਡੇ ਕੋਲ ਬਾਬਾ ਗੁਰਦਿਆਲ ਜੀ ਪਹੁੰਚੇ ਆ, ਬਾਬਾ ਗੁਰਦਿਆਲ ਜੀ ਧੰਨਵਾਦ ਕਰਦੇ ਹਾਂ। ਐਨਫੀਲਡ ਮੋਟਰਸਾਈਕਲ ਜਿਨ੍ਹਾਂ ਨੇ ਦਿੱਤਾ ਬੈਲਜੀਅਮ ਵਾਲੇ, ਉਹਨਾਂ ਦਾ ਵੀ ਕਰਦੇ ਹਾਂ ਬਾਬਾ ਗੁਰਦਿਆਲ ਜੀ। ਇਸ ਤੋਂ ਇਲਾਵਾ ਅਗਲੇ ਸਾਲ ਵਾਸਤੇ ਸਾਡੇ ਕੋਲ ਲਗਭਗ ਸਾਰੀਆਂ 5 ਕੁਸ਼ਤੀਆਂ ਰਿਜ਼ਰਵ ਹੋ ਗਈਆਂ ਆ, ਉਹਨਾਂ ਵਿੱਚ ਮਹਿੰਦਰ ਸਿੰਘ ਜੀ ਸਰਾਣਾ ਸਾਹਿਬ ਅਤੇ 2021 ਦੇ ਵਿੱਚ ਸਤਨਾਮ ਸਿੰਘ ਜੀ ਸਰਾਣਾ ਸਾਹਿਬ ਕਿੰਦਾ ਅਤੇ ਜੱਸਾ, ਅਤੇ ਅੱਜ ਦੀ ਜਿਹੜੀ ਕੁਸ਼ਤੀ ਦਾ ਪਟਕਾ ਡਾਕਟਰ ਜੀ, ਸਾਡੇ ਕੋਲ ਮਨਜੀਤ ਸਿੰਘ ਜੀ ਢੇਸੀ ਸਾਹਿਬ ਬੈਠੇ ਆ, ਅੱਜ ਦੀ ਦਾ ਪਟਕੇ ਦਾ ਕੁਸ਼ਤੀ ਇਹਨਾਂ ਦੇ ਨਾਂ ਤੇ ਆਲਟੋ ਗੱਡੀ ਦੇਵਾਂਗੇ। ਦੂਸਰੇ ਨੰਬਰ ਤੇ ਬਾਬਾ ਬੈਲਜੀਅਮ ਤੋਂ ਜੀ, ਜੀ ਹੈਲੋ, ਜਿੱਥੇ ਅੱਜ ਦਾ ਇਹ ਅਲਟੋ ਕਾਰ ਦਾ ਵੱਡਾ ਸਨਮਾਨ ਗੁਰਪ੍ਰੀਤ ਸਿੰਘ ਜੀ ਢੇਸੀ ਸਨ, ਮਨਜੀਤ ਸਿੰਘ ਜੀ ਢੇਸੀ ਅਲਟੋ ਕਾਰ ਹੈ, ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ, ਬਲਿਆਰ ਰਾਮ ਜੀ ਸਨ, ਸਵਰਨਾ ਰਾਮ ਜੀ ਉਹਨਾਂ ਦੇ ਵੱਲੋਂ ਬੁਲਟ ਮੋਟਰਸਾਈਕਲ ਹੈ, ਚਰਨਜੀਤ ਪਾਂਗਲੀਆ ਜੀ ਵੱਲੋਂ ਚੱਕ ਹਾਜੀਪੁਰ ਹੁਸ਼ਿਆਰਪੁਰ ਵਾਲਿਆਂ ਦੇ ਵੱਲੋਂ ਇੱਕ ਮੋਟਰਸਾਈਕਲ ਹੈ, ਔਰ ਹੈਰੀ ਸਨ, ਅਮਨਦੀਪ ਸਿੰਘ ਸਨ, ਬਲਵਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ ਹੈ,
अज के दंगल वड्डा योगदान जिन्हां दे वल्लों दित्ता होया मैं बेनती हैलो बाकी दियां पर्चियां मेहरबानी करके पुछदियां करी जाओ साडे डाक्टर सुखदेव शर्मा जी नाल दी नाल पहल पत्र देणगे हर कली कली कुश्ती दे नाल हैलो साउंड वाले भीर नूं बेनती है भी भाजी तुहाडा माइक जिहड़ा कट मार रहा है बार बार बेनती चंगी नहीं लगती मेरे भी नोट कर लो भी जिहड़े साउंड वाले मेरे वीर है हाँ जी साढ़े डॉक्टर सुखदेव शर्मा जी भी कहते हैं भी साडा भी माइक जिहड़ा ऑफ चल रहा है बाकी दे जिन्ने भी माइक है वह भी मेरे भी नाल दी नाल सैट कर दिओ साढ़े मास्टर हरदीश जी ये भी इस नगर के बहुत अच्छे बुलारे ने कटारिया साहब लियाओ परची बोल दिए हाँ जी सूरज उपला वाला हाथ खड़ा करे भाई लाल रंग की कैज राजन लल्लिया आ कुश्ती जी शुरू कर दो हैलो नागरा साउंड असी बेनती कर देंगे थोड़े मैक दोने हैं जवाब दे गए नागरा साउंड प्लीज नोट इट नागरा साउंड हेलो हाँ जी राजन लल्लिया ते सूरज उपल भूपे के दरम्यान जिहड़ी कुश्ती शुरू हो चुकी है मल्लां नूं बेनती है भी कुश्ती दे नाल जुड़िए बड़े टॉप दी इधर प्रीत लेदड़ कुश्ती दी जेतू रही है साडी माणमतियां शख्शीतां जस्सा भोगल हेलो नागरा साउंड प्लीज नोट इट माइक जिहड़े चलदे ने साडे कोल साडे बच्चियां पहुंच गईआं आ इन्हां दे विच्चों बहुत वधिया कुश्ती होई आ प्रीत नकोदर विन द मैच प्रीत नकोदर कोमल कोदर प्रीत निंदल जीती आ धन्नवाद करते हैं बच्चिया का लो जी हाँ सठ चाली आ जाओ छे चार हाँ जी मनजीत सिंह की टिस्सी आ जाओ लो जी डॉक्टर जी साढ़े को बच्चिया जड़िया दोनों कुश्ती लड़ी आ उन्होंने रिजल्ट आ गया विनर कौन प्रीत निंदल बहुत डबल एम ए कुड़ी आ बहुत वधिया एजुकेशन दे नाल स्पोर्ट्स नूं भी लाइक करदी आ बेटी साडी असीं धन्नवाद करदे आ आ जाओ आपां पहलां प्राइज दे दईए साडे बच्चियां 60-40 दी रेशो नाल 10,000 दी कुश्ती सीगी प्रीत लिदड़ नूं अपने सरपंच साहब दिओ 6,000 रुपया इहनां दे विच्चों दे दिओ हां जी कल दे तवियां दे मुकाबले लई तन्ना गरेवाल गोलू गरेवाल जिन्हां दा प्राइज तन अवतार सिंह जी इन्हां दोनों वीरां दे वल्लों उते सरदारा सिंह जी गरेवाल वल्लों बाकी दे सारे प्राइज ने जिहड़े ट्रैक्टरां दे तवियां दे मुकाबलियां दे होणगे कल नूं बड़ा धन्नवाद करदे बेटा असीं इही आस रखदे हां कि साडे बेटियां दी सम्मान साडियां बेटियां जिहड़ियां साडे नगर विच आ जाईआं असीं चाहुंदे हां कि अगले साल तो इन्हां वास्ते भी कोई स्पैशल नाम रखांगे असीं जिहड़े साडे एरिया दे विच साडियां बेटियां जिहड़ियां साडे वूमन पावर आ उन्हां दी भी स्पैशल कुश्ती करावांगे अज बहुत वधिया कुश्ती होई आ जिहदे विच 10,000 रुपया इन्हां नूं दित्ती आ धन्नवाद बेटियां साडियां दा लो जी अज आनंद माणो अदरस कुर्सी थोड़े सामने चल रही आ डॉक्टर सुखदेव जी भाई बेनती है जिहड़ी मेरे वीर ने किसी ने भी कोई माया देनी इलाके हां जी लो जी एक होर इनविटेशन साडे इस छंज दे पटका विनर साडा हरविंदर जी आलमगीर किसे समय तो आल्टो गड्डी लेके गए सी अज असी किसे चलो बाबा बसाऊ जी कृपा नहीं कह सकते किसे तरह भी उन्होंने एक ऐसी अटैक आया जिहदे नाल ओह बीमार हो गए अज असी उस पहलवान वीर नूं सन्मानित कर जा रहे हैं साडिया महान साडे एनआरआई वीर हरविंदर आलमगीर नूं असी भी सन्मानित करांगे अज क्योंकि जिहड़ी इह ट्रैजेडी आ किसे नाल भी हो सकदी आ इस करके असी अज इस पहलवान वीर दा भी मान सत्कार करांगे हरविंदर आलमगीर वह भी अज इस नगर दे विच अपने चरण पाउणगे असी उन्हां नूं भी जी आया आखांगे कि उन्हां दा सन्मानित करनगे साडे अकबर जी अते उन्हां दे डैडी मनजीत सिंह जी ढेसी साहब हरविंदर आलमगीर का असी सन्मान करांगे वह भी होर चंद मिनटां दे विच साडे स्टे इत्थे नगर दे विच पहुंच रहे आ लो जी अभी
दर्शक वीरां दे जानकारी लई दसण जा रहे हां सूरज सिंह, सूरज सिंह पहलवान डॉक्टर जी साडे कोल पहुंचे निक्का जिहा पहलवान पचंगी ओके सर जी असीं पहलवान नगर दे विच जिहड़ी 2006 च कार दित्ती गई सी ਉਹ ਵੀ ਸਰਦਾਰ ਬੰਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਔਰ ਉਹ ਕਾਰ ਹਰਵਿੰਦਰ ਨੇ ਪਰਮਿੰਦਰ ਨੂੰ ਸ਼ਰੀਰ ਉਠਾ ਕੇ ਕਾਰ ਜਿੱਤੀ ਸੀ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਪਰਿਵਾਰ ਨੇ ਇੱਥੇ ਉਹਨਾਂ ਦਾ ਸਨਮਾਨ ਕਰਨ ਲਈ ਬੁਲਾਇਆ ਹਰਵਿੰਦਰ ਜੀ ਆਲਮਗੀਰ ਉਸ ਸਾਲ ਰਿਕਾਰਡ ਤੋੜਿਆ ਉਹਨਾਂ ਨੇ 2006 ਦੇ ਵਿੱਚ ਜਦੋਂ ਕਿ ਉਹਨਾਂ ਨੇ ਸਿਰਫ 3.5 ਮਿੰਟ 'ਚ ਪਰਮਿੰਦਰ ਡੋਮਸ਼ਰੀ ਨੂੰ ਢਾਇਆ ਸੀ ਮੈਂ ਦਰਸ਼ਕ ਵੀਰਾਂ ਦੀ ਜਾਣਕਾਰੀ ਦੱਸ ਰਿਹਾ ਜੇ ਮੈਨੂੰ ਚੇਤਾ ਨਾ ਭੁੱਲਦਾ ਹੋਵੇ 2006 ਦੀ ਗੱਲ ਆ ਉਹ ਤੋਂ ਬਾਅਦ ਪਰਮਾਤਮਾ ਨੇ ਕੁਦਰਤੀ ਉਹਨਾਂ ਨੂੰ ਇਹੋ ਜਿਹਾ ਕੋਈ ਵਧਾ ਅਤੇ ਉਹ ਹੁਣ ਤੱਕ ਵੀ ਕਾਇਮ ਆ ਅੱਜ ਇਸ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਯਾਦ ਕੀਤਾ ਹਰਵਿੰਦਰ ਆਲਮਗੀਰ ਦਾ ਸਨਮਾਨ ਕਰਕੇ ਬਹੁਤ ਬਹੁਤ ਮਿਹਰਬਾਨੀ ਹੈਲੋ ਬੇਨਤੀ ਹੈ ਆਹ ਸਾਹਮਣੇ ਜਿਹੜਾ ਸਿੱਖ ਸਰਦਾਰ ਗੱਭਰੂ ਲਲੀਆਂ ਵਾਲਾ ਕੁਸ਼ਤੀ ਲੜਦਾ ਹੈ ਇਹਦੇ ਨਾਲ ਅਜੇ ਮੇਰਾ ਵੀਰ ਲੜ ਰਿਹਾ ਜਸਪਾਲ ਸਾਡੇ ਬਿੱਟੂ ਜਸਪਾਲ ਬਾਂਗਰਾਂ ਵਾਲੇ ਜਿਹੜੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਨੇ ਹਾਂਜੀ ਬਲਦੇਵ ਅੰਮ੍ਰਿਤਸਰ ਵਿੱਚ ਆ ਜਾਵੇ ਅਤੇ ਲਖਵੀਰ ਲਲੀਆਂ ਇਹ ਮੱਲਾਂ ਨੂੰ ਬੇਨਤੀ ਹੈ ਵਿੱਚ ਆਉਣ ਅਖਾੜੇ ਦੀ ਅਗਲੀ ਕੁਸ਼ਤੀ ਦੇ ਲਈ ਉਹ ਮੈਕ ਚਲਾ ਯਾਰ ਨਾਗਰਾ ਸਾਊਂਡ ਪਲੀਜ਼ ਨੋਟ ਇਟ ਹੈਲੋ ਸਨਮਾਨ ਕਰੋ ਜੀ ਕਮੇਟੀ ਆਈ ਹੈ ਸਾਡੇ ਕੋਲ ਕੋਟ ਬਾਦਲ ਖਾਨ ਜੀ ਆ ਕੇ ਧੰਨਵਾਦ ਕਰਦੇ ਹਾਂ ਕਮੇਟੀ ਸਾਡੇ ਕੋਲ ਪਹੁੰਚੀ ਹੈ ਕੋਟ ਬਾਦਲ ਖਾਨ ਤੋਂ ਸਾਡੇ ਰਿਸਪੈਕਟ ਜਿੰਨੇ ਵੀ ਕਮੇਟੀ ਮੈਂਬਰ ਪਲੀਜ਼ ਨੇ ਸਟੇਜ ਦੇ ਲਾਗੇ ਰਹੋ ਕਿਉਂਕਿ ਆਪਾਂ ਸਨਮਾਨ ਵੀ ਕਰਨਾ ਸਾਡੇ ਕੋਲ ਕਮੇਟੀਜ਼ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ ਲਓ ਜੀ ਸਾਡੇ ਕੋਲ ਬਾੜੋਵਾਲ ਤੋਂ ਰਾਣਾ ਜੀ ਵੀ ਪਹੁੰਚ ਗਏ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਦਰਮਿਆਨ ਬਲਵਿੰਦਰ ਸਿੰਘ ਜੀ ਝੰਗੜ ਸਾਹਿਬ ਬਿੱਲੂ ਪਿੰਡਾਂ ਦੀ ਪਹੁੰਚੇ ਆ ਉਹਨਾਂ ਦਾ ਵੀ ਸਟੇਜ 'ਤੇ ਪਹੁੰਚਣ ਦੇ ਨਿੱਘਾ ਸਵਾਗਤ ਆ ਗੁਰਮੀਤ ਸਿੰਘ ਬਿੱਲਾ ਸਾਡੇ ਦਰਮਿਆਨ ਕੋਟ ਬਾਦਲ ਖਾਨ ਤੋਂ ਛਿੰਝ ਕਮੇਟੀ ਸਾਰੇ ਅਹੁਦੇਦਾਰ ਸ਼ਖਸੀਅਤਾਂ ਜੁੜੀਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਦੰਗਲ ਦੇ ਵਿੱਚ ਜਿੰਨੇ ਵੀ ਚਿਹਰੇ ਜੁੜਦੇ ਜਾ ਰਹੇ ਸਾਹਿਬ ਬਲਵਿੰਦਰ ਸਿੰਘ ਜੀ ਝੰਗੜ ਸਾਹਿਬ ਅਤੇ ਬਿੱਲੂ ਪੰਡਿਤ ਜੀ ਕੁਲਦੀਪ ਸਿੰਘ ਜੀ ਝੰਗੜ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਨੂੰ ਮਿਹਰਬਾਨੀ ਆ ਹਾਂਜੀ ਅਗਲੀ ਕੁਸ਼ਤੀ ਵਾਲੇ ਮੱਲ ਅਗਲੀ ਕੁਸ਼ਤੀ ਭਾਜੀ ਇੱਕ ਪਰਚੀ ਮੈਨੂੰ ਦਿਖਾਇਓ ਕਿਹਦੀ ਕਿਹਦੀ ਤੁਹਾਡੇ ਨਾਲ ਕੁਸ਼ਤੀ ਹੈ ਪਰਚੀ ਮੈਂ ਬੋਲ ਦਿੰਦਾ ਭਾਜੀ ਭੱਜ ਕੇ ਆ ਖਾਲਸਾ ਜੀ ਲਖਵੀਰ ਤੇਰੇ ਨਾਲ ਆ ਜਾ ਮੇਰੇ ਵੀਰ ਕੁਸ਼ਤੀ ਸ਼ੁਰੂ ਕਰਵਾ ਦਿਓ ਜੀ ਲਗਾਤਾਰ ਜਿਹੜੀਆਂ ਚਾਰ ਚਾਰ ਕੁਸ਼ਤੀਆਂ ਹੋਣਗੀਆਂ ਲੈ ਬਈ ਹੈਲੋ ਕਮਲ ਤਲੇ ਤਾਂ ਆ ਗਿਆ ਬਈ ਬਾਬਾ ਅੰਮ੍ਰਿਤਸਰ ਹੈਲੋ ਬਲਦੇਵ ਅੰਮ੍ਰਿਤਸਰ ਲਖਵੀਰ ਲਲੀਆਂ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਕਮਲ ਤਲੇ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਡੇ ਛਿੰਜ ਕਮੇਟੀ ਮੈਂਬਰ ਕਿ ਜਿਹੜਾ ਸਾਡਾ ਸਟੇਡੀਅਮ ਆ ਸਾਡੀ ਜਿਹੜੀ ਗਰਾਊਂਡ ਆ ਹੈਲੋ 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 ਨਾਗਰਾ ਸੁਣ ਪਲੀਜ਼ ਇਹਨੂੰ ਉੱਪਰ ਲੈ ਜਾਓ ਆਪਣੀ ਰੇਤ ਨਹੀਂ ਬਣਦੀ ਆ ਰਹੇ ਆ ਨਗਰ ਵਾਲਿਆਂ ਨੂੰ ਅੱਜ ਸਰਦਾਰ ਜਸਵੰਤ ਸਿੰਘ ਜੂਕੇ ਵਾਲਿਆਂ ਪਿੰਡ ਨਾਗਰੇ ਤੋਂ ਜਸਵੰਤ ਸਿੰਘ ਸਾਨੂੰ ਪਿਆਰਾ ਸਿੰਘ ਜੀ ਨਾਗਰਾ ਸਾਨੂੰ 11,000 ਰੁਪਇਆ ਦੇ ਗਏ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਿਰਫ ਸਟੇਡੀਅਮ ਵਾਸਤੇ ਮੈਂ ਹੋਰ ਵੀ ਦਾਨੀ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜਾ ਸਾਡਾ ਮਾਣ ਵਧਾਊਗਾ ਬਾਬਾ ਪਸਾਉ ਜੀ ਨੂੰ ਚਾਰ ਚੌਗਣਾ ਭਾਗ ਲਾਊਗਾ ਇਸ ਲਈ ਬੇਨਤੀ ਕਰਾਂਗੇ ਹੈਲੋ ਜੇ ਤੁਹਾਡੇ ਲਾਗੇ ਵਾਲਿਆਂ ਦੀ ਕਿਰਪਾ ਹੋ ਗਈ ਤਾਂ ਇੱਥੇ ਪੂਰੀਆਂ ਸਟੇਡੀਅਮ ਦਾ ਪੂਰਾ ਰੂਪ ਦਿੱਤਾ ਜਾਊਗਾ ਬਕਾਇਦਾ ਕੰਧ ਕਰਕੇ ਇੱਥੇ ਪੌੜੀਆਂ ਬਣ ਗਈਆਂ ਸਾਰੇ ਬਹਿਣ ਲਈ ਵਧੀਆ ਨਜ਼ਾਰਾ ਆਊਗਾ ਆ ਹਿੰਦਪਾਲ ਜੀ ਸਾਡੇ ਜੋ ਹਰੇਕ ਸਾਲ 30-35 ਸਾਲ ਤੋਂ ਆਪਣੇ ਬੈਜ ਉਹ ਜੋ ਬੈਨਰ ਭੇਜਦੇ ਆ ਬਣਾ ਕੇ ਜੋ ਸਾਨੂੰ ਸਟਿੱਕਰ ਭੇਜਦੇ ਆ ਜੋ ਵੀ ਇਹਨਾਂ ਦੀ ਇਹ ਸਾਡੀ ਸੇਵਾ ਕਰਦੇ ਆ ਇਹਨਾਂ ਨੂੰ ਜੀਆਂ ਨੂੰ ਹਿੰਦਪਾਲ ਸਿੰਘ ਜੀ ਭੋਗਲ ਸਾਹਿਬ ਲੁਧਿਆਣਾ ਵਾਲੇ ਬਹੁਤ ਬਹੁਤ ਧੰਨਵਾਦ ਹੈਲੋ ਡਾਕਟਰ ਜੀ ਆਹ ਲਾਈਵ ਫੋਨ ਚੱਲ ਰਿਹਾ ਕਿੰਦਾ ਜੀ ਕੈਨੇਡਾ ਤੋਂ
2021 की कार अनाउंस करवाई है, धन्यवाद करते हैं। सरपंच साहब के नाल संपर्क नहीं हो रहा, सरपंच साहब आ गए गल करो जी फोन से। 2021 की कार साढ़े सराणा परिवार वालों अनाउंस हुई है, हरजिंदर सिंह जी सराणा, सन ऑफ सतनाम सिंह जी सराणा, ऐसे उन्हों का धन्यवाद करते हैं। जिहड़ा अज कनेडा दे सौण का समा है इस वेले, वह भी जाके लाइव साड़ियां शहीद का आनंद माण रहे हैं। सारे कनेडा निवासियों का असं धन्यवाद करते हैं जिहड़े इस वेले अद्धी रात को भी साड़ी शहीद का आनंद माण रहे हैं। धन्यवाद कनेडा निवास। ਵਾਕਾ ਅੰਮ੍ਰਿਤਸਰ ਕਮਲ ਦਲੇਤਾ ਸਾਡੇ ਕੋਲ ਆ, 5100 ਦੀ ਕੁਸ਼ਤੀ ਆ, ਮੱਲ ਕਿੱਥੇ ਆ ਬਈ? ਹਾਂਜੀ, ਅਸੀਂ ਨਗਰ ਵਾਲੇ ਸਰਦਾਰ ਬੁੱਧ ਸਿੰਘ ਜੀ ਦਲੇਤਾ, ਬਹੁਤ ਵੱਡਾ ਅਖਾੜਾ ਚੱਲ ਰਿਹਾ ਇਹਨਾਂ ਦੇ ਨਾਂ 'ਤੇ। ਇਹ ਬੜੇ ਬੜੇ ਨਵੀਂ ਪਨੀਰੀ ਨੂੰ ਉਤਸ਼ਾਹਿਤ ਕਰਕੇ, ਐਪਰੀਸ਼ੀਏਟ ਕਰਕੇ ਵੱਡੇ ਵੱਡੇ ਭਲਵਾਨ ਪੈਦਾ ਕਰ ਰਹੇ ਆ ਅਖਾੜੇ 'ਚੋਂ। ਇੱਥੇ ਆਇਆ ਨੇ ਉਹਨਾਂ ਨੂੰ ਜੀ ਆਇਆਂ, ਬੁੱਧ ਸਿੰਘ ਜੀ ਦਲੇਤਾ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਉਚੇਚੇ ਤੌਰ 'ਤੇ ਟਾਈਮ ਕੱਢ ਕੇ ਪਹੁੰਚੇ ਆ। ਜੀ ਆਇਆਂ ਨੂੰ ਜੀ ਬਹੁਤ ਬਹੁਤ ਮਿਹਰਬਾਨੀ। ਆ ਸਾਹਮਣੇ ਚੱਲ ਵੀ ਕਮਲ ਵਿੱਚ ਵੀ ਬਾਨਾ ਅੰਮ੍ਰਿਤਸਰ ਕਿੱਥੇ ਆ? ਬਾਨਾ ਅੰਮ੍ਰਿਤਸਰ ਹੈਲੋ, 5100 ਦੀ ਕੁਸ਼ਤੀ ਆ, ਮੱਲ ਭੱਜ ਗਿਆ ਹੁਣ ਬਈ। ਹਾਂਜੀ ਡਾਕਟਰ ਸੁਖਦੇਵ ਸ਼ਰਮਾ ਜੀ, ਹੈਲੋ ਜੀ। ਹਾਂਜੀ, ਅਸੀਂ ਬੇਨਤੀ ਕਰਦੇ ਹਾਂ, ਜਿਹੜਾ ਸਟੇਜ ਦੇ ਸਾਹਮਣੇ ਸੱਜਣ ਖੜੇ ਆ, ਪਲੀਜ਼ ਸਟੇਜ ਦੇ ਉੱਤੇ ਅਸੀਂ ਕੁਰਸੀਆਂ ਲਾਈਆਂ ਆ, ਪਲੀਜ਼ ਉਹਦੇ ਉੱਤੇ ਬੈਠਣ ਸਾਰੇ ਜਿੰਨੇ ਵੀ ਦਰਸ਼ਕ ਜਿਹੜੇ ਖੜੇ ਆ ਸਟੇਜ ਦੇ ਸਾਹਮਣੇ ਮੇਰੇ ਕੋਲ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਉੱਤੇ ਅਸੀਂ ਬਹੁਤ ਵਧੀਆ ਅਸੀਂ ਅਰੇਂਜਮੈਂਟ ਕੀਤਾ ਆ, ਕੁਰਸੀਆਂ ਲਵਾਈਆਂ ਆ, ਉਹਦੇ ਉੱਤੇ ਆਪਣਾ ਜਾ ਕੇ ਬੈਠਣ। ਉੱਥੇ ਜਲ ਦਾ ਵੀ ਪ੍ਰਬੰਧ ਆ, ਠੰਡੇ ਦਾ ਵੀ ਪ੍ਰਬੰਧ ਆ, ਪਲੀਜ਼ ਸਟੇਜ ਦੇ ਉੱਤੇ ਜਾ ਕੇ ਬੈਠੋ। ਇਸ ਤਰ੍ਹਾਂ ਸਟੇਜ ਦੇ ਸਾਹਮਣੇ ਜਿਹੜਾ ਰੱਛ ਪਾਇਆ ਆ, ਇਸ ਤਰ੍ਹਾਂ ਠੀਕ ਨਹੀਂ, ਆਪਣਾ ਆਪਣਾ ਜਗ੍ਹਾ ਜਾ ਕੇ। ਲਓ ਜੀ ਮਾਸਟਰ ਜੀ, ਅਸੀਂ ਅੱਜ ਦੇ ਸ਼ੁਭ ਦਿਹਾੜੇ 'ਤੇ ਅੱਜ ਬੜਾ ਮਨ ਖੁਸ਼ ਆ, ਬੜਾ ਭਾਗਾਂ ਵਾਲਾ ਸਾਹ ਲਿਆ ਦਿਨ ਆ ਇਸ ਨਗਰ ਲਈ, ਇਲਾਕੇ ਲਈ, ਕਿ ਇਸ ਸਟੇਡੀਅਮ ਦਾ ਧੰਨ ਧੰਨ ਬਾਬਾ ਵਸਾਊ ਜੀ ਸਟੇਡੀਅਮ ਦਾ ਕੱਲ੍ਹ ਉਦਘਾਟਨ ਕੀਤਾ ਇਨਰ ਵੀਰਾਂ ਨੇ। ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਬੜੀਆਂ ਸਰਕਾਰਾਂ ਆਈਆਂ, ਬੜੀਆਂ ਗਈਆਂ, ਇਹ ਸਾਡੇ ਸੁਪਨੇ ਕਿਸੇ ਨੇ ਪੂਰੇ ਨਹੀਂ ਕੀਤੇ। NRI ਵੀਰ ਇਸ ਨਗਰ ਤੋਂ ਜੰਮ ਕੇ ਜੋ ਵੱਖ ਵੱਖ ਦੇਸ਼ਾਂ 'ਚ ਬੈਠੇ ਆ, ਉਹਨਾਂ ਦੀ ਮਿਹਨਤ ਦੀ ਕਮਾਈ ਸਾਡੀ ਨੇ ਸਪੋਰਟ ਕੀਤੀ ਆ, ਉਹਨਾਂ ਦੀ ਮਿਹਨਤ ਕਮਾਈ ਲੱਗ ਕੇ ਐਡਾ ਵੱਡਾ ਸਟੇਡੀਅਮ, ਔਰ ਨਾਲ ਹੀ ਥੱਲੀ ਮੰਜ਼ਿਲ 'ਚ ਇੱਕ ਵੱਡਾ ਤਕੜਾ ਜਿੰਮ ਬਣਾਇਆ ਗਿਆ। ਮੈਂ ਸਮਝਦਾ ਅੱਜ ਦੇ ਕਾਲੇ ਦੌਰ 'ਚ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਫਸ ਰਹੇ ਆ, ਅਸੀਂ ਇਹ ਉਪਰਾਲਾ ਕੀਤਾ ਕਿ ਬਹੁਤ ਆਧੁਨਿਕ ਮਸ਼ੀਨਾਂ ਲਿਆ ਕੇ ਐਕਸਰਸਾਈਜ਼ ਕਰਾਉਣ ਲਈ ਬੱਚਿਆਂ ਲਈ, ਨੌਜਵਾਨਾਂ ਲਈ, ਲਾਗਲੇ ਲਾਗਲੇ ਪਿੰਡਾਂ ਵਾਲਿਆਂ ਨੂੰ ਵੀ ਕਹਾਂਗੇ ਆਣ ਕੇ ਜਿੰਮ 'ਚ ਆਓ, ਆਪਣੀ ਜ਼ੋਰ ਜਮਾਈ ਕਰਕੇ ਆਪਣੀ ਸਿਹਤ ਜਾਬੀ ਬਣਾਓ ਕਿ ਨਸ਼ਿਆਂ ਤੋਂ ਦੂਰ ਰਹਿਣਗੇ। ਇਹਦੇ ਲਈ ਵੀ ਇਹਨਾਂ ਵੀਰਾਂ ਦਾ ਅੱਜ ਅਸੀਂ ਇਸ ਵਿਦੇਸ਼ ਉੱਤੇ ਬਹੁਤ ਮਾਣ ਕਰ ਰਹੇ ਹਾਂ। ਲਓ ਜੀ, ਮੈਨੂੰ ਜਿਵੇਂ ਦੱਸਿਆ ਸਾਹ ਗੁਰਦੀਪ ਸਿੰਘ ਜੀ ਲੰਬੜਦਾਰ ਉਹਨਾਂ ਨੇ ਕਿ ਹਰਵਿੰਦਰ ਸਿੰਘ ਆਲਮਗੀਰ ਨੂੰ ਅਸੀਂ 21,000 ਰੁਪਈਏ ਨਾਲ ਸਨਮਾਨਿਤ ਕਰਨਾ, ਮਨਜੀਤ ਸਿੰਘ ਜੀ ਢੇਸੀ ਜੋ ਅੱਜ ਅਲਟੋ ਕਾਰ ਦੇ ਰਹੇ ਆ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਬੜਾ ਮਾਣ ਸਨਮਾਨ ਆ। ਗੱਲ ਪੈਸਿਆਂ ਦੀ ਨਹੀਂ, ਗੱਲ ਯਾਦ ਕਰਨ ਦੀ ਆ, ਉਸ ਪਹਿਲਵਾਨ ਨੂੰ ਜੋ 2006 'ਚ ਇੱਥੋਂ ਨਗਰ 'ਚੋਂ ਕੁਸ਼ਤੀ ਲੜੀ ਸੀ ਔਰ ਉਹ ਕਾਰ ਲੈ ਕੇ ਜਿੱਤ ਕੇ ਇੱਥੋਂ ਗਏ ਸੀ, ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ। ਧੰਨਵਾਦ ਆ ਮਨਜੀਤ ਸਿੰਘ ਢੇਸੀ ਦਾ, ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਪਰਚੀਆਂ ਕੱਟਣ ਵਾਲੇ ਮੇਰੇ ਵੀਰ ਆ, ਉਹਨਾਂ ਨੂੰ ਬੇਨਤੀ ਆ ਵੀ ਮਿਹਰਬਾਨੀ ਕਰਕੇ ਇੱਕ ਪਰਚੀ ਭਲਵਾਨ ਨੂੰ ਇੱਕ ਸਾਡੇ ਕੋਲ ਪੁੱਛਦੀ ਕਰੀ ਜਾਓ, ਆਪਾਂ ਲੜੀਵਾਰ ਕੁਸ਼ਤੀਆਂ ਦੇ ਨਾਲ ਜੁੜਨਾ, ਕਿਉਂਕਿ ਇਲਾਕੇ ਭਰ ਤੋਂ ਜਿੰਨੇ ਵੀ ਚਿਹਰੇ ਅੱਜ ਦੇ ਦੰਗਲ ਦੇ ਵਿੱਚ ਰੂਪੋਵਾਲ ਦੀ ਧਰਤੀ ਦੇ ਵਿੱਚ ਜੁੜਦੇ ਜਾ ਰਹੇ, ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਆਖੀਏ। ਪਰ ਮੈਂ ਬੇਨਤੀ ਕਰਦਾ ਜਿਹੜੀ ਆਹ ਕੁਸ਼ਤੀ ਸਟੇਜ ਤੋਂ ਸੱਜੇ ਪਾਸੇ ਸਾਡੇ ਸਤਨਾਮ ਕਟਾਰੀਆ ਜੀ ਦੇਖ ਰਹੇ ਆ, 5100 ਦੀ ਕੁਸ਼ਤੀ ਆ ਬੰਨ ਅੰਮ੍ਰਿਤਸਰ, ਤੇ ਦੂਸਰੇ ਪਾਸੇ ਕਮਲ ਦਲੇਤਾ ਸਰਦਾਰ ਬੁੱਧ ਸਿੰਘ ਜੀ ਦਲੇਤਾ, ਜਿਨ੍ਹਾਂ ਦਾ ਤਿਆਰ ਕੀਤਾ ਹੋਇਆ ਮੱਲ ਇਸ ਵੇਲੇ ਥੱਲੜੇ ਪਾਸੇ ਹੈ, ਐਨ ਸਿਰੇ ਦੀ ਕੁਸ਼ਤੀ ਚੱਲਦੀ ਨਾ, ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ। ਔਰ ਦੂਸਰੇ ਪਾਸੇ ਆਹ ਜਿਹੜੀ ਕੁਸ਼ਤੀ ਚੱਲਦੀ ਲਾਲ ਰੰਗ ਦੀ ਕੈਂਚ ਦੇ ਵਿੱਚ ਮੁੰਡਾ ਹੈ, ਇਹ ਬਿੱਟੂ ਜਸਪਾਲ ਬਾਂਗਰਾ ਵਾਲਾ, ਜਿਨ੍ਹਾਂ ਦੀ ਨੌਰਥ ਇੰਡੀਆ ਫੈਡਰੇਸ਼ਨ ਦੇ ਵਿੱਚ ਵੱਡੀ ਜ਼ਿੰਮੇਵਾਰੀ ਹੈ, ਉਪ ਪ੍ਰਧਾਨ ਨੇ ਅਕੈਡਮੀਆਂ ਦੇ,
और सत्कार आखिए के नाल जिहड़ा मेरा भी लल्लिया वाला है सुरजीत सिंह जी लल्लिया पहलवान दे अखाड़े का माला है आ भी कुश्ती बहुत टॉप की चलती है बाकी दियां पर्चियां पुजदियां करदे हो मल्ला नूं सद्दा पत्र दईए अज दे दंगल दे विच शहीद भगत सिंह वेलफेयर सोसायटी दे वल्लों छोले पूरियां दा लंगर जिहड़ा लाया होया बिल्कुल जिधरले पासे स्टेज तो सज्जे पासे आ बोर्ड है पिपल है इधरले पासे जिहड़ा लंगर लाया होया संगत सारी नोट कर लो आपां सब दा बहुत बहुत धन्नवाद आखीए ਉੱਥੇ ਰਾਜੂ ਪੰਡਿਤ ਜੀ ਉਹਨਾਂ ਵੱਲੋਂ ਪਕੌੜਿਆਂ ਦਾ ਲੰਗਰ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਕਰਮਦੀਪ ਜੀ ਸਾਡੇ ਕੋਲ ਹੌਦੀ ਇਰਾਨੀ ਹੌਦੀ ਇਰਾਨੀ ਸਾਡੇ ਕੋਲ ਪਹੁੰਚ ਗਏ ਆ ਜਿਵੇਂ ਆਖਦੇ ਆ ਇਰਾਨ ਤੋਂ ਸਾਡੇ ਕੋਲ ਪਹਿਰਵਾਨ ਡਾਕਟਰ ਜੀ ਆ ਗਏ ਆ ਬਹੁਤ ਮਿਹਰਬਾਨੀ ਮਿਹਰਬਾਨੀ ਧੰਨਵਾਦ ਕਰਦੇ ਆ ਲਓ ਜੀ ਮਾਸਟਰ ਜੀ ਜੱਸਾ ਸਿੰਘ ਭੋਗਲ ਬਹੁਤ ਤਕੜੀ ਵਪਾਰੀ ਕਰ ਰਹੇ ਆ ਅਸੀਂ ਇਹਨਾਂ ਪਹਿਲਵਾਨਾਂ ਨੂੰ ਬੇਨਤੀ ਕਰਾਂਗੇ ਕਿ ਬਹੁਤਾ ਸਮਾਂ ਨਹੀਂ ਆਰ ਪਾਰ ਦੀ ਮਿੰਟੋ ਮਿੰਟੀ ਕਰਕੇ ਤੇ ਕੁਸ਼ਤੀ ਪਾਰ ਕਰੋ ਤਾਂ ਕਿ ਅਸੀਂ ਅੱਗੇ ਇਨਾਮੀ ਕੁਸ਼ਤੀਆਂ ਹੀ ਕਰਾਉਣੀਆਂ ਹਾਂਜੀ ਕੁਸ਼ਤੀਆਂ ਹੋਰ ਕੱਢੋ ਸਮਾਂ ਹੋ ਗਿਆ ਤੇ ਇਨਾਮੀ ਕੁਸ਼ਤੀਆਂ ਸ਼ੁਰੂ ਕਰਵਾਈਏ ਹੁਣ ਆਪਾਂ ਹਾਂ ਸਰ ਲਓ ਜੀ ਹਾਂਜੀ ਛਿੰਝਾਂ ਵਿੱਚੋਂ ਛਿੰਝ ਸੁਣੀ ਦੀ ਰੂਪੋਵਾਲ ਦੀ ਜਿਹੜਾ ਇਸ ਨਗਰ ਦਾ ਪਟਕਾ ਲੈ ਜਾਊ ਨਾਲੇ ਮਾਠ ਦੀ ਚਾਬੀ ਲੈ ਜਾਊ ਅਲਟੋ ਕਾਰ ਦੀ ਛਿੰਝਾਂ ਵਿੱਚੋਂ ਛਿੰਝ ਸੁਣੀ ਦੀ ਛਿੰਝ ਰੂਪੋਵਾਲ ਦੀ ਜੋ ਹਿਸਟਰੀ ਜੋ ਇਤਿਹਾਸਕ ਛਿੰਝ ਆ ਰੂਪੋਵਾਲ ਦੀ ਅੱਜ 169ਵਾਂ ਗੇਮਾਂ ਬੰਦ ਹੋ ਛਿੰਝ ਮੇਲਾ ਅਸੀਂ ਕਰਾ ਰਹੇ ਹਾਂ ਬੜਾ ਮਾਣ ਆ ਨਗਰ ਨੂੰ ਇਲਾਕਾ ਨਿਵਾਸੀਆਂ ਤੇ ਬਹੁਤ ਬਹੁਤ ਮਿਹਰਬਾਨੀ ਲਓ ਮਾਸਟਰ ਜੀ ਅਸੀਂ ਜਿਵੇਂ ਕਿ ਤੁਹਾਡੇ ਕਹਿਣ ਦੇ ਮੁਤਾਬਕ ਨਾਮੀ ਕੁਸ਼ਤੀਆਂ ਸ਼ੁਰੂ ਕਰਾਉਣ ਜਾ ਰਹੇ ਹਾਂ ਪਹਿਲੀ ਕੁਸ਼ਤੀ ਕਾਲਾ ਧੜੇਤਾ 5100 ਤੇ ਬਾਜ ਅੰਮ੍ਰਿਤਸਰ ਕਮਲ ਧੜੇਤਾ ਬਾਜ ਅੰਮ੍ਰਿਤਸਰ ਇਹ ਪਹਿਲੀ ਕੁਸ਼ਤੀ ਲਈ ਪਹਿਲਵਾਨ ਆਪਣੇ ਲਗੋਟੇ ਤੇਜ਼ ਕਰ ਲਓ ਤਿਆਰੀ ਫੜ ਲਓ ਦੂਏ ਨੰਬਰ ਤੇ ਪਹਿਲਵਾਨ ਤਿਆਰ ਰਹਿਣ ਸ਼ਹਿਬਾਜ ਆਲਮਗੀਰ ਪਰਮਿੰਦਰ ਪੁਆ ਤਮੜੀ ਇਹ ਕੁਸ਼ਤੀ 11000 ਦੀ ਆ ਉਹ ਵੀ ਪਹਿਲਵਾਨ ਆਪਣੇ ਆਪਣੇ ਲਗੋਟੇ ਤਿਆਰ ਕਰੋ ਪੁਆ ਤਮੜੀ ਲਓ ਜੀ ਵੀ ਵੈਲਕਮ ਦਾ SHO ਸਾਹਿਬ ਬਲਜਿੰਦਰ ਸਿੰਘ ਜੀ ਉਚੇਚੇ ਤੌਰ ਤੇ ਸਾਡੇ ਨਗਰ ਦੇ ਵਿੱਚ ਚਰਨ ਪਾਏ ਆ SHO ਸਾਹਿਬ ਬਲਜਿੰਦਰ ਸਿੰਘ ਜੀ ਧੰਨਵਾਦ ਕਰਦੇ ਹਾਂ ਜੀ ਐਂ ਆਖਦੇ ਹਾਂ ਇਹਨਾਂ ਦੀ ਰਹਿਨਮਾਈ ਹੇਠ ਜਿਹੜੀ ਫੋਰਸ ਆ ਸਾਡੇ ਨਾਲ ਬੜਾ ਸਹਿਯੋਗ ਦੇ ਰਹੀ ਆ ਐਸੇ ਤਰ੍ਹਾਂ ਸਹਿਯੋਗ ਦਊਗੇ ਆਪਣਾ ਮੇਲਾ ਕੰਪਲੀਟ ਸੰਪੂਰਨ ਹੋਊਗਾ ਧੰਨਵਾਦ ਜੀ ਬਲਜਿੰਦਰ ਸਿੰਘ ਜੀ ਲਓ ਮਾਸਟਰ ਜੀ ਅਸੀਂ ਧੰਨਵਾਦ ਕਰਦੇ ਹਾਂ ਪਰਮਜੀਤ ਸਟੇਡੀਓ ਬਿਲਗੇ ਵਾਲਿਆਂ ਦਾ ਤੇ ਦੁਆਬਾ ਲਾਈਵ TV ਵਾਲਿਆਂ ਦਾ ਜਿਹੜਾ ਕਿ ਅੱਜ ਸੰਸਾਰ ਦੇ ਵਿੱਚ ਸਾਰੇ ਤਕਰੀਬਨ 150 ਮੁਲਕਾਂ 'ਚ ਅੱਜ ਪ੍ਰੋਗਰਾਮ ਜਾ ਰਿਹਾ ਲਾਈਵ ਉਹ ਇਹਨਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਇਹ ਮੂਵੀ ਵਾਲਿਆਂ ਦਾ ਆਡੀਓ ਵੀਡੀਓ ਵਾਲਿਆਂ ਦਾ ਜੋ ਲਾਈਵ ਕਰ ਰਹੇ ਆ ਇਹ ਵੀ ਸਾਡੇ ਬੜੇ ਸਨਮਾਨ ਦੇ ਪਾਤਰ ਆ ਬੜਾ ਇਹਨਾਂ ਦਾ ਧੰਨਵਾਦ ਬਈ ਗੇਮਾਂ ਸਾਰੀਆਂ ਬੰਦ ਨੇ ਸਾਡੀ ਕਮੇਟੀ ਦੇ ਵੱਲੋਂ ਬੇਨਤੀ ਆ ਵੀ ਤੁਹਾਨੂੰ ਟਾਈਮ ਦਿੱਤਾ ਜਾਊਗਾ ਸਾਰੇ ਮੇਰੇ ਵੀਰ ਬਾਹਰ ਹੋ ਜਾਓ ਜਿੰਨੇ ਵੀ ਗੇਮਾਂ ਵਾਲੇ ਆ ਪ੍ਰਧਾਨ ਸੁਰਿੰਦਰ ਸਿੰਘ ਜੀ ਸਰਾਣਾ ਸਾਡੇ ਸਰਪੰਚ ਸਾਹਿਬ ਸਾਰੀ ਕਮੇਟੀ ਦੇ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਵੱਲੋਂ ਬੇਨਤੀ ਆ ਵੀ ਗੇਮਾਂ ਬੰਦ ਨੇ ਬਹੁਤ ਬਹੁਤ ਧੰਨਵਾਦ ਅਸੀਂ ਸਤਿਕਾਰ ਰੱਖੀਏ ਹੈਲੋ ਕਮਲ ਧੜੇਤਾ ਬਰਸਜ ਬਾਜ ਅੰਮ੍ਰਿਤਸਰ ਸਾਡੇ ਸਤਨਾਮ ਜੀ ਕਟਾਰੀਆ ਕਰ ਰਹੇ ਅੰਬਾਰੀ ਹੈਲੋ ਸ਼ਾਬਾ ਮੈਂ ਅੰਬਾਰਾਂ ਨੂੰ ਬੇਨਤੀ ਕਰੂੰ ਕਿ ਫੈਸਲੇ ਨਿਰਪੱਖ ਹੋਣੇ ਚਾਹੀਦੇ ਆ ਕਿਸੇ ਵੀ ਪਹਿਲਵਾਨ ਭਾਵੇਂ ਸਾਰੇ ਨਗਰ ਦਾ ਹੀ ਨਾ ਹੋਵੇ ਅਸੀਂ ਕਿਸੇ ਦਾ ਪੱਖ ਨਹੀਂ ਕਰਾਂਗੇ ਇਸ ਨਗਰ ਦੀ ਇੱਕ ਪਰੰਪਰਾ ਆ ਅਸੀਂ ਕਿਸੇ ਪਹਿਲਵਾਨ ਦਾ ਪੱਖ ਨਹੀਂ ਕਰਦੇ ਹੈਲੋ ਅੱਜ ਵੀ ਇਦਾਂ ਹੀ ਹਾਂਜੀ ਹੈਲੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਆ ਵੀ ਜੱਸਾ ਬਟੀਤੇ ਸਲਾਮੀ ਇੱਕ ਵਾਰੀ ਖੜੇ ਨੂੰ ਬਈ ਆਉਂਦੀ ਆ ਇੱਧਰ ਆਵਾਜ਼ ਬਰਾਬਰ ਲਾ ਦਿਓ ਤਾੜੀਆਂ ਉਸ ਸਾਹਮਣੇ ਰੂਪੋ ਵਾਲ ਦੀਆਂ ਦੋ ਅਲਟੋਆਂ ਲੈ ਗਿਆ ਮੁੰਡਾ ਆਹ ਕੌਣ ਇਹ ਆ ਪਹਿਲਵਾਨ ਸਲਵਿੰਦਰ ਸਿੰਘ ਛਿੰਦੇ ਦਾ ਲਖਤੇ ਜਿਗਰ ਜੱਸਾ ਨਾ ਏ ਪੱਟੀ ਵਾਲਾ ਜੱਸਾ ਜਿਹੜਾ ਪੁੱਜ ਗਿਆ ਪ੍ਰਿਤਪਾਲ ਜੇ ਪੁੱਜਿਆ ਉਹ ਵੀ ਸਲਾਮੀ ਦੇਵੇ ਹੌਦੀ ਇਰਾਨ ਕੰਬ ਹਤੇਸ਼ ਕਾਲਾ ਨਾਲੀ ਪਹਿਲਵਾਨ ਨੋਟ ਕਰਿਓ ਬਈ ਧਰਮਿੰਦਰ ਪਹਿਲਵਾਨ ਕੋਹਾਲੀ ਜਿਹੜੇ ਜਿਹੜੇ ਮੱਲ ਪੁੱਜਿਆ ਪਲੀਜ਼ ਇੱਕ ਵਾਰ ਸਾਡੇ ਨਾਲ ਰਾਬਤਾ ਕਾਇਮ ਕਰਿਓ ਝੰਡੀਆਂ ਵਾਲੇ ਮੱਲਾਂ 'ਚੋਂ ਪਲੀਜ਼ ਜਲਦੀ ਨਾਲ ਅਖਾੜੇ 'ਚ ਪੁੱਜੋ ਪ੍ਰਿਤਪਾਲ ਧਿਆਨ ਦੇਵੇ ਅਗਰ ਪੁੱਜਿਆ ਹੋਇਆ ਤਾਂ ਜਲਦੀ ਆਵੇ ਕਿਉਂਕਿ ਗੇੜੇ ਨੂੰ ਘੰਟਾ ਇੱਕ ਲੱਗ ਜਾਂਦਾ ਹੈ ਗੇੜਾ ਅਸੀਂ ਹੁਣੀ ਲਵਾ ਦੇਣਾ ਜੇ ਲੇਟ ਆਉਂਦੇ ਹਾਂ ਫਿਰ ਅਸੀਂ ਗੇੜਾ ਨਹੀਂ ਲਵਾਉਣਾ
इस गल का ध्यान दियो। हाँ जी हाँ जी डॉक्टर साहब, मैं बेनती करता जे साडे प्रबंधक कमेटी के मैंबर आ कुश्तियां छड्डो, पेड तो बिलकुल खाली पिया ता कि नामी कुश्तियां लई टाइम आपणे कोल नहीं रहना। जिहड़े झंडी वाले मल साडे दरम्यान पुजदे जा रहे उन्हां नूं बेनती है जरूर साडी कमेटी नाल संपर्क करी जाण, पता लगे भी वड्डे मल साडे कोल पुजदे जा रहे है। लाओ जस्सी चल वे विच, जस्सी ब्रह्म आ गया, बरकत पंडोरी आवे विच, चलो विच भाजी बरकत पंडोरी ਭਾਜੀ ਜੱਸੀ ਆ ਗਿਆ ਵਿੱਚ। ਹੈਲੋ ਡਾਕਟਰ ਜੀ, ਅਸੀਂ ਬੇਨਤੀ ਕਰਦੇ ਕਿ ਸਟੇਜ ਦੇ ਸਾਹਮਣੇ ਜਿੰਨੇ ਵੀ ਬੰਦੇ ਖੜੇ ਆ ਪਲੀਜ਼, ਅਸੀਂ ਸਟੇਜ ਦੇ ਉੱਪਰ ਪਾਸੇ ਕੁਰਸੀਆਂ ਲਾਈਆਂ ਇਹਨਾਂ ਵਾਸਤੇ ਲਾਈਆਂ, ਪਲੀਜ਼ ਉੱਥੋਂ ਉੱਪਰ ਜਾ ਕੇ ਬੈਠੋ, ਇੱਥੋਂ ਥੋੜ੍ਹਾ ਜਿਹਾ ਰਸ਼ ਘਟਾਇਆ ਜਾਵੇ ਪਲੀਜ਼ ਸਟੇਜ ਦੇ ਉੱਪਰ। ਬਹੁਤ ਵਧੀਆ ਸਾਡੇ ਐਨਆਰ ਵੀਰਾਂ ਨੇ ਇੰਨਾ ਪੈਸਾ ਲਾਇਆ ਆ, ਉਹਦੇ ਉੱਤੇ ਅਸੀਂ ਚੇਅਰਸ ਵੀ ਲਾਈਆਂ ਆ। ਬੇਨਤੀ ਕਰਦੇ ਹਾਂ ਕਿ ਸਾਰੇ ਸੱਜਣ ਉੱਪਰ ਜਾ ਕੇ ਬੈਠਣ, ਜੇ ਅਸੀਂ ਇਸ ਤੋਂ ਬਾਅਦ ਜੇ ਨਹੀਂ ਮੰਨਣਗੇ ਅਸੀਂ ਫੋਰਸ ਦਾ ਵੀ ਫਾਇਦਾ ਉਠਾਵਾਂਗੇ। ਕਮਲ ਤ੍ਰੇਤਾ ਵਾਜ ਅੰਮ੍ਰਿਤਸਰ, ਦੇਖੋ ਜੀ 5100 ਤੇ ਕੁਸ਼ਤੀ ਆ, ਦੂਏ ਨੰਬਰ ਤੇ ਸ਼ਹਿਬਾਜ ਆਲਮਗੀਰ ਤੇ ਪਰਮਿੰਦਰ ਭੂਆ ਦਮੜੀ, ਇਹ 11000 ਤੇ ਕੁਸ਼ਤੀ ਆ, ਪਹਿਲਵਾਨੋਂ ਆਓ। ਹਾਂਜੀ ਸੋਨੂ ਤਲੇਤਾ ਤੇ ਹੈਪੀ ਮਾਲੋ ਮਜਾਰਾ ਇਹ ਵੀ ਵਿੱਚ ਆ ਜਾਣ, ਛੋਟੇ ਬੱਚਿਆਂ ਨੂੰ ਬੇਨਤੀ ਆ ਵੀ ਜਿਹਨਾਂ ਨੂੰ ਪਰਚੀ ਮਿਲੀ ਜਾਂਦੀ ਆ ਇੱਕ ਵਾਰੀ ਕਾਲ ਕਰਨੀ, 1-2 ਮਿੰਟ ਤੋਂ ਬਾਅਦ ਆਪਾਂ ਪਰਚੀ ਕੈਂਸਲ ਕਰ ਦੇਣੀ ਆ। ਪਰਲੇ ਪਾਸੇ ਸਲੀਮ ਤ੍ਰੇਤਾ ਤੇ ਸੋਨੂ ਮਾਲੋ ਮਜਾਰੇ ਦੀ ਕੁਸ਼ਤੀ ਚੱਲ ਰਹੀ ਹੈ, ਸਾਡੇ ਸਾਬਾ ਭਾਜੀ ਹੁਣੀ ਪਹੁੰਚੇ ਆ, ਭਾਨਾ ਪਹਿਲਵਾਨ ਜੀ ਪਹੁੰਚੇ ਨੇ, ਪੱਟੀ ਵਾਲੇ ਜੱਸਾ ਪੱਟੀ ਵੀ ਪੁੱਜਿਆ, ਆਪਾਂ ਸਤਿਕਾਰ ਰੱਖੀਏ, ਹਦੀਰਾਨ ਵਾਲਾ ਵੀ ਪੁੱਜ ਗਿਆ ਵੱਡਾ ਮੱਲ, ਹੋਰ ਜਿੰਨੇ ਵੀ ਮੱਲ ਆਪਣੇ ਆਪਣੇ ਉਸਤਾਦ ਲੋਕਾਂ ਨੂੰ ਲੈ ਕੇ ਪਹੁੰਚੇ ਆ। ਮੈਂ ਮੱਲਾਂ ਨੂੰ ਬੇਨਤੀ ਕਰਦਾ ਹੈ ਵੀ ਸਾਡੀ ਕਮੇਟੀ ਨਾਲ ਜ਼ਰੂਰ ਸੰਪਰਕ ਕਰੀ ਜਾਣ ਜਿਹੜੇ ਵੱਡੇ ਮੱਲ ਪੁੱਜਦੇ ਜਾ ਰਹੇ ਆ। ਲਓ ਜੀ ਹਰੇਕ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਕਲੱਬ ਵਾਲੇ ਮੁੰਡੇ ਜਿਵੇਂ ਇਸ ਨਗਰ ਦੀ ਡਿਵੈਲਪਮੈਂਟ 'ਚ ਬਹੁਤ ਵੱਡਾ ਹਿੱਸਾ ਆ ਇਹ ਨੌਜਵਾਨਾਂ ਦਾ, ਹਰੇਕ ਸਾਲ ਇੱਥੇ ਛੋਲੇ ਪੂਰੀਆਂ ਆ, ਆ ਜਾ ਮੇਰੇ ਖੱਬੇ ਹੱਥ ਇਹਨਾਂ ਨੇ ਇਹ ਲੰਗਰ ਲਾਇਆ, ਜਿਹੜੇ ਜਿਹੜੇ ਦਰਸ਼ਕ ਵੀਰ ਨੂੰ ਜਿੰਨੀ ਜਿੰਨੀ ਲੋੜ ਆ ਜਾ ਕੇ ਛਕ ਸਕਦਾ, ਧੰਨਵਾਦੀ ਹਾਂ ਅਸੀਂ ਸ਼ਹੀਦ ਭਗਤ ਸਿੰਘ ਕਲੱਬ ਦੇ ਨੌਜਵਾਨਾਂ ਦਾ ਜਿਹਨਾਂ 'ਤੇ ਬੜਾ ਉਤਸ਼ਾਹ ਆ। ਨਾਲ ਹੀ ਮੈਂ ਇਹ ਵੀ ਧੰਨਵਾਦ ਕਰੂੰ ਅਮਰਜੀਤ ਸਿੰਘ ਜੀ ਅਤੇ ਪੰਮਾ ਜੀ ਹੋਲੈਂਡ ਵਾਲਿਆਂ ਦਾ, ਜਿਹੜੇ 4 ਦਿਨ ਤੋਂ ਲੰਗਰ ਬਾਬਾ ਸਭ 'ਤੇ ਚੱਲ ਰਿਹਾ, ਉਹ ਵੀ ਦਿਨ ਰਾਤ ਲੰਗਰ ਚੱਲ ਰਿਹਾ, ਜਿਹੜੇ ਵੀਰ ਨੂੰ ਕੋਈ ਭੁੱਖ ਪਿਆਸ ਹੋਵੇ ਜਾ ਕੇ ਲੰਗਰ ਛਕ ਸਕਦਾ, ਜਲ ਪੀ ਸਕਦਾ। ਬਹੁਤ ਬਹੁਤ ਧੰਨਵਾਦ ਇਹਨਾਂ ਸੱਜਣੀ ਵੀਰਾਂ ਦਾ, ਦਾਨੀ ਵੀਰਾਂ ਦਾ, ਬਹੁਤ ਬਹੁਤ ਧੰਨਵਾਦ। ਹਾਂਜੀ ਹੈਪੀ ਭੋਟੇ ਸਮਰਾਜ ਦੇ ਜਗਰੂਪ ਭੱਜ ਕੇ ਆਵੇ ਵੇ ਵਿੱਚ, ਅਗਲੀ ਕੁਸ਼ਤੀ ਵਾਲੇ 2 ਹੈਂਡੀਕੈਪਟ ਨੇ, ਲਓ ਦਿਆਲ ਤਰਨ ਤਰਨ ਅਤੇ ਦੂਸਰੇ ਪਾਸੇ ਦੇਖੀਏ ਬਈ ਮਾਣਮਤੀ ਸ਼ਖਸੀਅਤ ਆ, ਇਹ ਵੀ ਮੁੰਡਾ ਕਹਿੰਦੇ ਮਾਝੇ ਦਾ ਮਜੈਲ ਹੈ, ਦੋਨੇ ਹੈਂਡੀਕੈਪਟ ਨੇ ਜਿਨ੍ਹਾਂ ਦੇ ਦਰਮਿਆਨ ਕੁਸ਼ਤੀ ਨਰਿੰਦਰ ਭਲੱਥਾਂ ਵਾਲਾ ਅਤੇ ਦਰਿਆਲ ਤਰਨ ਤਰਨ ਦੇ ਦਰਮਿਆਨ ਕੁਸ਼ਤੀ ਜਿਹੜੀ ਚੱਲਦੀ ਹੈ। ਬਈ ਬਾਕੀ ਦੀਆਂ ਪਰਚੀਆਂ ਭੱਜ ਭੱਜ ਕੇ ਲਈ ਆਓ, ਵਾਰ ਵਾਰ ਬੇਨਤੀ ਆ ਵੀ ਸਾਡੇ ਦਰਮਿਆਨ ਸਾਡੀ ਸਮੁੱਚੀ ਟੀਮ ਦੇ ਵੱਲੋਂ ਜਿੱਥੇ ਅੱਜ ਵੱਡੇ ਪੱਧਰ 'ਤੇ ਮੱਲ ਪੁੱਜਿਆ ਅਤੇ ਕੱਲ੍ਹ ਨੂੰ ਵੱਡੇ ਪੱਧਰ 'ਤੇ ਟਰੈਕਟਰ ਤਵੀਆਂ ਦੇ ਮੁਕਾਬਲਿਆਂ ਦੀ ਗੱਲਾਂ ਹੋਣਗੀਆਂ ਇਸੇ ਗਰਾਊਂਡ ਦੇ ਵਿੱਚ, ਇਲਾਕੇ ਭਰ ਤੋਂ ਸਾਰੇ ਚਿਹਰੇ ਜਿਹੜੇ ਜੁੜੇ ਆ, ਕੱਲ੍ਹ ਨੂੰ ਵੀ ਆਪਾਂ ਇਸੇ ਤਰ੍ਹਾਂ ਇਸ ਨਗਰ ਦੇ ਵਿੱਚ ਹਾਜ਼ਰੀ ਜਿਹੜੀ ਭਰਨੀ ਹੈ। ਮੈਂ ਬੇਨਤੀ ਕਰਦਾ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦੇ ਵੱਲੋਂ ਵੱਡਾ ਵਿਸ਼ੇਸ਼ ਸਹਿਯੋਗ ਹੈ। ਅੱਜ ਦੇ ਦੰਗਲ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਢੇਸੀ, ਸਨ ਮਨਜੀਤ ਸਿੰਘ ਜੀ ਢੇਸੀ ਜਿਨ੍ਹਾਂ ਦੇ ਵੱਲੋਂ ਅਲਟੋ ਕਾਰ ਹੈ, ਉੱਥੇ ਬਾਬਾ ਗੁਰਦਿਆਲ ਸਿੰਘ ਜੀ ਬੈਲਜੀਅਮ, ਬਲਿਹਾਰ ਰਾਮ ਜੀ ਸਨ ਸਰਵਾਰਨਾ ਰਾਮ ਜੀ ਜਿਨ੍ਹਾਂ ਦੇ ਵੱਲੋਂ ਬੁਲਟ ਮੋਟਰਸਾਈਕਲ ਹੈ, ਉੱਥੇ ਚਰਨਜੀਤ ਸਿੰਘ ਜੀ ਪਾਂਗਲੀਆ ਚੱਕ ਹਾਜੀਪੁਰ ਵਾਲੇ ਜਿਨ੍ਹਾਂ ਦੇ ਵੱਲੋਂ ਹੁਸ਼ਿਆਰਪੁਰ ਵਾਲੇ ਸੀ ਡੀ ਮੋਟਰਸਾਈਕਲ ਹੈ, ਉੱਥੇ ਅਮਨਦੀਪ ਸਿੰਘ ਪਹਿਲਾਂ ਹੈਰੀ ਸਨ ਅਮਨਦੀਪ ਸਿੰਘ, ਉਹਨਾਂ ਤੋਂ ਬਾਅਦ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ ਹੈ। ਅੱਜ ਦੇ ਦੰਗਲ ਦੇ ਵਿੱਚ ਵੱਡੀ ਜ਼ਿੰਮੇਵਾਰੀ ਹੈ, ਲੰਗਰ ਦੀ ਸੇਵਾ ਅਮਰਜੀਤ ਸਿੰਘ ਜੀ ਜੀਤਾ ਢੇਸੀ, ਪਰਮਜੀਤ ਸਿੰਘ ਜੀ ਪੰਮਾ ਹਾਲੈਂਡ ਵਾਲਿਆਂ ਦੇ ਵੱਲੋਂ ਲੰਗਰ ਦੀ ਸੇਵਾ, ਇਸ ਦਰਬਾਰ ਦੇ ਵਿੱਚ ਆਪਾਂ ਸਤਿਕਾਰ ਰੱਖੀਏ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ। ਕੱਲ੍ਹ ਨੂੰ ਤੰਨਾ ਗਰੇਵਾਲ, ਗੋਲੂ ਗਰੇਵਾਲ, ਸਨਬ ਅਵਤਾਰ ਸਿੰਘ ਜੀ ਦੇ ਪਰਿਵਾਰ ਵੱਲੋਂ ਮੋਟਰਸਾਈਕਲ ਹੈ, ਬਾਕੀ ਦਾ ਸਾਰਾ ਟਰੈਕਟਰ ਤਵੀਆਂ ਦੇ ਮੁਕਾਬਲਿਆਂ ਦੇ ਵਿੱਚ ਜਿਹੜਾ ਪ੍ਰਾਈਜ਼ ਹੈ ਉਹ ਸਰਦਾਰਾ ਸਿੰਘ ਜੀ ਗਰੇਵਾਲ ਦੇ ਪਰਿਵਾਰ ਵੱਲੋਂ ਹੈ। ਬਹੁਤ ਬਹੁਤ ਧੰਨਵਾਦ। ਅਤੇ ਕੁਸ਼ਤੀਆਂ 3-3, 4-4 ਨੇ, ਬਾਕੀ ਦੀਆਂ ਪਰਚੀਆਂ ਜਿਹੜੀਆਂ ਸਾਡੇ ਕੋਲ ਪੁੱਜਦੀਆਂ ਕਰ ਦਿਓ, ਕਿਉਂਕਿ ਵੱਡੀਆਂ ਕੁਸ਼ਤੀਆਂ ਦੇ ਨਾਲ ਜੁੜਨਾ ਇਲਾਕੇ ਭਰ ਦੀ ਸੰਗਤ ਜਿਹੜੀ ਵੱਡੀਆਂ ਕੁਸ਼ਤੀਆਂ ਨੂੰ ਦੇਖਣ ਲਈ ਜੁੜੀ ਹੈ। ਹਾਂਜੀ ਆਕਾਸ਼ ਗਮਟਾਲਾ ਤੇ ਪ੍ਰੀਤ ਚਮੜਾ। ਡਾਕਟਰ ਜੀ ਆਹ ਜਿਹੜਾ ਸਟੇਡੀਅਮ ਬਣਾਇਆ ਐਨਆਰਆਈ ਜੀ ਨੇ, ਧੰਨਵਾਦ ਕਰਦੇ ਹਾਂ, ਵੱਖਰਾ ਨਜ਼ਾਰਾ ਡਾਕਟਰ ਜੀ ਉੱਪਰ ਤੋਂ ਦੇਖਣ ਦਾ ਜੀ ਆਇਆ, ਧੰਨਵਾਦ ਕਰਦੇ ਹਾਂ ਐਨਆਰਆਈ ਵੀਰਾਂ ਦਾ ਜਿਹਨਾਂ ਸਾਡਾ ਇੰਨਾ ਵਧੀਆ ਸਾਨੂੰ ਸਟੇਡੀਅਮ ਬਣਾ ਦਿੱਤਾ।
ਆ ਜਿਹੜਾ ਮੈਂ ਅੱਜ ਸਟੇਡੀਅਮ ਦੇ ਉੱਤੇ ਖੜਾ ਇਸ ਵੇਲੇ ਨਜ਼ਾਰਾ ਦੇਖ ਰਹੇ ਹਾਂ ਡਾਕਟਰ ਜੀ, ਇਹ ਜਹਾਜ਼ ਦੇ ਵਿੱਚੋਂ ਇਹਦਾ ਦੀਦਾ ਅੱਜ ਜਿਹੜਾ ਸਾਨੂੰ ਐਨ ਆਰ ਵੀਰਾਂ ਨੇ ਜਿਹੜਾ ਅੱਜ ਨਜ਼ਾਰਾ ਦਿਖਾਇਆ ਕਿ ਜਹਾਜ਼ ਦੇ ਉੱਪਰੋਂ ਇੱਦਾਂ ਦਾ ਨਜ਼ਾਰਾ ਦੀਦਾ, ਅੱਜ ਮੈਂ ਸਟੇਡੀਅਮ ਉੱਤੇ ਖੜ ਕੇ ਇਹ ਗੱਲਾਂ ਮੈਂ ਕਰ ਰਿਹਾ ਸੀ। ਧੰਨਵਾਦ ਕਰਦੇ ਹਾਂ ਸਾਡੇ ਐਨ ਆਰ ਵੀਰ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਹਿਯੋਗ ਦਿੱਤਾ। ਮੈਂ ਇੱਕ ਹੋਰ ਅਨਾਊਂਸਮੈਂਟ ਕਰਦੇ ਹਾਂ ਕਿ ਮੇਰੇ ਸੱਜੇ ਅਤੇ ਖੱਬੇ ਪਾਸੇ ਸਾਡੇ ਨਗਰ ਦੀਆਂ ਸ਼ਖਸ਼ੀਅਤਾਂ ਬੈਠੀਆਂ ਨੇ ਐਨ ਆਰ ਆਈਜ਼। ਉਹਨਾਂ ਨੇ ਮੈਨੂੰ ਹੁਣੇ ਦੱਸਿਆ ਕਿ ਅਸੀਂ ਆਉਣ ਵਾਲੇ 50 ਸਾਲਾਂ ਦੇ ਵਿੱਚ ਇਹ ਸਟੇਡੀਅਮ ਕੰਪਲੀਟ ਕਰਕੇ ਦਿਖਾਲਣਾ। ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਸੱਜਣਾਂ ਦਾ ਜਿਨ੍ਹਾਂ ਨੇ 50 ਸਾਲਾਂ ਦੇ ਵਿੱਚ ਪਾਰਨ ਕੀਤਾ ਕਿ ਸਟੇਡੀਅਮ ਇਸੇ ਤਰ੍ਹਾਂ ਚਾਰੋਂ ਪਾਸੇ ਜਿਸ ਤਰ੍ਹਾਂ ਇਸ ਵੇਲੇ ਸਾਡੇ ਕੋਲ ਆਹ ਸਟੇਡੀਅਮ ਬਣਿਆ ਆ, ਹਾਂਜੀ, ਚਾਰੋਂ ਪਾਸੇ ਜਿਹੜੀਆਂ ਕੁਰਸੀਆਂ ਬਣਾਈਆਂ ਜਾਣਗੀਆਂ। ਧੰਨਵਾਦ ਜੀ ਡਾਕਟਰ ਜੀ। ਹਾਂਜੀ, ਮੈਂ ਇੱਕ ਬੇਨਤੀ ਕਰਦਾ ਵੀ ਪਹਿਲਾਂ ਤਾਂ ਸਾਰੀ ਕਮੇਟੀ ਉੱਪਰ ਜਾਵੇ ਸਟੇਜ ਤੇ। ਹਾਂਜੀ, ਜਿਹੜੀਆਂ ਬਗੈਰ ਪੁੱਛੇ ਤੋਂ ਗੇਮਾਂ ਕਰ ਰਹੇ ਆ ਸਾਰੇ ਮੇਰੇ ਵੀ ਨੋਟ ਕਰ ਲਓ, ਸਾਡੀ ਕਮੇਟੀ ਨੇ ਹਦਾਇਤ ਦੇ ਦਿੱਤੀ, ਬਾਅਦ ਦੇ ਵਿੱਚ ਕਿਸੇ ਦੀ ਕੋਈ ਬੇਇੱਜ਼ਤੀ ਹੋਊ ਜਾਂ ਫਿਰ ਸਾਡੀ ਕਮੇਟੀ ਦੇ ਵੱਲੋਂ ਦੋ ਹੱਥ ਜਿਹੜੇ ਕੀਤੇ ਜਾਣਗੇ ਬਾਅਦ ਦੇ ਵਿੱਚ ਤੁਸੀਂ ਇਤਰਾਜ਼ ਨਾ ਕਰਿਓ। ਹੁਣ ਨੋਟ ਕਰ ਲਓ ਵੀ ਬਗੈਰ ਪੁੱਛੇ ਤੋਂ ਕੋਈ ਗੇਮ ਨਾ ਕਰੇ, ਔਰ ਬੇਨਤੀ ਆ ਵੀ ਸਾਰੀ ਕਮੇਟੀ ਜਿਹੜੀ ਸਟੇਜ ਤੇ ਜਾਵੇ, ਕਿਉਂਕਿ ਜਿਹੜੀਆਂ ਮਾਣ ਮਤੀਆਂ ਸ਼ਖਸੀਅਤਾਂ ਦੇ ਵੱਲੋਂ ਵੱਡਾ ਯੋਗਦਾਨ ਆ, ਆਪਾਂ ਨਾਲ ਦੀ ਨਾਲ ਉਹਨਾਂ ਦੇ ਸਨਮਾਨ ਵੀ ਜਿਹੜੇ ਕਰਨੇ ਆ। ਹੈਲੋ ਹੈਲੋ ਕਰਮਜੀਤ ਜੀ, ਸਾਡੀ ਛਿੰਝ ਕਮੇਟੀ ਜਿੰਨੇ ਵੀ ਮੈਂਬਰ ਥੱਲੇ ਬੈਠੇ ਪਲੀਜ਼ ਸਟੇਜ ਤੇ ਆ ਜਾਓ। ਆਪਾਂ ਇੱਥੇ ਸਾਡੇ ਕੋਲ ਬੜੀਆਂ ਮਹਾਨ ਸ਼ਖਸੀਅਤਾਂ ਸਾਡੇ ਕੋਲ ਆਈਆਂ ਆ, ਉਹਨਾਂ ਦੇ ਨਾਲ ਮਿਲ ਕੇ ਆਪਾਂ ਸਨਮਾਨ ਜਿਹੜੇ ਲੋਕਾਂ ਨੂੰ ਦੇਣੇ ਆ ਇਸ ਸਟੇਜ ਤੋਂ ਦੇਵਾਂਗੇ। ਸਾਰੇ ਜਿਹੜੇ ਸਟੇਜ ਦੇ ਸਾਹਮਣੇ ਆ ਸੱਜਣ ਘੁੰਮ ਰਹੇ ਆ, ਇਹ ਮੈਨੂੰ ਲੱਗਦਾ ਵੀ ਸਾਡੇ ਨਗਰ ਦੇ ਹੀ ਆ। ਅਸੀਂ ਬੇਨਤੀ ਕਰਦੇ ਪਲੀਜ਼ ਅਸੀਂ ਕੁਰਸੀਆਂ ਲਾਈਆਂ ਇਹਨਾਂ ਵਾਸਤੇ, ਸਟੇਜ ਦੇ ਉੱਪਰ ਆ ਜਾਓ, ਵੱਖਰਾ ਨਜ਼ਾਰਾ ਸਟੇਜ ਤੋਂ ਦੇਖਣ ਦਾ। ਸਟੇਜ ਦੇ ਉੱਪਰ ਆ ਕੇ ਬੈਠੋ, ਤੁਹਾਡੇ ਵਾਸਤੇ ਕੁਰਸੀਆਂ ਅਤੇ ਪੱਖਿਆਂ ਦਾ ਪ੍ਰਬੰਧ ਅਸੀਂ ਕੀਤਾ ਆ, ਪਲੀਜ਼ ਸਟੇਜ ਦੇ ਉੱਤੇ ਆ ਜਾਓ। ਅਸੀਂ ਲਓ ਜੀ ਜੱਸਾ ਪੱਟੀ ਉਹ ਸਾਡੇ ਕੋਲ ਪਹੁੰਚ ਗਏ ਆ, ਇਸ ਤੋਂ ਬਾਅਦ ਪ੍ਰਿਤਪਾਲ ਫਗਵਾੜਾ, ਉਹਨਾਂ ਦਾ ਜੇ ਕੋਈ ਵੀ ਸੱਜਣ ਆਇਆ ਪਲੀਜ਼ ਸਟੇਜ 'ਤੇ ਰਿਪੋਰਟ ਕਰੇ। ਇਸ ਤੋਂ ਇਲਾਵਾ ਕਮਲ ਡੂਮਛੇੜੀ ਜੀ, ਉਹਨਾਂ ਦਾ ਵੀ ਕੋਈ ਆਇਆ ਉਹ ਵੀ ਸਾਨੂੰ ਰਿਪੋਰਟ ਕਰੇ ਤਾਂ ਕਿ ਆਪਾਂ ਇਨਾਮੀ ਕੁਸ਼ਤੀਆਂ ਸ਼ੁਰੂ ਕਰਵਾ ਸਕੀਏ। ਲਓ ਮਾਸ ਜੀ, ਕੁਸ਼ਤੀ ਹੋਣ ਜਾ ਰਹੀ ਆ, ਮਲਕੀਤ ਬਰਾਮ ਪਵਨ ਬਾੜਾ ਵਾਲੀ ਆ ਕਟਾਰੀਆ ਜੀ ਕਰਾ ਰਹੇ ਆ ਅੰਬਾਰੀ ਨਾਲ ਕੁਸ਼ਤੀ, ਬੜੀ ਵਧੀਆ ਕੁਸ਼ਤੀ ਆ। ਲਓ ਜੀ ਬਾਹ ਖੜੀ ਕਰੋ ਭਲਵਾਨੋ, ਮਲਕੀਤ ਬਰਾਮ ਪਵਨ ਬਾੜਾਵਾਲ ਬਈ ਹੈਪੀ ਮੰਨ ਲਓ ਮੁਜ਼ਾਰਾ ਕਿੱਥੇ ਆ ਬਈ, ਹੈਪੀ ਮੰਨ ਲਓ ਮੁਜ਼ਾਰਾ, ਚੱਲ ਬਈ ਮੱਲਾ ਵਿੱਚ ਹੈਪੀ ਮੰਨ ਲਓ ਮੁਜ਼ਾਰਾ ਭੱਜ ਕੇ ਆਵੇ ਵਿੱਚ ਖੜੇ ਦੇ, ਉਹਨਾਂ ਦੇ ਨਾਲ ਦਾ ਮੱਲ ਪੁੱਜ ਗਿਆ। ਬਹੁਤ ਬਹੁਤ ਧੰਨਵਾਦ ਆ ਸ਼ਖਸੀਅਤ ਜਿਹੜੀ ਸਾਡੇ ਦਰਮਿਆਨ ਪੁੱਜੀ ਹੈ, ਪਰਮਿੰਦਰ ਡੂਮਛੜੀ ਦਾ ਭਤੀਜਾ ਪੁੱਜਿਆ, ਨਰਿੰਦਰ ਮੇਰਾ ਵੀਰ ਪੁੱਜਿਆ, ਪਰਮਿੰਦਰ ਡੂਮਛੜੀ ਵੱਡਾ ਮੱਲ ਦੁਨੀਆ ਦਾ ਰਿਹਾ, ਉਹਨਾਂ ਦਾ ਭਤੀਜਾ ਜੀ ਪੁੱਜੇ ਹੈ। ਬਹੁਤ ਬਹੁਤ ਧੰਨਵਾਦ ਅੱਜ ਦੇ ਦੰਗਲ ਦੇ ਵਿੱਚ ਜਿੰਨੇ ਵੀ ਚਿਹਰੇ ਜੁੜਦੇ ਜਾ ਰਹੇ ਸਭ ਦਾ ਬਹੁਤ ਬਹੁਤ ਸਤਿਕਾਰ ਹੈ। ਹੈਲੋ ਮਾਸਟਰ ਜੀ, ਹਾਂਜੀ, ਡੂਮਛੇੜੀ ਵਾਲੇ ਸੁਨੇਹਾ ਦੇ ਕੇ ਵੀ ਅਸੀਂ ਆ ਗਏ ਹਾਂ ਵੀ ਰਿਸਪੈਕਟਡ ਡੂਮਛੇੜੀ ਜੀ, ਬੜੇ ਹੀ ਲੰਬੇ ਸਮੇਂ ਤੋਂ ਪੜਕੇ ਦੇ ਇੱਥੋਂ ਲਿਜਾ ਰਹੇ ਆ। ਹਾਂਜੀ ਕੁਲਤਾਰ ਜੀ, ਡੂਮਛੇੜੀ ਤੋਂ ਕੁਲਤਾਰ ਜੀ ਜੇ ਪਹੁੰਚੇ ਆ ਪਲੀਜ਼ ਸਟੇਜ 'ਤੇ ਰਿਪੋਰਟ ਕਰਨ ਤਾਂ ਕਿ ਆਪਾਂ ਇਨਾਮੀ ਕੁਸ਼ਤੀਆਂ ਦਾ ਜਿਹੜਾ ਪੈਨਲ ਆ ਉਹਨੂੰ ਬਣਾ ਸਕੀਏ। ਕੁਲਤਾਰ ਸਿੰਘ ਜੀ ਡੂਮਛੇੜੀ ਉਹ ਵੀ ਸਟੇਜ 'ਤੇ ਲੱਗ ਗਿਆ ਆ ਕੇ ਸਾਨੂੰ ਆਪਣੀ ਰਿਪੋਰਟ ਪੇਸ਼ ਕਰਨ। ਕੁਲਤਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਮੈਂ ਬੇਨਤੀ ਕਰਦਾ ਵੀ ਜਿਹੜੇ ਮੱਲਾਂ ਨੂੰ ਪਰਚੀ 'ਤੇ ਨਾਮ ਲਿਖੇ ਜਾਂਦੇ ਮੱਲ ਜਲਦੀ ਨਾਲ ਤਿਆਰੀ ਕਰ ਲੈਣ, ਟਾਈਮ ਬਹੁਤ ਥੋੜ੍ਹਾ ਹੈ, ਸਮਾਂ ਬੜਾ ਬਲਵਾਨ, ਸਮੇਂ ਦੀ ਕਦਰ ਕਰੋ, ਇਹ ਚੱਲਦਾ ਤੇਜ਼ ਰਫਤਾਰ ਇਹਦੀ ਨਬਜ਼ ਫੜੋ, ਸਮੇਂ ਨਾਲ ਹੀ ਕੀਤੇ ਚੰਗੇ ਲੱਗਦੇ ਕੰਮ ਸਭ ਨੂੰ, ਜੋ ਖੁੰਝ ਜਾਣ ਸਮੇਂ ਤੋਂ ਦਿੰਦੇ ਨੇ ਦੋਸ਼ ਰੱਬ ਨੂੰ, ਮਾੜਾ ਸਮਾਂ ਨਾ ਆਵੇ ਕਿਸੇ 'ਤੇ ਕਰੋ ਦੁਆਵਾਂ ਸੱਚੀਆਂ, ਸਮਾਂ ਕਰੇ ਬੰਦੇ ਨੂੰ ਬਰਬਾਦ, ਸਮਾਂ ਦੇਵੇ ਤਰੱਕੀਆਂ, ਇਹ ਕਦੇ ਸੌਂਦਾ ਕਦੇ ਰਵਾਉਂਦਾ, ਇਹਦਾ ਪੇਜ ਸਮਝ ਨਹੀਂ ਆਉਂਦਾ, ਰਾਜ ਖੇਲੇ ਤੁਰਨਾ ਪੈਂਦਾ ਜਦੋਂ ਅੰਤ ਸਮਾਂ ਸਿਰ 'ਤੇ ਆਉਂਦਾ। ਵੀ ਸਟੇਜ ਦੇ ਸਾਹਮਣੇ ਜਿੰਨੇ ਵੀ ਖੜੇ ਆ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਬਹਿ ਜਾਓ, ਪਿੱਛੇ ਮਾਣਮਤੀਆਂ ਸ਼ਖਸੀਅਤਾਂ ਬਜ਼ੁਰਗ ਸਹਿਬਾਨ ਜੁੜੇ ਆ, ਉਹਨਾਂ ਨੂੰ ਬੇਨਤੀ ਆ ਵੀ ਪ੍ਰੋਬਲਮ ਆ ਰਹੀ ਆ, ਸਾਰੇ ਮੇਰੇ ਵੀਰ ਬਹਿ ਜਾਓ ਜਿਹੜੇ ਸਟੇਜ ਦੇ ਸਾਹਮਣੇ ਆ, ਔਰ ਕੱਲੀ ਕੱਲੀ ਮਾਣਮਤੀ ਸ਼ਖਸੀਅਤ ਦੇ ਵੱਲੋਂ ਵੱਡਾ ਸਤਿਕਾਰ ਹੈ। ਦਿਆਲ ਤਨ ਤਨ ਵਾਲਾ ਜਹਾਜ਼ ਦਾ ਕਹਿੰਦੇ ਬਿਲਕੁਲ ਰੁਤਬਾ ਬਣਾ ਕੇ ਦਿਖਾ ਰਿਹਾ ਵੀ ਜਹਾਜ਼, ਤਾੜੀਆਂ ਜ਼ੋਰ ਦਨ ਮਾਰੀਆਂ, ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ ਜੀ, ਵਾਹ ਜੀ ਵਾਹ। ਲਓ ਜੀ ਯਾਰਾਂ ਨਾਲ ਬਹਾਰਾਂ ਤੇ ਮੇਲੇ ਮਿੱਤਰਾਂ ਦੇ, ਚੰਗ ਛੱਡ ਕੇ ਰਾਂਝਾ ਫਕੀਰ ਹੋਇਆ ਤੇ ਹੀਰ ਛੱਡ ਗਈ, ਸਾਥ ਸਹੇਲੀਆਂ ਦੇ ਸਜਣੋ ਸਭਨਾ ਨੇ ਇੱਥੋਂ ਇੱਕ ਦਿਨ ਤੁਰ ਜਾਣਾ, ਜਿੰਦਰੇ ਮਾਰ ਕੇ ਸੋਹਣ ਹਵੇਲੀਆਂ ਦੇ, ਜਿੰਦਰੇ ਮਾਰ ਕੇ ਸੋਹਣ।
ਮੇਲਿਆਂ ਦੇ ਮੇਲਾ ਮੇਲੀਆਂ ਦਾ ਯਾਰਾਂ ਵੇਲੀਆਂ ਦਾ ਮਿੱਤਰੋ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਅਸੀਂ ਇਹ ਮੰਨਦਾ ਮੰਨ ਕੇ ਤਰਦੇ ਹਾਂ ਸਹਿਯੋਗ ਮੰਗਦੇ ਹਾਂ ਇਸ ਇਲਾਕੇ ਦੀ ਆਸ ਤੇ ਪਿਆਰ ਦੀ ਜਿਹੜਾ ਸਾਡਾ ਪੂਰਾ ਸਹਿਯੋਗ ਦਿੰਦੇ ਆ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਬਈ ਬੇਨਤੀ ਆ ਸਾਡੇ ਡਾਕਟਰ ਸੁਖਦੇਵ ਸ਼ਰਮਾ ਜੀ ਨਾਲ ਦੀ ਨਾਲ ਕਾਲ ਕਰ ਰਹੇ ਆ ਮੱਲਾਂ ਨੂੰ ਬੇਨਤੀ ਆ ਵੀ ਜਿਹਨਾਂ ਨੂੰ ਕਾਲ ਕਰ ਰਹੇ ਉਹ ਜਲਦੀ ਨਾਲ ਭੱਜ ਭੱਜ ਕੇ ਆਈ ਜਾਣ ਬਈ ਇੱਧਰ ਮੁਕੇਸ਼ ਬੜਵਾਲ ਜੀ ਅਨਵਰ ਫੁਗਵਾੜਾ ਵਾਹ ਖੜੀ ਕਰੋ ਜੀ ਸ਼ਾਬਾਸ਼ ਇਹ ਕੁਛ ਦੀਦੀ ਅੰਪਾਰੀ ਸਿੰਧ ਸਿੰਘ ਜੀ ਕਰੋ ਆਹ ਕੁਸ਼ਤੀ ਹੋ ਰਹੀ ਆ ਮੁਕੇਸ਼ ਬੜਵਾਲ ਤੇ ਅਨਵਰ ਫੁਗਵਾੜਾ ਬਈ ਬੇਨਤੀ ਹੈ ਪਹਿਲਵਾਨ ਵੀਰਾਂ ਅੱਗੇ ਜਿਨ੍ਹਾਂ ਦਾ ਨਾਮ ਪਰਚੀ ਤੇ ਲਿਖਿਆ ਜਾਂਦਾ ਮੱਲ ਭੱਜ ਭੱਜ ਕੇ ਆਈ ਚੱਲੋ ਕਿਉਂਕਿ ਵੱਡੀਆਂ ਕੁਸ਼ਤੀਆਂ ਨੂੰ ਟਾਈਮ ਜਿਹੜਾ ਪੂਰਾ ਦੇ ਕੇ ਆਪਾਂ ਕੁਸ਼ਤੀਆਂ ਤੱਕਣੀਆਂ ਨੇ ਐਨ ਕੱਲੀ ਕੱਲੀ ਮਾਣਮੱਤੀ ਸ਼ਖਸੀਅਤ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਸੁਰਿੰਦਰ ਸਿੰਘ ਜੀ ਸਰਾਣਾ ਸਾਡੇ ਸਰਪੰਚ ਸਾਹਿਬ ਸਾਰੀ ਗ੍ਰਾਮ ਪੰਚਾਇਤ ਸਮੁੱਚੀ ਪ੍ਰਬੰਧਕੀ ਕਮੇਟੀ ਔਰ ਇਲਾਕੇ ਭਰ ਦੀ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦੇ ਵੱਲੋਂ ਵੱਡਾ ਵਿਸ਼ੇਸ਼ ਸਹਿਯੋਗ ਅਕਿਆਸ਼ ਕਮੁੰਟਾਲਾ ਤੇ ਪ੍ਰੀਤ ਚੰਬਲਾ ਦੂਸਰੀ ਪਰਚੀ ਵੀ ਲੈ ਜਾਓ ਭਾਜੀ ਉਹ ਵਿੱਚ ਬੇਨਤੀ ਕਰਦੇ ਕਿ ਸਟੇਜ ਦੇ ਸਾਹਮਣੇ ਬਿਲਕੁਲ ਕਲੀਅਰ ਕਰ ਦਿਓ ਸਾਡੇ ਸਟੇਜ ਦੇ ਖੱਬੇ ਪਾਸੇ ਸਾਡੇ ਪ੍ਰਬੰਧਕ ਵੀਰ ਬੈਠੇ ਆ ਪੈਸੇ ਲੈਣ ਵਾਲੇ ਅਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰਾਉਣਾ ਬੇਨਤੀ ਕਰਦੇ ਹਾਂ ਪਲੀਜ਼ ਕਿ ਆਪਣਾ ਸਟੇਜ ਜਿਹੜੀ ਆ ਸਟੇਜ ਦੇ ਸਾਹਮਣੇ ਪਿੱਛੇ ਆ ਜਾਓ ਪਿੱਛੇ ਅਸੀਂ ਕੁਰਸੀਆਂ ਲਾਈਆਂ ਆ ਅਸੀਂ ਫੋਰਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਦਾਂ ਵੀ ਤੁਹਾਡਾ ਸੂਤ ਆਉਂਦਾ ਇਹਨਾਂ ਨੂੰ ਪਿਛਲੇ ਪਾਸੇ ਲੈ ਜਾਓ ਲਓ ਮਾਸੀ ਇਨਾਮੀ ਕੁਸ਼ਤੀਆਂ ਸ਼ੁਰੂ ਹੋ ਗਈਆਂ 11,000 ਤੇ ਕੁਸ਼ਤੀ ਹੋ ਰਹੀ ਹੈ ਸਹਿਬਾਗ ਆਲਮਗੀਰ ਪਰਮਿੰਦਰ ਭੂਆ ਦਮੜੀ ਅੰਪਾਰੀ ਕਰ ਰਹੇ ਆ ਥੈਂਕ ਯੂ ਜੀ ਅੰਪਾਰੀ ਕਰ ਰਹੇ ਆ ਜੱਸਾ ਸਿੰਘ ਭੋਗਲ ਜੀ ਇਹ ਕੁਸ਼ਤੀ ਇਨਾਮੀ ਆ ਸ਼ਸ਼ੀ ਬਠੱਡਾ ਹੈਪੀ ਸੁੰਨੜਾ ਹਾਂਜੀ ਸ਼ੌਂਕੀ ਅਛਰਾ ਹੱਲਾ ਤੇ ਕਾਲਾ ਮੱਲੀ ਅਗਲੀ ਕੁਸ਼ਤੀ ਵਾਲੇ ਮੱਲ ਤਿਆਰ ਰਹਿਣ ਬਈ ਬੇਨਤੀ ਆ ਸਟੇਜ ਦੇ ਸਾਹਮਣੇ ਆਪਾਂ ਬਿਲਕੁਲ ਕਲੀਅਰ ਕਰਵਾ ਦੇ ਜਿਹੜੇ ਮੇਰੇ ਵੀਰ ਪਰਚੀਆਂ ਕੱਟ ਰਹੇ ਉਹਨਾਂ ਦੇ ਪਿੱਛੇ ਨਾ ਘੁੰਮੋ ਬਈ ਜਿਹੜੇ ਮੇਰੇ ਵੀਰ ਪਰਚੀਆਂ ਕੱਟਦੇ ਉਹਨਾਂ ਦੇ ਪਿੱਛੇ ਨਾ ਘੁੰਮੀਏ ਆਪਾਂ ਸਾਰੇ ਮੇਰੇ ਵੀਰ ਬਹਿ ਜਾਓ ਮੈਂ ਬੇਨਤੀ ਕਰ ਦਿੰਦਾ ਸਾਰੇ ਮੇਰੇ ਵੀਰ ਬਹਿ ਜਾਓ ਪਰਚੀ ਕੱਟਣ ਵਾਲਿਆਂ ਦੇ ਪਿੱਛੇ ਨਾ ਘੁੰਮੀਏ ਇੱਕ ਬੇਨਤੀ ਆ ਵੀ ਸਟੇਜ ਦੇ ਸਾਹਮਣੇ ਕੋਈ ਵੀ ਮੇਰਾ ਵੀਰ ਨਾ ਖੜੇ ਜੀਤੇ ਭਾਜੀ ਜੀਤਾ ਸਰਪੰਚ ਸਾਹਿਬ ਆਹ ਕਰਾਓ ਕੰਟਰੋਲ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਰਵਿਲਟੀ ਸੀ ਸਾਹਿਬ ਹੋ ਜਾਓ ਨਾਲ ਆਹ ਸਾਰੇ ਕੰਟਰੋਲ ਕਰਾਓ ਬਿਠਾ ਦਿਓ ਇਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈਲੋ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਸਾਡੇ ਖੱਬੇ ਪਾਸੇ ਜਿਹੜੀ ਚੇਅਰ ਲੱਗੀਆਂ ਆ ਸਾਡੇ MLA ਸਾਹਿਬ ਹੁਣੇ ਚੰਦ ਮਿੰਟਾਂ 'ਚ ਪਹੁੰਚ ਰਹੇ ਆ ਜੋਸ਼ੀ ਟੈਂਟ ਹਾਊਸ ਉਹ ਵੀ ਰਿਪੋਰਟ ਕਰਨ ਸਾਡੇ ਕੋਲ ਤਾਂ ਕਿ ਅਸੀਂ ਕੁਰਸੀਆਂ ਲਵਾ ਸਕੀਏ ਸਟੇਜ ਦੇ ਖੱਬੇ ਪਾਸੇ ਜਿਹੜੀਆਂ ਚੇਅਰ ਲਾਈਆਂ ਆ ਪਲੀਜ਼ ਇਹ ਜਿਹੜੀਆਂ VIP ਚੇਅਰਸ ਹੈਗੀਆਂ ਇਹਨਾਂ ਤੋਂ ਥੋੜ੍ਹਾ ਜਿਹਾ ਆਪਣਾ ਕਰੋ ਵੀ ਕਰੋ ਜਸ ਨੂੰ ਲਓ ਜੀ ਪੱਟ ਨੂੰ ਦੇਖ ਕੇ ਬੇਬੇ ਨੂੰ ਪੁੱਤ ਕਹਿੰਦਾ ਕਿ ਬੇਬੇ ਮੈਨੂੰ ਸਾਰੇ ਭਲਵਾਨ ਕਹਿੰਦੇ ਬੇਬੇ ਕਹਿੰਦੀ ਪੁੱਤਰਾ ਇਹ ਤਾਂ ਪਤਾ ਉਦੋਂ ਲੱਗਣਾ ਜਦੋਂ ਪੇਚੇ ਬਗਾਨਿਆਂ ਪੁੱਤਾਂ ਦੇ ਨਾਲ ਪੈਂਦੇ ਭਲਵਾਨ ਆਪਣੇ ਆਪਣੇ ਅਖਾੜਿਆਂ 'ਚੋਂ ਜ਼ੋਰ ਜਮਾਈ ਕਰਦੇ ਆ ਖੁਰਾਕਾਂ ਖਾਂਦੇ ਆ ਪਰ ਇਹ ਪਤਾ ਇਹ ਅਖਾੜਿਆਂ 'ਚ ਲੱਗਦਾ ਮੈਦਾਨ ਚੜ ਕੇ ਕੌਣ ਜਿੱਤਦਾ ਕੌਣ ਹਾਰਦਾ ਪੱਟੀ ਜੱਸਾ ਪੱਟੀ ਜੱਸੇ ਬਾਰੇ ਜੋ ਅਸੀਂ ਜਾਣਦੇ ਹਾਂ ਨਗਰ ਵਾਲੇ ਇਹਦੇ ਡੈਡੀ ਜੀ ਛਿੰਦਾ ਪੱਟੀ ਵਾਲਾ ਇਸ ਨਗਰ 'ਚੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਪੱਟ ਕੇ ਲੈ ਕੇ ਜਾਂਦਾ ਰਿਹਾ ਸਾਨੂੰ ਮੈਨੂੰ ਆਪਣੇ ਤੌਰ 'ਤੇ ਕਈ ਵਾਰ ਯਾਦ ਆ
ਤੇ ਅੱਜ ਉਹਨਾਂ ਦਾ ਲੜਕਾ ਇਸ ਨਗਰ ਚ ਪੜਕੇ ਦੀ ਕੁਸ਼ਤੀ ਲੜਿਆ ਉਹਦੇ ਨਾਲ ਪ੍ਰਿਤਪਾਲ ਜੀ ਫਗਵਾੜੇ ਵਾਲਾ ਜਿੱਥੇ ਜਿੱਥੇ ਵਾਸ ਹੁੰਦੇ ਆ ਸਾਡੀ ਸਟੇਜ ਤੇ ਸਰਪੰਚ ਸਾਹਿਬ ਸੁਰਿੰਦਰ ਸਿੰਘ ਸਰਾਣਾ ਜੀ ਤੇ ਹੋਰ ਪ੍ਰਬੰਧਕ ਕਮੇਟੀਆਂ ਨਾਲ ਕੰਟੈਕਟ ਕਰਨ ਤਾਂ ਕਿ ਇਹਨਾਂ ਦੀ ਅਸੀਂ ਗੇੜੀ ਦਵਾਈਏ ਟਾਈਮ ਖੜਦੇ ਖੜਦੇ ਗੇੜੀ ਦਵਾਉਣ ਤੋਂ ਬਾਅਦ ਇਹ ਕੁਸ਼ਤੀ ਸਾਡੀ ਫਾਈਨਲ ਤੇ ਪੜਕੇ ਦੀ ਕੁਸ਼ਤੀ ਹੋਵੇਗੀ। ਹੈਲੋ, ਅਗਲੀ ਕੁਸ਼ਤੀ ਹੈ ਜੀ ਖਲੀ ਧਲੇਤਾ ਤੇ ਮਾਨਵ ਬਾਬਾ ਪਲਾਹੀ ਸੱਜਣ ਬੈਠੇ ਆ ਚਿਹਰਿਆਂ ਤੇ ਬੇਨਤੀ ਕਰਦੇ ਆ ਕਿ ਖਲੀ ਧਲੇਤਾ ਖਾਲੀ ਚਾਹੀਦੀ ਆ ਸਾਨੂੰ ਪਲੀਜ਼ ਆਪੇ ਆਪਣੇ ਆਪ ਉੱਠ ਕੰਨ ਮਾਨਵ ਵੀਆਈਪੀ ਜਿਹੜੇ ਅਸੀਂ ਸੱਦੇ ਆ ਉਹ ਹੁਣੇ ਚੰਦ ਮਿੰਟਾਂ ਚ ਪਹੁੰਚ ਰਹੇ ਆ ਜੋਸ਼ੀ ਟੈਂਟ ਹਾਊਸ ਜੋਸ਼ੀ ਟੈਂਟ ਹਾਊਸ ਉਹ ਵੀ ਰਿਪੋਰਟ ਕਰੇ ਹਾਂ ਜੋਸ਼ੀ 30 ਓਨਲੀ 30 ਚੇਅਰਸ ਆ ਰਿਜ਼ਰਵ ਨਾਓ 30 ਕੁਰਸੀਆਂ ਰਿਜ਼ਰਵ ਚਾਹੀਦੀਆਂ ਹਾਂ ਠੀਕ ਆ ਓਕੇ ਓਕੇ ਬਾਕੀ ਅਸੀਂ ਬੇਨਤੀ ਕਰਦੇ ਹਾਂ ਇਹ ਥੱਲੇ ਬੁਲਾਓ ਗੋਲੂ ਅੰਬਰਸਰ ਲਾਡੀ ਬਾੜੋਵਾਲ ਦੀ ਕੁਸ਼ਤੀ ਹੋ ਰਹੀ ਆ ਪਲੀਜ਼ ਸਾਹਮਣੇ ਆ ਜਾਓ। ਹੈਲੋ ਲਓ ਜੀ ਇੱਕ ਹੋਰ ਅਨਾਊਂਸਮੈਂਟ ਅਸੀਂ ਕਰ ਦਈਏ ਕਿ ਜਿਹੜੇ ਸੱਜਣ ਘੁਲ ਕੇ ਆਉਂਦੇ ਆ ਉਹ ਵੀ ਆਪਣੇ ਆਪ 5100 ਰੁਪਈਆ ਲਿਖ ਕੇ ਆਉਂਦੇ ਆ ਇਹਦੇ ਨਾਲ ਕੋਈ ਸਾਈਨ ਨਹੀਂ ਸਾਡੇ ਕਮੇਟੀ ਮੈਂਬਰ ਦਾ ਕੋਈ ਮੋਹਰ ਨਹੀਂ ਅਸੀਂ ਜਿਹੜੀਆਂ ਇਸ ਤਰ੍ਹਾਂ ਪਰਚੀਆਂ ਆਊਗੀਆਂ ਅਸੀਂ ਉਹਦਾ ਕੋਈ ਇਨਾਮ ਨਹੀਂ ਦੇਵਾਂਗੇ ਸਾਡਾ ਛਿੰਜ ਕਮੇਟੀ ਜਿਹੜੇ ਮੈਂਬਰ ਆ ਅਸੀਂ ਨਿਯੁਕਤ ਕੀਤੇ ਆ ਉਹਨਾਂ ਦੇ ਸਾਈਨਾਂ ਤੋਂ ਬਗੈਰ ਅਸੀਂ ਕਿਸੇ ਵੀ ਪਹਿਲਵਾਨ ਵੀਰ ਨੂੰ ਪੈਸਾ ਨਹੀਂ ਦੇਣਾ ਇਸ ਤਰ੍ਹਾਂ ਪਰਚੀਆਂ ਦੇ ਉੱਤੇ 5100 ਰੁਪਈਆ ਲਿਖ ਕੇ ਆਏ ਆ ਇਹਨਾਂ ਪਰਚੀਆਂ 'ਤੇ ਨਾ ਕਿਸੇ ਵੀ ਸਾਡੇ ਅੰਪਾਇਰ ਦਾ ਕਿਸੇ ਦੇ ਦਸਤਖਤ ਨਹੀਂ ਹੈਗੇ ਇਸ ਤਰ੍ਹਾਂ ਇਹ ਪਰਚੀਆਂ ਜਿਹੜੀਆਂ ਅਸੀਂ ਇਹਨਾਂ 'ਤੇ ਕੋਈ ਇਨਾਮ ਨਹੀਂ ਦਿੱਤਾ ਜਾਊਗਾ। ਲਓ ਜੀ ਹੁਣ ਅਸੀਂ ਸਪੈਸ਼ਲ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਕਿ ਹੁਣ ਅਸੀਂ ਇਨਾਮੀ ਕੁਸ਼ਤੀਆਂ ਜਿਹੜੀਆਂ ਸ਼ੁਰੂ ਕਰਵਾ ਦਿੱਤੀਆਂ ਆ ਸਾਡੇ ਕੋਲ ਪਹਿਲਵਾਨ ਵੀਰ ਜੀ ਥੱਲੇ ਆ ਮਾਸੀ 11000 ਵਾਲੀ ਕੁਸ਼ਤੀ ਚੱਲ ਰਹੀ ਆ ਬੜੀ ਜ਼ਬਰਦਸਤ ਕੁਸ਼ਤੀ ਆ ਬਹੁਤ ਫਸਵੀਂ ਕੜਾਕੇਦਾਰ ਕੁਸ਼ਤੀ ਆ ਬਹੁਤ ਸੋਹਣੇ ਪਹਿਲਵਾਨ ਆ ਇਹਦੀ ਅੰਪਾਇਰੀ ਸਾਡੇ ਪਾਲੀ ਜੀ ਕਰ ਰਹੇ ਆ ਬੜੇ ਧਿਆਨ ਨਾਲ ਬੜੇ ਬੜੇ ਸੋਹਣੇ ਪਹਿਲਵਾਨ ਆ ਵਾਜੀ ਵਾਹ ਚੋਲੂ ਅੰਬਰਸਰ ਤੇ ਲਾਡੀ ਬਾੜੋਵਾਲ ਵੀ ਆ ਜਾਵੇ ਅਗਲੀ ਕੁਸ਼ਤੀ ਹੈ ਜੀ 3100 ਰੁਪਏ ਦੀ ਕੁਸ਼ਤੀ ਰਾਹੁਲ ਫਗਵਾੜਾ ਤੇ ਜੱਗੀ ਪਾਸਲਾ ਰਾਹੁਲ ਫਗਵਾੜਾ ਤੇ ਪੱਪੂ ਪਾਸਲੇ ਦਾ ਸ਼ਿਗਿਰਦ ਜੱਗੀ ਇਹਨਾਂ ਦੇ ਵਿਚਕਾਰ ਹੋ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਉਸ ਪਰਿਵਾਰ ਦਾ ਵੀ ਵੱਡਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਧਰਮਿੰਦਰ ਜਲਦੀ ਨਾਲ ਅਖਾੜੇ 'ਚ ਬੁੱਝੇ ਧਰਮਿੰਦਰ ਸਾਊਂਡ ਵਾਲਿਆ ਭਾਅ ਜੀ ਕੁਛ ਨਹੀਂ ਸਮਝ ਆਉਂਦਾ ਅਸੀਂ ਕਿਆ ਬੋਲਦੇ ਹਾਂ ਸਾਊਂਡ ਦੀ ਆਵਾਜ਼ ਬੜੀ ਘੱਟ ਹੈ ਪਲੀਜ਼ ਧਿਆਨ ਦਿਓ। ਹੈਲੋ ਪ੍ਰਿਤਪਾਲ ਫਗਵਾੜਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਟੇਜ ਦੇ ਲਾਗੇ ਆਉਣ ਪ੍ਰਿਤਪਾਲ ਫਗਵਾੜਾ ਥੋੜਾ ਸਟੇਜ ਦੇ ਸਾਹਮਣੇ ਉਹ ਕਲੀਅਰ ਕਰ ਦਿਓ ਜਗ੍ਹਾ ਬਈ ਸਟੇਜ ਦੇ ਸਾਹਮਣੇ ਨਜ਼ਰ ਨਹੀਂ ਆਉਂਦਾ ਕੁਛ ਅਸਲ 'ਚ ਇਕੱਠ ਬਹੁਤ ਜ਼ਿਆਦਾ ਹੋ ਗਿਆ ਰੌਣਕ ਬਹੁਤ ਜ਼ਿਆਦਾ ਹੈ ਸੰਗਤ ਬਹੁਤ ਜ਼ਿਆਦਾ ਦਰਸ਼ਕ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਇਹ ਖੁਸ਼ੀ ਵਾਲੀ ਗੱਲ ਹੈ ਚੈਨ ਪੱਟੀ ਮਾਨ ਮੰਡੂਮ ਛੇੜੀ ਇਹ 11000 ਦੀ ਕੁਸ਼ਤੀ ਦੇ ਇੱਥੇ ਪਹੁੰਚ ਜਾਣ ਵਾਹ ਜੀ ਵਾਹ ਮੈਂ ਧੰਨਵਾਦੀ ਹਾਂ ਮਾਸਟਰ ਜਗਦੀਸ਼ ਜੀ ਹਰਮੇਲ ਸਿੰਘ ਜੀ ਢੇਸੀ ਕੈਸ਼ੀਅਰ ਸਾਹਿਬ ਔਰ ਨਾਲ ਹੀ ਸਰਦਾਰ ਸੁਰਿੰਦਰ ਸਿੰਘ ਜੀ ਸਰਾਣਾ ਸਰਪੰਚ ਸਾਹਿਬ ਜਿਹੜੇ ਪ੍ਰਧਾਨ ਨੇ ਛਿੰਜ ਕਮੇਟੀ ਦੇ ਔਰ ਨਾਲ ਹੀ ਸਤਿਕਾਰ ਜੋ ਬਲਜਿੰਦਰ ਸਿੰਘ ਜੀ ਲਾਡੀ ਸ਼੍ਰੀ ਤਰਸੇਮ ASI ਥਾਣੇਦਾਰ ਸਾਹਿਬ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਜਮੇਰ ਸਿੰਘ ਜੀ ਸਾਬਕਾ ਸਰਪੰਚ ਔਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਤਮਾਮ ਉਹ ਸਾਰੇ ਜਿਹੜੇ ਵਲੰਟੀਅਰ ਦਿਨ ਰਾਤ ਜਿਹੜੇ ਮੁਸ਼ੱਕਤ ਕਰਕੇ ਉੱਧਰ ਛੋਲੇ ਪੂੜੀਆਂ ਦਾ ਲੰਗਰ ਲਾਇਆ ਹੋਇਆ ਉਹਨਾਂ ਦਾ ਧੰਨਵਾਦ ਹੈ ਜੀ। ਕਾਂਤੀ ਮੋਹਨ ਜੀ ਸਾਡੇ ਕੋਲ ਚੇਚੇ ਤੌਰ 'ਤੇ ਮਠੱਡਿਆਂ ਵਾਲੇ ਪੰਜਾਬ ਦੇ ਜਨਰਲ ਸਕੱਤਰ ਪੁੱਜੇ ਹੋਏ ਆ ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਸਵਾਗਤ ਕਰਦੇ ਹਾਂ ਨਾਲ ਹੀ ਦੀਪੀ ਸ਼ੀਰਾ ਵੱਲੋਂ ਦੀਪੀ ਸ਼ੀਰਾ USA ਵੱਲੋਂ ਉੱਧਰ ਸ਼ਬੀਲ ਦੀ ਸੇਵਾ
ਤੇ ਮੇਰਾ ਵੀਰ ਸ਼ਮੀਲ ਦੀ ਸੇਵਾ ਤੇ ਨਾਲ ਛੋਲੇ ਪੂੜੀਆਂ ਦਾ ਲੰਗਰ ਮੇਰੇ ਵੀਰਾਂ ਨੇ ਲਾਇਆ ਹੋਇਆ। ਸੁਲੇਮਾਨ ਪੱਟੀ ਬਲਜਿੰਦਰ ਆਲਮਗੀਰ ਦੀ ਆਵਾਜ਼ ਸੁਣਦੇ ਆ, ਚੰਨਾ ਸਾਹਿਬ ਦੇ ਕੋਲ ਆ ਜਾਣਾ। ਲਓ ਜੀ, ਬੜਾ ਮਾਨ ਸਨਮਾਨ ਹੋ ਰਿਹਾ ਆ। ਜੱਸੇ ਪੱਟੀ ਦੇ ਪ੍ਰਿਤਪਾਲ ਜੀ ਫੁਆੜੇ ਦਾ ਸਾਡੇ ਸਰਪੰਚ ਸਾਹਿਬ ਸੁਰਿੰਦਰ ਸਿੰਘ ਜੀ ਸਰਾਣਾ, ਕੈਸ਼ੀਅਰ ਸਾਹਿਬ ਹਰਮੇਲ ਸਿੰਘ ਢੇਸੀ ਤੇ ਵੈਲਫੇਅਰ ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰ ਤੇ ਹੋਰ ਸਾਡੇ ਨਗਰ ਦੀ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਤੇ ਨਗਰ ਨਿਵਾਸੀ, ਉਹਨਾਂ ਦਾ ਬਹੁਤ ਪਿਆਰ ਸਤਿਕਾਰ ਨਾਲ ਗੇੜੀ ਦਵਾਉਣਗੇ। ਮੈਂ ਬੇਨਤੀ ਕਰੂੰ ਦਰਸ਼ਕ ਵੀਰਾਂ ਕਿ ਇਹਨਾਂ ਦੋਨੇ ਪਹਿਲਵਾਨਾਂ ਦਾ ਮਾਣ ਬਣਦਾ ਮਾਣ ਦਿੱਤਾ ਜਾਵੇ। ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਇਸ ਨਗਰ ਦੀ ਮਿੱਟੀ ਨੂੰ ਸਲਾਮ ਕੀਤੀ ਆ ਨਾ ਪਹਿਲਵਾਨਾਂ ਨੇ, ਧੰਨਵਾਦ ਆ, ਬਹੁਤ ਬਹੁਤ ਮਿਹਰਬਾਨੀ। ਹਰ ਕੋਈ ਆਪਣੇ ਆਪ ਤੇ ਮਾਣ ਕਰਦਾ, ਆਉਂਦਾ ਜੋ ਵੀ ਇਸ ਜਹਾਨ ਅੰਦਰ ਫੜਾ ਫੋਕੀਆਂ ਮਾਰ ਕੇ ਤੁਰਨ ਵਾਲੇ ਪਰਖੇ ਜਾਣਗੇ ਰੂਪੋਵਾਲ ਦੇ ਛਿੰਝ ਮੈਦਾਨ ਅੰਦਰ। ਅੱਜ ਪਤਾ ਲੱਗੂ ਖਾਧੀਆਂ ਖੁਰਾਕਾਂ ਕੀਤੀਆਂ ਮਿਹਨਤਾਂ ਦਾ, ਦਿਨ ਰਾਤ ਜਿਹਨਾਂ ਨੇ ਮਿਹਨਤ ਕੀਤੀ ਚੋਟੀ ਦੇ ਮੱਲ। ਕਾਂਤੀ ਮੋਲ ਜੀ ਜੀ ਪੰਜਾਬ ਜਨਰਲ ਸਕੱਤਰ ਬਸਪਾ ਸਾਡੇ ਕੋਲ ਪਹੁੰਚ ਗਏ ਆ ਜੀ, ਆਖਦੇ ਧੰਨਵਾਦ ਕ੍ਰਾਂਤੀ ਮੋਲ ਜੀ। ਇਸ ਤਰ੍ਹਾਂ ਸਾਡੇ ਕੋਲ ਕੋਈ ਵੀ VIP ਪਹੁੰਚਦਾ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਪਲੀਜ਼ ਸਟੇਜ ਤੇ ਰਿਪੋਰਟ ਕਰਨ ਤਾਂ ਕਿ ਜੀ ਮਾਸਟਰ ਜਿੱਦਾਂ ਸਾਰੇ ਆਪੋ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੇ ਆ। ਨੌਜਵਾਨ ਕੋਹਾਲੀ ਉਹਨਾਂ ਨੂੰ ਵੀ ਬੇਨਤੀ ਕਰਦੇ ਸਟੇਜ ਦੇ ਲਾ ਕੇ ਆ ਕੇ ਆਪਣਾ ਵੀ ਸਨਮਾਨ ਲੈਣ ਅਤੇ ਆਪਣਾ ਵੀ ਗੇੜੀ ਦਾ ਕਰਨ ਜੀ। ਲਓ ਜੀ ਹਿਤੇਸ਼ ਸਾਡੇ ਕੋਲ ਸਾਰੇ ਇਹਨਾਂ ਦੇ ਵੀਰਾਂ ਦਾ ਅਸੀਂ ਅੱਜ ਧੰਨਵਾਦ ਕਰਦੇ ਹਾਂ। ਇਹ ਸਦਾ ਅਸੀਂ ਇਹਨਾਂ ਦੇ ਨਗਰ ਵਾਲੇ ਧੰਨਵਾਦੀ ਰਹਾਂਗੇ। ਬੜਾ ਵੱਡਾ ਇਹਨਾਂ ਦਾ ਉਪਰਾਲਾ ਇਹ ਨਗਰ ਲਈ। ਸਾਡੇ ਸਾਬਕਾ ਸਰਪੰਚ ਸਰ ਅਜਮੇਰ ਸਿੰਘ ਜੀ ਸੇਖੋਂ ਜੋ ਆਪਣੇ ਸਾਰੇ ਭਰਾਵਾਂ ਦੇ ਨਾਲ ਆਏ ਆ, ਜਨੈਲ ਸਿੰਘ ਸੇਖੋਂ, ਸ਼ਿੰਗਾਰਾ ਸਿੰਘ ਜੀ, ਮਹਿੰਦਰ ਸਿੰਘ ਸਰਾਣਾ, ਹੋਰ ਜਿੰਨੇ ਵੀ ਸਾਡੇ ਐਨਆਰ ਵੀਰ ਆਏ ਆ, ਮੈਂ ਸਾਰਿਆਂ ਨਾਂ ਤਾਂ ਨਹੀਂ ਲੈ ਸਕਦਾ ਟਾਈਮ ਦੀ ਘਾਟ ਕਰਕੇ। ਬੜਾ ਯੋਗਦਾਨ ਹੈ ਇਸ ਨਗਰ 'ਚ ਇਹਨਾਂ ਵੀਰਾਂ ਦਾ, ਧੰਨਵਾਦੀ ਹਾਂ ਜੀ, ਧੰਨਵਾਦੀ। ਹੈਲੋ ਬਾਈ, ਕਮੇਟੀ ਵੱਲੋਂ ਬੇਨਤੀ ਹੈ ਮੁਲਾਜ਼ਮਾਂ ਨੂੰ ਬਈ ਸਾਰੇ ਜਿੰਨੇ ਬੰਦੇ ਖੜੇ ਆ ਸਾਰਿਆਂ ਨੂੰ ਬਿਠਾ ਲਓ, ਸਾਰਿਆਂ ਨੂੰ ਬਿਠਾ ਲਓ ਪਲੀਜ਼। ਹਿਤੇਸ਼ ਗੇੜਾ ਲਾਉਣਾ, ਚੱਲ ਮਾਰ ਹਿੰਮਤ ਫਿਰ ਨਾਲੋ। ਹਿਤੇਸ਼ ਕਾਲਾ ਬਾਦਰ ਵੀ ਧਿਆਨ ਦਿਓ, ਤਿੰਨ ਮੁੰਡੇ ਆ ਗੇੜੇ ਵਾਲੇ ਭੁਲਾਂ ਜੀ, ਇਹਦੇ ਵੀ ਸਰੂਪਾ ਪਵਾ ਦਿੰਦੇ ਨਾਲ ਹੀ। ਇੱਕ ਮੇਰੇ ਵੀਰ ਦਾ ਕਿ ਪਰਸ ਗੁੰਮ ਹੋ ਗਿਆ ਹੈ, ਉਹਦੇ ਵਿੱਚ ਦੁਬਈ ਦਾ ਇੱਕ ਲਾਇਸੈਂਸ ਹੈ, ਇੱਕ ਇੰਡੀਆ ਦਾ ਲਾਇਸੈਂਸ ਹੈ ਤੇ ਕੁਝ ਇੱਕ ਰੁਪਈਏ ਵੀ ਹੈ। ਜੇ ਕਿਸੇ ਨੂੰ ਮਿਲੇ ਰੁਪਈਏ ਬੇਸ਼ੱਕ ਕੱਢ ਲਿਓ, ਪਰ ਉਹ ਬਟੂਆ ਸਾਨੂੰ ਦੇ ਦਿਓ, ਬੜੀ ਮਿਹਰਬਾਨੀ ਹੈ। ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਥੋੜ੍ਹੀ ਡਿਊਟੀ ਆਪਣੀ ਟਾਈਟ ਕਰ ਲਓ, ਥੋੜ੍ਹਾ ਜਿਹਾ ਸਖਤੀ ਵਰਤ ਸਕਦੇ ਹੋ, ਪਿਆਰ ਨਾਲ ਬਿਠਾਉਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ। ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ, ਸਾਡੇ ASI ਸਾਹਿਬ ਕਹਿੰਦੇ ਨੇ ਇਹ ਗੱਲ ਕਿ ਥੋੜ੍ਹਾ ਸਟ੍ਰਿਕਟ ਹੋਣ ਦੀ ਲੋੜ ਹੈ, ਤੋ ਮੈਂ ਬੇਨਤੀ ਕਰਦਾ ਸ਼੍ਰੀ ਤਰਸੇਮ ਲਾਲ ਜੀ ASI ਇੰਡੀਕੇਟ ਕਰ ਦਿਓ ਜੀ ਸਾਰੇ ਪੁਲਿਸ ਵਾਲੇ ਵੀਰਾਂ ਨੂੰ, ਬੜੀ ਮਿਹਰਬਾਨੀ, ਥੋੜ੍ਹਾ ਸਾਥ ਦਿਓ ਕਿਉਂਕਿ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਵੱਖ ਵੱਖ ਪਿੰਡਾਂ ਨਗਰਾਂ ਸ਼ਹਿਰਾਂ ਤੋਂ ਇੱਥੇ ਸੰਗਤ ਪੁੱਜੀ ਹੈ। ਇੰਨਾ ਵੱਡਾ ਸਲਾਨਾ ਦੰਗਲ, ਇੰਨਾ ਵੱਡਾ ਛਿੰਝ ਮੇਲਾ, ਇਹ ਧੰਨ ਧੰਨ ਬਾਬਾ ਵਸਾਊ ਜੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੁੰਦਾ। ਤੇ ਚੋਟੀ ਦੇ ਮੱਲ ਪਹਿਲਵਾਨ ਅੱਜ ਆਪਣੀ ਕੁਸ਼ਤੀ ਕਲਾ ਦੇ ਜ਼ਹਿਰ ਦਿਖਾ ਰਹੇ ਨੇ ਕਿ ਪਹਿਲਵਾਨੀ ਵਾਲਾ ਪੂਰਾ ਨਾਮ ਜੱਗ ਤੇ ਛਿੰਝਾਂ ਵਿੱਚ ਮੱਲ ਬੜੇ ਸੋਹਣੇ ਲੱਗਦੇ, ਢਾਕ ਕਦੇ ਧੋਬੀ ਕਲਾ ਜੰਗ ਵੱਜਦੇ, ਛਿੰਝਾਂ ਵਿੱਚ ਮੱਲ ਬੜੇ ਸੋਹਣੇ ਲੱਗਦੇ। ਹੈਲੋ, ਛਿੰਝਾਂ ਵਿੱਚ ਮੱਲ ਬੜੇ ਆ ਬਈ ਹਾਦੀ ਪਹਿਲਵਾਨ ਨੇ ਰਾਨ ਅਖਾੜਾ ਮੁੱਲਾਪੁਰ ਗਰੀਬ ਦਾਸ ਅਖਾੜੇ ਦੇ ਵਿੱਚ ਪੁੱਜੇ ਹਾਦੀ ਹਾਦੀ ਇਰਾਨ ਔਰ ਸਾਹਮਣੇ ਜਿਹੜਾ ਮੈਦਾਨ ਦੇ ਵਿੱਚ ਨਗਰ ਵਾਲੇ ਪਾਸੇ ਤੇ ਜਿਹੜਾ ਗੱਭਰੂ ਆ ਰਿਹਾ ਅਖਾੜੇ ਦੇ ਵਿੱਚ, ਇਹ ਹੌਦੀ ਪਹਿਲਵਾਨ ਇਰਾਨ ਵਾਲਾ ਅਖਾੜਾ ਮੁੱਲਾਪੁਰ ਗਰੀਬ ਦਾਸ ਤੇ ਮਨਵੀਰ ਪਹਿਲਵਾਨ PAP, ਤਿੰਨ ਨੰਬਰ ਝੰਡੀ ਦੀ ਕੁਸ਼ਤੀ ਹੋਣੀ ਇਹਨਾਂ ਨੌਜਵਾਨਾਂ ਦਰਮਿਆਨ। ਆ ਵੀ ਮਨਵੀਰ ਰੈੱਡ ਟੀ ਸ਼ਰਟ ਦੇ ਵਿੱਚ ਔਰ ਸਾਹਮਣੇ ਆ ਰਿਹਾ ਮਨਵੀਰ ਪਹਿਲਵਾਨ PAP। ਇੱਕ ਵਾਰ ਤਾੜੀਆਂ ਲਾ ਦਿਓ ਇਹਨਾਂ ਮੱਲਾਂ ਲਈ, ਮਨਵੀਰ ਦੌੜ ਕੇ ਆਓ ਬਈ। ਬਈ ਲਾਪਰੀਤ ਖੰਨਾ ਤਿਆਰ ਹੋ ਜਾਵੇ, ਚੌਥੀ ਨੰਬਰ ਦੀ ਜਿਹੜੀ ਕੁਸ਼ਤੀ ਤਿਆਰ ਹੋ ਜਾਓ। ਸੁਨੀਲ, ਅਗਰ ਸੁਨੀਲ ਅਖਾੜੇ 'ਚ ਆ ਗਿਆ
अखाड़े नू सलामी दवे सनील लपरीत रमाली लाओ बलवान जी हाँ आजो आजो हाथ जोड़ी करो एक बार आके लपरीत आ विच आए सुनील चला जी एक बार इधर आजो झंडे कोले झंडे कोल सेंटर च आ जा मारा दौड़ के ए सुनील चला जीरक पर ते नाल लपरीत पहलवान खन्ना चार नंबर की कुश्ती है ते 15 मिनट का समय ए पहलवान तैयार हो जाओ लेके आ जाओ हाँ हाँ आ चार नंबर की कुश्ती का मासी ना असी अनाउंस करता ए मैं बेनती करना के 10-15 मिनट से पहलवान अपने खोल के लगोटे कस के मैदान च आउण तां कि असी पड़के की कुश्ती लेट ना हो सकी है सारे पहलवानों अगे हाथ जोड़ के बेनती आ श्री श्री पवन कुमार जी राय ASI विजिलेंस CID वो साढ़े को पुजे हुए उन्हों का इतने पहुँचने से निघा स्वागत है होर भी इलाके दिया बहुत सारिया माण मतिया शख्सियत अज इस कुश्ती दंगल को देखने वास्ते पुजिया सारे का असं तह दिल तो धन्यवाद करते हैं सारे जी आके ने मैदान के चल दिया हुई कुश्तियाँ एक दूजे तो वध सारे गभरू एक दूजे तो चढ़ के गभरू अज इत्थे बहुत ही शानदार कुश्ती लड़ वास्ते आए है दुआबा लाइव TV और पंजाबी लाइव TV ते अज दी शिंजे लाइव चल रही है सो चैनल तो जिन्हें भी साढ़े वीर पुजे है उन्होंने मासी मैं बेनती करदा कि मेरे स्टेज के सामने जिहड़े वीर रश पा के बैठे आ थोड़ा जिहा जे साडिया हथ जोड़ के बेनतियां आ मननिया ना मननिया थोड़ी मर्जी पर सानू ये उम्मीद आ कि मनोगे आज जो सामने रश पिया प्लीज ये तुसी एक साइड तो हो जाओ तो बहुत वधिया आ साडे सिक्योरिटी वीरां नू सख्ती ना बरतनी पवे ते ना सानू कहना पवे इसलिए बेनती करते हैं कि स्टेज के सामने खाली हो जाओ डॉक्टर साहब साडे कोल DSP साहब भी आए हुए है DSP श्री देवराज जी वह भी पहुंचे हुए हैं सो उन्हों का भी इतने पहुंचने से निघा स्वागत निघा जी यार लो जी साढ़े सामने लगातार बेनती करते प्लीज अभी सहयोग करने इतने आ खड़ो हाँ जी एक बेनती है भी मनजीत बहादुरगढ़ कितने है लो सोनू सरसा अखाड़ा तलेते वाला मल भजा आ भी कुश्ती कहते 31,000 की है अंग्रेज आ भी भज के अंग्रेज डूम छेड़ी कितने आ भी मल अंग्रेज डूम छेड़ी मनजीत बहादुरगढ़ कितने आ भाई ਅਸੀਂ HSO ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਫੋਰਸ ਨੂੰ ਪਲੀਜ਼ ਸਟੇਜ ਹੈਲੋ ਬਈ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਸਟੇਜ ਤੇ ਜਾ ਕੇ ਸਾਡੇ ਮਾਸਟਰ ਜਗਦੀਸ਼ ਜੀ ਨਾਲ ਸੰਪਰਕ ਜ਼ਰੂਰ ਕਰ ਲੈਣ ਬਈ ਮਨੂ ਬਾੜੋਵਾਲ ਤੇ ਮਨਜੀਤ ਬਹਾਦਰਗੜ੍ਹ ਸਪੈਸ਼ਲ ਕੁਸ਼ਤੀ ਹੋਣ ਜਾ ਰਹੀ ਹੈ 5100 ਰੁਪਏ ਦੀ ਸਪੈਸ਼ਲ ਉੱਥੇ ਮੈਂ ਧੰਨਵਾਦੀ ਹਾਂ ਮਨੂ ਬਾੜੋਵਾਲ ਉਹਨਾਂ ਦੇ ਮਿੱਤਰ ਸੋਨੂ ਲੇਲ ਤੇ ज्ञानी सराहड़ा इन्हों वालों 501 रुपए के स्पैशल नाम मेरे वास्ते आए हैं बोलना तो खुश हो के तह दिल तो धन्यवाद बहुत बहुत मेहरबानी जी हाँ जी अंग्रेज डूमछेड़ी क्यों नहीं आ रहा भी बिच खड़े थे मैं बेनती करता भी नरेंद्र ते हैरी हैरी ललिया अखाड़ा सुरजीत पहलवान हैरी भज गया मेरा भीर टाइम है नहीं बई नरेंद्र खन्ना ये पहलवान भीर बेनती है भी टाइम की जरूर आप कदर करिए समय समय से वेख लो रंग लोगो समा जून से सिखा दिता ढंग लोगो जेडे रमज समय की जानते हैं तुरन समय के संघ लोगो सुई समय की टिक टिक करती रहनी आना हथ ना जाना लंघ लोगो समा कदे ना किसी का मित होया समा कदे ना किसी तो जित होया राजे खेले औलकू ही लाता समय की बंदा कंड लोगो हाँ जी सोनू सरसा हथ कड़ा करे अखाड़ा तलेता लाल रंग की कैंज है अंग्रेज डूम छड़ी नीले रंग की कैंज है मैं बेनती करता भी जस्सा सिंह जी भोगल साहब आ कुश्ती शुरू कराओ पहले 31,000 की थोड़े कोल मुंडे ने दोने आ कुश्ती कराओ अंग्रेज डूम छड़ी बड़ी तेज तरार चलती हुई कुश्ती मैदान दे विच गगन कोहाड़ी ते जग्गा आलमगीर दे विचकार चल रहा है मुकाबला प्यार नाल कुश्ती प्यार नाल हाँ जी मकड़बाजी एक मिनट दो हाँ जी नरेंद्र खन्ना कितने अभी हथ खड़ा करे चाचा जी आ कुश्ती भी शुरू कराओ 31,000 की हैरी ललिया और सुरजीत सिंह जी पहलवान के लखते जिगर ने आ भी कुश्ती शुरू करवा दो जी 31,000 की हैरी ललिया काले रंग की कैंज है नरेंद्र खन्ना नीले रंग की कैंज है परले पासे सोनू सरसा से अंग्रेज की कुश्ती जी शुरू होने जा रही है आ भी कुश्ती कहते देखने वाली है एन सिरे दियां कुश्तियां दे विच बड़ा नामना है ला हैरी ललिया काले रंग की कैंज है तो नरेंद्र
आ कुश्ती परले पासे सोनू सरसा तकड़ा करे अखाड़ा तरेता लाल रंग की कैच है अंग्रेज डूम छेड़ी इकती हजार की कुश्ती है आ भी इकती हजार की कुश्ती है ते हैरी ललिया वाली भी इकती हजार की कुश्ती है मतलब महाराज आपे च आ जिनी भी संगत अगे आई है भाई प्रबंधक कहते पिछे जाओ ये कहते पिछे जाओ जी इन्हों की गल मान लो जा इन्हों समझौता कर लो बड़ी मेहरबानी बहुत बहुत धन्यवाद थोड़ा अगे बैरीगेड इस करके असी लाने हैं कि उस तो अगे को आ ना सके पर फिर भी बैरीगेटा तो समझते कख नहीं माड़ी गल डॉक्टर साहब लाओ जरा हैलो साढ़े दरम्यान अज की माणमती शख्सीत और साडे परिवारक मैंबर ने चौधरी संतोख सिंह जी मैंबरी मार मैंबर ऑफ पार्लीमेंट गीता भाजी जस्सी भाजी बिल्लू भाजी और जिन्हें भी साढ़े सुरजीत सिंह जी लल्लिया पहलवान सारिया माणमतियां शख्सीतों हैप्पी जौल साहब होर जिन्हें भी चेहरे जुड़े अज के दंगल के सज्जिया खब्बिया बहं और सब का असं बहुत बहुत धन्यवाद आखीए पर इधर कुश्तियां बड़े टॉप दियां कत्ती कत्ती हजार दियां चलदियां ने मैं बेनती करता भी डॉक्टर सुखदेव शर्मा जी आउन माई कि लो जी मैं बेनती करदा इनामी कुश्तियां जिवें शुरू करा दित्तियां गईयां आ आ कुश्ती हो रही है मनजीत बहादुरगढ़ बरसच मोनू बाड़ोवाल जिथे आवाज सुनता है आ जान तां कि अगली चल रही है कुश्ती तो चौथी नंबर की कुश्ती भी असीं चाहते हैं भी शुरू कराइए ये नाल ही मैं चौधरी संतोख सिंह जी जो साढ़े इलाके के बड़े हरमन प्यारे मैंबर पार्लीमेंट ने हमेशा ही उचेचे तौर पर अपने रजेबिया चो टाइम कड़ के पहुँचते हैं उन्होंने जी आखते हैं जी नगर वालों बहुत बहुत उन्होंने धन्यवाद नाल ही एम एल ए साहब बलदेव जी खहरा पहुँचे आ उन्होंने भी धन्यवाद असं फिर कहने कि चौथे नंबर की कुश्ती करने तो बाद असी पटके की कुश्ती शुरू करनी है और मास्टर जी बेनती आ जी पटके की कुश्ती होनी आ उस साढ़े सुरिंदर सिंह जी प्रधान सरपंच साहब ने बेनती की कि दो अंपायर हो गए सिर्फ जी इस मेले की लास्ट कुश्ती आ जी कार की पटके की कुश्ती होनी आ उस दो अंपायर एक मनजीत सिंह जी ढेसी दूसरा मेरा बड़ा परम प्यारा दोस्त सार अजमेर सिंह जी सेखों ये दो मैंबर ही इस कुश्ती की पैरवी कर गए मैं अपने नगर के प्रबंधक कमेटी को मैं बेनती करूँ बेनती है कि कोई माइंड ना करे दो बंदे का जो फैसला होगा अटल होगा छिंजा बिचों छिंज सुनी रूपोवाल दी जेड़ा इत्थों पटका लै जाऊ नाले चाबी ले जाओ अल्टो कार दी मनजीत बहादुरगढ़ अतगड़ा करे भाई मनजीत बहादुरगढ़ चिट्टे रंग दी कैंच है ते मनु बाड़ोवाल काले रंग दी कैंच है कुश्ती जड़ी शुरू हो चुकी है बाहू फुगवाड़ा भज गया वे भाई साउंड वाले वीर नूं बेनती आ भी बिसलां बहुत आउंदियां ने सोनू ते अजविंदर सोनू हथ खड़ा करो अजविंदर कित्थे आ भाई अजविंदर आलमगीर उधर चलो आला फड़ परची अजविंदर परची पढ़ परची आला फड़ परची उधर शुरू करो हरमन कित्थे आ भाई हरमन लाओ बाऊ घुआली वाला आ गया हरमन कित्थे आ भाई हरमन परले पासे गामे वाली कुश्ती आ भाई पूरा युद्ध चलता है सोनू सरसा उपरले पासे अखाड़ा तलेता है उहदे नाल जिहड़ी कुश्ती अंग्रेज डूम छेड़ी दी है पर एक होर जिहड़ी इकती हजार की कुश्ती चलती है हैरी ललिया ते नरेंद्र खाने के दरम्यान चलती है मतलब मारो दाब शाबाश आ मनु बाड़ोवाल मनजीत बहादुरगढ़ की कुश्ती चलती है मैं बेनती करता भी बाहू आ गया घुआली वाला हरमन कित्थे आ भज के आवे हेलो जी इकती हजार की कुश्ती शुरू करा दी लंबरदार कुलविंदर सिंह ने सोनू हां जी कलवीर कित्थे आवे कलवीर कलवीर काइनर अलविंदर सिंह जसवंत भाजी ना संपर्क करे भाई पारी कर रहा है अला हरमन आ गया आलमगीर आ भी कुश्ती कहते देखने वाली है बाहू इधरले पासे आ जाओ बड़ी कुश्ती लाके इधरले पासे आ जाओ मेरे भी स्टेज के सामने ला हरमन आ गया आलमगीर वाला है हाँ जी आ गया जी बाहू बाहू आ गया बहुत बहुत धन्यवाद साढ़े दरम्यान अशोक फलौरिया जी
ਪੰਜਾਬੀ ਸਿੰਗਰਾਂ ਦੇ ਵਿੱਚ ਵੱਡਾ ਨਾਮ ਹੈ, ਹਰ ਦੁਨੀਆ ਦੇ ਹਰ ਇੱਕ ਕਲਾਕਾਰ ਦੇ ਨਾਲ ਵੱਡੀ ਜ਼ਿੰਮੇਵਾਰੀ ਨਿਭਾਉਂਦੇ। ਹੈਲੋ, ਅਸੀਂ ਜੀ ਆਖਦੇ ਹਾਂ ਚੌਧਰੀ ਸੰਤੋਖ ਸਿੰਘ ਜੀ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਆ ਐਮ ਪੀ ਸਾਹਿਬ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਹੁਣ 2 ਮਿੰਟ ਲਈ ਸਾਡੇ ਹਲਕੇ ਦੇ ਐਮ ਪੀ ਸਾਹਿਬ ਹੈਲੋ ਕੁਲਵੀਰ ਚੌਧਰੀ ਸੰਤੋਖ ਸਿੰਘ ਜੀ, ਡਾਕਟਰ ਜੀ ਚੌਧਰੀ ਸੰਤੋਖ ਸਿੰਘ ਜੀ 2 ਮਿੰਟ ਸਾਡੇ ਛਿੰਝ ਦੇ ਵਾਸਤੇ ਆਪਣੇ ਸ਼ੁਭ ਬਚਨ ਪੇਸ਼ ਕਰਨਗੇ ਚੌਧਰੀ ਸੰਤੋਖ ਸਿੰਘ ਜੀ। ਉਧਰ ਹੈਲੋ ਮੈਦਾਨ ਦੇ ਵਿੱਚ ਸੋਨੂੰ ਪਹਿਲਵਾਨ ਸਰਸਾ ਅਖਾੜਾ ਧਰੇਤਾ ਜਿਹੜਾ ਕੁਸ਼ਤੀ ਜਿੱਤ ਗਿਆ। ਹੈਲੋ, 1 ਮਿੰਟ ਕੁਲਵੀਰ, ਹੈਲੋ ਉਧਰ ਮਨਜੀਤ ਬਹਾਦਰਗੜ੍ਹ ਕੁਸ਼ਤੀ ਜਿੱਤ ਗਿਆ ਬਾਈ, ਇਧਰੋਂ ਮੈਕ ਬੰਦ ਕਰਿਓ ਜਰਾ, ਹਾਂਜੀ ਚੌਰੀ ਸਾਹਿਬ ਨੇ ਬੋਲਣਾ। ਓਕੇ ਜੀ, ਪਿੰਡ ਰੂਪੋਵਾਲ ਦੇ ਇਸ ਖੇਡ ਦੇ ਮੈਦਾਨ 'ਚ ਅੱਜ ਬਹੁਤ ਵੱਡੀ ਜਿਹੜਾ ਖੇਡ ਮੇਲਾ ਹੋਇਆ ਔਰ ਛਿੰਝ ਪਈ ਹੈ, ਔਰ ਮੈਂ ਸਮਝਦਾ ਕਿ ਦੁਆਬੇ ਦਾ ਇਹ ਸਿਰਮੌਰ ਪਿੰਡ ਹੈ ਰੂਪੋਵਾਲ, ਜਿੱਥੇ ਕਿ ਬਹੁਤ ਵੱਡਾ ਖੇਡ ਮੇਲਾ ਲੱਗਦਾ ਹਰ ਸਾਲ, ਔਰ ਇੱਕ ਬਹੁਤ ਵੱਡਾ ਮੈਸੇਜ ਸੁਨੇਹਾ ਜਿਹੜਾ ਯੁਵਾ ਪੀੜ੍ਹੀ ਹੈ ਉਹ ਇੱਥੋਂ ਹਾਸਲ ਕਰਦੀ ਹੈ, ਕਿਉਂਕਿ ਪੰਜਾਬ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ, ਖਾਸ ਕਰਕੇ ਪੰਜਾਬ ਦੇ ਗੱਭਰੂਆਂ ਨੂੰ ਸਾਰੀ ਦੁਨੀਆ ਵਿੱਚ ਬੜੀ ਹੀ ਉੱਚੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਔਰ ਇਹੀ ਵਜ੍ਹਾ ਕਿ ਪੰਜਾਬ ਦੇ ਵਿੱਚ ਛਿੰਝ ਮੇਲੇ ਲੱਗਦੇ ਹੈ, ਸਾਡੀ ਪੰਜਾਬ ਦੀ ਸਿਰਮੌਰ ਖੇਡ ਕਬੱਡੀ ਉਸਦੇ ਮੇਲੇ ਲੱਗਦੇ ਹੈ, ਔਰ ਹੁਣ ਨੈਸ਼ਨਲ ਗੇਮਸ ਜਿਹੜੀਆਂ ਉਹਨਾਂ ਦੇ ਵੀ ਮੇਲੇ ਲੱਗਣ ਲੱਗੇ, ਔਰ ਮੈਂ ਅੱਜ ਦੇ ਦਿਨ 'ਤੇ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਪੰਜਾਬ ਨੂੰ ਹਿੰਦੁਸਤਾਨ ਦਾ ਸਰਤਾਜ ਮੰਨਿਆ ਜਾਂਦਾ ਹੈ ਉੱਥੇ ਪਿਛਲੇ ਅਰਸੇ ਵਿੱਚ, ਪਿਛਲੀਆਂ 10 ਸਾਲਾਂ 'ਚ ਪੰਜਾਬ 'ਤੇ ਇੱਕ ਬਹੁਤ ਵੱਡਾ ਕਲੰਕ ਲੱਗਾ ਨਸ਼ਿਆਂ ਦਾ, ਔਰ ਅੱਜ ਦੁਨੀਆ ਦੇ ਕੋਨੇ 'ਚ ਜਦੋਂ ਵੀ ਕਿਤੇ ਅਸੀਂ ਜਾਈਦਾ ਜਾਂ ਕੋਈ ਪੰਜਾਬੀ ਜਾਂਦਾ ਤਾਂ ਪਹਿਲੀ ਗੱਲ ਇਹ ਪੁੱਛੀ ਜਾਂਦੀ ਕਿ ਪੰਜਾਬ ਬਚ ਗਿਆ, ਪੰਜਾਬ 'ਚ ਨਸ਼ਾ ਖਤਮ ਹੋ ਗਿਆ, ਸੋ ਇੱਕ ਬੜਾ ਵੱਡਾ ਕਲੰਕ ਹੈ ਸਾਡੇ 'ਤੇ, ਔਰ ਸਾਡੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਸਾਡਾ ਇਹ ਸੰਕਲਪ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ, ਔਰ ਪੰਜਾਬ ਦੇ ਜਿਹੜੇ ਗੱਭਰੂ ਆ ਉਹਨਾਂ ਦਾ ਜਿਹੜਾ ਰੁਤਬਾ, ਜਿਹੜਾ ਉਹਨਾਂ ਦਾ ਨਾਂ ਹੈ ਉਸ ਤੋਂ ਮੁੜ ਕੇ ਬਹਾਲ ਕਰਨਾ ਹੈ। ਅਸੀਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਲੀਕੇ ਹੈ ਨਸ਼ਿਆਂ ਦੇ ਵਿੱਚ, ਜਿਹੜੇ ਨਸ਼ਿਆਂ ਦੇ ਵੱਡੇ ਤਸਕਰ ਸੀ ਉਹਨਾਂ 'ਤੇ ਕਾਬੂ ਪਾਇਆ, ਡੀ ਐਡਿਕਸ਼ਨ ਸੈਂਟਰ ਬਣਾਏ ਆ, ਜਿਹੜੇ ਬੱਚੇ ਸਾਡੇ ਨਸ਼ਿਆਂ 'ਤੇ ਲੱਗ ਗਏ ਉਹਨਾਂ ਨੂੰ ਇਸ ਦਲਦਲ 'ਚੋਂ ਕੱਢਣ ਦੇ ਬਹੁਤ ਵੱਡੇ ਅਸੀਂ ਸੈਂਟਰ ਬਣਾਏ। ਪਰ ਮੈਂ ਅੱਜ ਦੇ ਇਸ ਮੇਲੇ 'ਚ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਥਾਂ ਥਾਂ ਮੇਲੇ ਨਸ਼ਿਆਂ ਨੂੰ ਰੋਕਣ ਵਾਸਤੇ ਵੀ ਲੱਗਦੇ ਹੈ, ਇਸ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ, ਸਾਡੇ ਜਿਹੜੇ ਲੋਕ ਹੈ ਉਹ ਸਰਕਾਰ ਦਾ ਸਾਥ ਦੇਣ ਤਾਂ ਕਿ ਅਸੀਂ ਜਿਹੜੇ ਪੰਜਾਬ ਦੇ ਗੱਭਰੂ ਆ ਉਹਨਾਂ ਨੂੰ ਸਹੀ ਮਿਹਨਤ 'ਚ ਮੁੱਖ ਧਾਰਾ ਵਿੱਚ ਅਸੀਂ ਮੁੜ ਕੇ ਲਿਆ ਸਕੀਏ। ਪੰਜਾਬ ਵਿੱਚ ਪੰਜਾਬ ਦੀ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਵਿੱਚ ਬਹੁਤ ਵੱਡੇ ਯਤਨ ਕਰ ਰਹੀ ਹੈ, ਪੰਜਾਬ ਦੇ ਜਿਹੜੇ ਓਲੰਪਿਕ ਜਾਂਦੇ ਆ ਜਾਂ ਦੂਸਰੀਆਂ ਮੈਡਲਸ ਲਿਆਉਂਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਵੱਡੀ ਵੱਡੀ ਰਕਮ ਦਿੰਦੀ ਹੈ ਕਰੋੜਾਂ 'ਚ, ਔਰ ਅਸੀਂ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਵੱਖ ਵੱਖ ਸਟੇਡੀਅਮਸ ਜਾਂ ਹੋਰ ਇਸ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰ ਰਹੇ ਹਾਂ, ਔਰ ਮੈਂ ਖੁਦ ਆਪਣੇ ਐਮ ਪੀ ਲੈਡ ਫੰਡ ਵਿੱਚੋਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਵਿੱਚ ਮੈਂ ਖਾਸ ਕਰਕੇ ਜਿਹੜਾ ਜਿੰਮ ਹੈ ਉਹ ਬੱਚਿਆਂ ਨੂੰ ਦੇਵਾਂ ਤਾਂ ਕਿ ਉਹ ਆਪਣੀ ਸਿਹਤ ਪੱਖੀ ਜਿਹੜੀ ਕੌਂਸ਼ੀਅਸ ਹੋਣ। ਸੋ ਮੈਂ ਅੱਜ ਦੇ ਦਿਨ 'ਤੇ ਤੁਹਾਨੂੰ ਸਰਕਾਰ ਇੱਥੋਂ ਬਹੁਤ ਵੱਡੇ ਵੱਡੇ ਜਿਹੜੇ ਅਸੀਂ ਬਿਜ਼ਨਸ ਹਾਊਸ ਹੈ ਉਹਨਾਂ ਨੂੰ ਇਨਵਾਈਟ ਕਰਦੇ ਹਾਂ, ਔਰ ਉਹ ਜਿਹੜੀਆਂ ਨੌਕਰੀਆਂ
ਬੱਚਿਆਂ ਨੂੰ ਉਹ ਦਿੰਦੇ ਆ। ਔਰ ਕੱਲ੍ਹ ਹੀ ਕੈਬਨਿਟ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਖਾਲੀ ਸਾਮੀਆਂ ਪੰਜਾਬ ਦੀ ਕੈਬਨਿਟ ਨੇ ਉਹ ਵੀ ਫੈਸਲਾ ਕੀਤਾ ਕਿ ਉਹ ਸਾਰੀਆਂ ਸਾਮੀਆਂ ਅਸੀਂ ਭਰਨ ਜਾ ਰਹੇ ਹਾਂ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸਾਡੀ ਮੁੱਖ ਪ੍ਰਾਇਓਰਟੀ ਜਿਹੜੀ ਹੈ ਉਹ ਸਾਡੀ ਪੰਜਾਬ ਦੇ ਨੌਜਵਾਨ ਹੈ, ਯੁਵਾ ਪੀੜ੍ਹੀ ਹੈ, ਉਹਨਾਂ ਨੂੰ ਪ੍ਰਮੋਟ ਕਰਨਾ। ਦਸੰਬਰ ਦੇ ਮਹੀਨੇ ਵਿੱਚ ਅਸੀਂ ਕੀਤਾ ਸੀ ਸਮਾਰਟਫੋਨ ਅਸੀਂ ਜਿਹਨਾਂ ਜਿਹਨਾਂ ਦੇ ਵੀ ਭਰੇ ਸੀਗੇ ਫਾਰਮ ਉਹਨਾਂ ਨੂੰ ਦੇਣ ਜਾ ਰਹੇ ਨਵੰਬਰ ਦਸੰਬਰ ਵਿੱਚ ਸਕੂਲਾਂ ਦੇ ਜਿਹੜੇ ਹਾਈ ਸਕੂਲ ਦੇ ਬੱਚੇ ਉਹਨਾਂ ਵਿੱਚ ਅਸੀਂ ਲੜਕੀਆਂ ਵੀ ਸ਼ਾਮਿਲ ਕੀਤੀਆਂ ਤਾਂ ਕਿ ਉਹਨਾਂ ਸਮਾਰਟਫੋਨਸ ਦੇ ਰਾਹੀਂ ਅਸੀਂ ਬੱਚਿਆਂ ਦਾ ਜਿਹੜਾ ਕਰੈਕਟਰ ਹੈ ਉਹਨੂੰ ਸੁਬਿਲਡ ਕਰ ਸਕੀਏ, ਉਹਨਾਂ ਨੂੰ ਨੌਲੇਜ ਦੇ ਸਕੀਏ, ਗਿਆਨ ਉਹਨਾਂ ਨੂੰ ਪ੍ਰਦਾਨ ਕਰ ਸਕੀਏ। ਸੋ ਆਓ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਦੀਆਂ, ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰ ਦੀਆਂ ਸਕੀਮਾਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਓ, ਹਾਸਲ ਕਰੋ, ਔਰ ਖਾਸ ਕਰਕੇ ਪੰਜਾਬ ਦੀ ਯੁਵਾ ਪੀੜ੍ਹੀ ਹੈ ਉਸ ਨੂੰ ਅੱਗੇ ਲਿਜਾਓ, ਇਹ ਮੇਰੀ ਤੁਹਾਨੂੰ ਬੇਨਤੀ ਹੈ। ਮੈਨੂੰ ਕਿਹਾ ਗਿਆ ਕਿ ਆਹ ਜਿਹੜੀ ਸੜਕ ਹੈ ਕੋਈ ਇੱਥੇ ਜਿਹੜੀ ਉਹ ਨਵੀਆਂ ਸੜਕਾਂ ਦਾ ਨਿਰਮਾਣ ਹੁਣ ਅਸੀਂ ਨਵੀਆਂ 'ਚ ਪਾ ਰਹੇ, ਉਸ ਦੇ ਵਿੱਚ 2 ਕਿਲੋਮੀਟਰ ਦੀ ਜਿਹੜੀ ਸੜਕ ਹੈ ਬਾਬਾ ਗੁਸਾਊ ਜੀ ਦੇ ਡੇਰੇ ਤੋਂ ਦਾਰਾਪੁਰ ਤੱਕ ਉਹ ਅਸੀਂ ਉਸ ਸਕੀਮ ਦੇ ਵਿੱਚ ਅਸੀਂ ਲਿਆਵਾਂਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਹਿੰਦ। ਆਵਾਜ਼ ਵਧਾ ਦੀ ਆਪਾਂ ਮਾਈਕ ਦੀਆਂ ਆਵਾਜ਼ਾਂ ਮੇਰਾ ਵੀਰ ਖੋਲ ਦਿਓ, ਬੇਨਤੀ ਆ। ਹਦੀ ਰਾਨ ਸਮੁੰਦਰ ਜਾ ਕਾਦਾ, ਕਿਉਂਕਿ ਪੰਜਾਬੀ ਸਮਝ ਨਹੀਂ ਸਕਦਾ, ਇਕੱਲੇ ਇਸ਼ਾਰਿਆਂ ਨਾਲ ਗੱਲ ਹੋਣੀ ਆ। ਬਈ ਮਨਪ੍ਰੀਤ ਇੱਕ ਵਾਰ ਹੱਥ ਖੜਾ ਕਰੀ, ਮਨਪ੍ਰੀਤ ਪੀ ਏ ਪੀ ਲਾਲ ਰੰਗ ਦੀ ਕੈਂਚ ਆ। ਹਦੀ ਰਾਨ ਸਮੁੰਦਰ ਜਾ ਕਾਦਾ, ਮੋਹਨ ਸਿੰਘ ਜੀ ਢੇਸੀ ਸਾਹਿਬ ਕੁਸ਼ਤੀ ਜਿਹੜੀ ਸ਼ੁਰੂ ਕਰਾਉਣ ਲੱਗੇ ਆ। ਮੈਂ ਬੇਨਤੀ ਕਰਦਾ ਵੀ ਇਹਨਾਂ ਤੋਂ ਬਾਅਦ ਕੁਲਵੀਰ ਦੱਸੀ ਇਹਨਾਂ ਦੇ ਵਿੱਚ ਜਿਹੜੀ ਬਾਕੀ ਕੁਸ਼ਤੀ ਰਹਿੰਦੀ ਆਪਾਂ ਉਹਨਾਂ ਨੂੰ ਸੱਦੀਏ। ਹਦੀ ਰਾਨੀ ਵਰਸਜ ਮਨਦੀਪ ਪੀ ਏ ਪੀ ਜਲੰਧਰ, ਇਹਦੇ ਨਾਲ ਹੀ ਮਿਹਨਤੀ ਕਰਾਂਗੇ ਅਸੀਂ, ਜੋ 2 ਨੰਬਰ ਦੀ ਕੁਸ਼ਤੀ ਆ ਪਲੀਜ਼, 2 ਨੰਬਰ ਦੀ ਕੁਸ਼ਤੀ ਕਮਲ ਡੂਮਛੜੀ ਵਰਸਜ ਕਾਲਾ ਅਤੇਸ਼ ਦਿੱਲੀ ਵਾਲੇ ਤਿਆਰ ਹੋ ਜਾਣਾ। ਹਾਂਜੀ, ਮਨਪ੍ਰੀਤ ਪੀ ਏ ਪੀ ਤੇ ਹਦੀ ਰਾਨ ਦੇ ਦਰਮਿਆਨ ਉਹ ਸਾਹਮਣੇ 3 ਨੰਬਰ ਦੀ ਕੁਸ਼ਤੀ ਚੱਲਦੀ ਹੈ, 4 ਨੰਬਰ ਦੀ ਹੋ ਗਈ ਹੈ, ਇਹਨਾਂ ਤੋਂ ਬਾਅਦ 2 ਨੰਬਰ ਵਾਲੇ ਮੱਲ ਜਲਦੀ ਨਾਲ ਤਿਆਰੀ ਕਰ ਲੈਣ। ਹੈਲੋ, ਹਦੀ ਰਾਨੀ ਵਰਸਜ ਮਨਦੀਪ ਪੀ ਏ ਪੀ ਜਿੱਥੇ ਮੈਂ ਬੋਲ ਰਿਹਾ, ਵੈਰੀ ਨਾਈਸ, ਬਹੁਤ ਬਈ ਤਾੜੀਆਂ ਮਾਰ ਦਿਓ ਉਧਰਲੇ ਪਾਸੇ, ਹਦੀ ਰਾਨ ਵੱਲੇ ਵੱਲੇ ਕਰਵਾ ਰਿਹਾ ਬਈ, ਬੜੀ ਕੜਾਕੇਦਾਰ ਕੁਸ਼ਤੀ। ਲਓ, ਜੁੰਨਾ ਲੱਲੀਆਂ ਵਾਲਾ ਪਹੁੰਚਿਆ, 15 ਅਕਤੂਬਰ ਨੂੰ ਵੱਡਾ ਦੰਗਲਾ ਸੰਗਤ ਨੂੰ ਬੇਨਤੀ ਹੈ ਵੀ ਜ਼ਰੂਰ ਪਹੁੰਚਣਾ। ਜਲੰਧਰ ਬਹੁਤ ਤਕੜੀ ਕੁਸ਼ਤੀ ਹੋਈ ਹੈ ਜੀ, ਔਰ ਮੈਂ ਸਮਝਦਾ ਇਹ ਉੱਤਰੀ ਭਾਰਤ ਦੀ ਵੀ ਅਨਾਮੀ ਕੁਸ਼ਤੀ ਆ। ਹਾਂਜੀ, ਧਰਮਿੰਦਰ ਕੋਹਾਲੀ ਤੇ ਹਮੇਸ਼ ਮਤਰਾ ਹਤੇਸ਼ ਕਾਲਾ, ਇਹ ਜਲਦੀ ਨਾਲ 2 ਨੰਬਰ ਦੀ ਝੰਡੀ ਵਾਲੇ ਮੱਲ ਤਿਆਰੀ ਕਰ ਲਓ। ਧਰਮਿੰਦਰ ਕੋਹਾਲੀ ਤੇ ਹਿਤੇਸ਼ ਕਾਲਾ, ਜੱਸਾ ਪੱਟੀ ਤੇ ਪ੍ਰਤਪਾਲ ਫੁਗਵਾੜਾ, ਇਹ ਵੀ ਹਲਕੀ ਜੀ ਤਿਆਰੀ ਕਰ ਲੈਣ, ਕਿਉਂਕਿ ਨਾਲ ਦੀ ਨਾਲ ਵੱਡੀਆਂ ਕੁਸ਼ਤੀਆਂ ਦੇ ਇਧਰਲੇ ਪਾਸੇ ਹਦੀ ਰਾਨ ਉਪਰਲੇ ਪਾਸੇ ਆ। ਮੈਂ ਬੇਨਤੀ ਕਰਦਾ ਕਿ ਜਿਹਨਾਂ ਨੇ ਨਾ ਬੋਲਦੇ ਆ ਅਸੀਂ ਸੋਰੀ ਆ, 1-2 ਵਾਰ ਬੋਲਾਂਗੇ, ਤੀਜੀ ਵਾਰ ਅਸੀਂ ਇਹਨਾਂ ਤੋਂ ਮਾਫੀ ਮੰਗ ਲੈਣੀ ਆ, ਕਿਉਂਕਿ ਟਾਈਮ ਬਹੁਤ ਘੱਟ ਰਹਿ ਰਿਹਾ। ਕਮਲ ਡੂਮਛੜੀ ਤੇ ਕਾਲਾ ਹਤੇਸ਼ ਦਿੱਲੀ ਵਰਸਜ ਧਰਮਿੰਦਰ ਕੋਹਾਲੀ। ਹਾਂਜੀ, ਧਰਮਿੰਦਰ ਕੋਹਾਲੀ ਤੇ ਹਿਤੇਸ਼ ਕਾਲਾ ਅਗਲੀ ਕੁਸ਼ਤੀ ਵਾਲੇ ਮੱਲ ਤਿਆਰੀ ਕਰਨ ਵਿੱਚ, 2 ਨੰਬਰ ਦੀ ਝੰਡੀ ਦੀ ਕੁਸ਼ਤੀ ਆ। ਆ ਮਨਪ੍ਰੀਤ ਪੀ ਏ ਪੀ ਦੇ ਦੂਸਰੇ ਪਾਸੇ ਹਦੀ ਰਾਨ, ਇਹਦੇ ਨਾਲ ਹੀ ਜੋ ਮੈਨੂੰ ਸਰਪੰਚ ਸਾਹਿਬ ਸਾਡੇ ਪ੍ਰਧਾਨ ਸਾਹਿਬ ਵੱਲੋਂ ਹੁਕਮ ਹੋਇਆ ਸ਼ਰਮਾ ਸਿੰਘ ਬਰਾਲਾ ਜੀ ਵੱਲੋਂ, ਡਾਕਟਰ ਸਾਹਿਬ 1 ਮਿੰਟ ਦਿਓ, ਇਹ 1 ਨੰਬਰ ਵਾਲੇ ਵੀ ਤਿਆਰ ਹੋ ਜਾਣ, ਦੱਸਾ ਪੱਟੀ ਪ੍ਰਤਪਾਲ ਫਵਾੜਾ ਵੀ ਆਪਣੇ ਲਗੋਟੇ ਲਾ ਕੇ ਬਾਰ ਬਾਰ ਪਹੁੰਚ। ਹੈਲੋ ਡਾਕਟਰ ਜੀ, ਸਾਡੇ ਐਮ ਪੀ ਸਾਹਿਬ ਚੌਧਰੀ ਸੰਤੋਖ ਸਿੰਘ ਜੀ ਉਹਨਾਂ ਦਾ ਸਨਮਾਨ ਕਰ ਰਹੇ ਐਨ ਆਰ ਆਈ ਕਮੇਟੀ ਅਤੇ ਸਰਪੰਚ ਸੁਰਿੰਦਰ ਸਿੰਘ ਜੀ ਸਰਾਣਾ ਸਾਹਿਬ, ਅਸੀਂ ਬੜਾ ਧੰਨਵਾਦ ਕਰਦੇ ਹਾਂ ਐਮ ਪੀ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਨਗਰ ਦੇ ਵਾਸਤੇ 1 ਰੋਡ ਦਾ ਅਨਾਊਂਸਮੈਂਟ ਕੀਤੀ ਆ। ਬਾਬਾ ਸਾਹਿਬ ਚੜ੍ਹਦੀ ਕਲਾ ਬਖਸ਼ਣ ਇਹਨਾਂ ਨੂੰ। ਇੱਕ ਹੋਰ, ਇਹਨਾਂ ਨੇ ਬੜੇ ਨਸ਼ਿਆਂ ਦੇ ਖਿਲਾਫ ਜਿਹੜੀ ਮੂਵਮੈਂਟ ਛੇੜੀ, ਅਸੀਂ ਇਹਨਾਂ ਦੇ ਸਾਥ ਦੇਵਾਂਗੇ, ਇਸ ਤਰ੍ਹਾਂ ਦੇ ਦੰਗਲ ਕਰਵਾ ਕੇ ਅਸੀਂ ਪੂਰਾ ਇਹਨਾਂ ਦਾ ਸਹਿਯੋਗ ਦਿੰਦੇ ਹਾਂ। ਜੀ ਆਖਦੇ ਹਾਂ,
ਸਾਰੀ ਟੀਮ ਜਿਹੜੀ ਇਹਨਾਂ ਦੇ ਨਾਲ ਆਈ ਆ ਬਹੁਤ ਵੱਡੀ ਟੀਮ ਆ ਅਸੀਂ ਨਾਂ ਤਾਂ ਨਹੀਂ ਲੈ ਸਕਦੇ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੋਲ ਇਹਨਾਂ ਦੇ ਨਾਲ ਪਹੁੰਚੇ ਆ ਸੰਤੋਖ ਸਿੰਘ ਜੀ ਚੌਧਰੀ ਦੇ ਨਾਲ ਜਸਵਿੰਦਰ ਸਿੰਘ ਜੀ ਵਾਈਸ ਚੇਅਰਮੈਨ ਬਲਾਕ ਸੰਮਤੀ ਰਾਕੇਸ਼ ਦੁੱਗਲ ਜੀ ਬਲਾਕ ਪ੍ਰਧਾਨ ਰੁੜਕਾ ਕਲਾਂ ਸੁਰਜੀਤ ਸਿੰਘ ਜੀ ਸਰਪੰਚ ਸਾਹਿਬ ਪ੍ਰਤਾਪਰਾ ਤੋਂ ਧੰਨਵਾਦ ਜੀ ਸੁਰਜੀਤ ਸਿੰਘ ਜੀ ਦਿਲੇ ਸਾਹਿਬ ਪ੍ਰਧਾਨ ਫਲੌਰ ਤੋਂ ਜਸਪਾਲ ਐਮ ਸੀ ਫਲੌਰ ਚਰਨ ਸਿੰਘ ਜੀ ਚੇਅਰਮੈਨ ਸਾਹਿਬ ਦੀਪਾ ਥੰਮਣਵਾਲ ਜੀ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੀ ਪੱਦੀ ਜਗੀਰ ਤੋਂ ਸਾਡਾ ਬੀਟਾ ਜੀ ਉਹ ਵੀ ਪਹੁੰਚਿਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਗੁਰਪਾਲ ਸਿੰਘ ਗੁਰਪਾਲ ਸਿੰਘ ਅਪਰਾ ਪੰਚਾਇਤ ਮੈਂਬਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੈਪੀ ਜੌਲ ਜੀ ਅਪਰਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਗਗਨਦੀਪ ਪੰਚਾਇਤ ਮੈਂਬਰ ਪੰਜ ਢੇਰਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਾਲਾ ਕ੍ਰਿਸ਼ਨ ਲਾਲ ਜੀ ਐਮ ਸੀ ਫਲੌਰ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਨਗਰ ਦੇ ਵਿੱਚ ਆਪਣੇ ਚਰਨ ਪਾਇਆ ਧੰਨਵਾਦ ਜੀ ਆਖਦੇ ਹਾਂ ਹੈਲੋ ਮਾਸਟਰ ਜੀ ਬੇਨਤੀ ਕਰਦਾ ਦੋ ਨੰਬਰ ਦੀ ਕੁਸ਼ਤੀ ਕਮਲ ਡੂਮ ਸ਼ਰੀ ਬਰਸੇ ਕਾਲਾ ਹਿਤੇਸ਼ ਦਿੱਲੀ ਜਾਂ ਧਰਮਿੰਦਰ ਕੋਹਾਲੀ ਹਾਂ ਹਿਤੇਸ਼ ਦਿੱਲੀ ਕਾਲਾ ਹਿਤੇਸ਼ ਬਸ ਧਰਮਿੰਦਰ ਕੋਹਾਲੀ ਮੈਂ ਕਿਹਾ ਦੋ ਵਾਰ ਬੇਨਤੀਆਂ ਕਰ ਦਿੱਤੀ ਆ ਦੋ ਨੰਬਰ ਦੀ ਕੁਸ਼ਤੀ ਆ ਮੋਟਰਸਾਈਕਲ ਤੇ ਕੁਸ਼ਤੀ ਹੋਣੀ ਆ ਬੇਨਤੀ ਆ ਕੇ ਹੁਣੇ ਹੀ ਪੜ ਕੇ ਖੋਲ ਕੱਤੀਆਂ ਦੀ ਕੁਸ਼ਤੀ ਹੋ ਰਹੀ ਆ ਬਾਬੂ ਹਾਂ ਬਾਬੂ ਪਿੱਛੇ ਆ ਤੇ ਹੈਲੋ ਥੱਲੇ ਜਾ ਰਿਹਾ ਹੈਰੀ ਹੈਰੀ ਹੈਲੋ ਹੈਲੋ ਖੰਨੇ ਵਾਲੇ ਵੈਰੀ ਗੁੱਡ ਸਪਲੈਂਡਰ ਮੋਟਰਸਾਈਕਲ ਜਿਨ੍ਹਾਂ ਨੇ ਦਿੱਤਾ ਉਹ ਵੀ ਸਟੇਜ ਦੇ ਲਾਗੇ ਆ ਜਾਣ ਨਾਗਰਿਆਂ ਵਾਲੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਟੇਜ ਦੇ ਲਾਗੇ ਉਹ ਵੀ ਕੁਸ਼ਤੀ ਹੋ ਰਹੀ ਆ ਕੱਤੀ ਜਾ ਤੇ ਹੋ ਰਹੀ ਆ ਜਿਹੜੇ ਦੂਸਰੇ ਪਹਿਲਵਾਨੋਂ ਮਾਰੋ ਝਟਕੇ ਨੰਬਰ ਦੀ ਕੁਸ਼ਤੀ ਜਗਜੀਤ ਜਿਹੜੇ ਆ ਉਹ ਸਟੇਜ ਦੇ ਲਾਗੇ ਆ ਜਾਣ ਦੋ ਨੰਬਰ ਤੇ ਲਿਆਓ ਤੁਸੀਂ ਪੜ ਕੇ ਕੁਛ ਲੇਟ ਕਰ ਲੈਣੀ ਆ ਹੈਲੋ ਬੇਨਤੀ ਕਰਦੇ ਆ ਕਿ ਸਟੇਜ ਦੇ ਸਾਹਮਣੇ ਤਿਆਰ ਹੋ ਜਾ ਪਹਿਲਵਾਨੋਂ ਪਲੀਜ਼ ਪਿੱਛੇ ਨੂੰ ਆ ਜਾ ਥੋੜੇ ਜਿਹਾ ਮੈਂ ਕਰਦਾ ਹੰਡੀਆ ਫੇਵਰੋ ਪੜ ਕੇ ਦੀ ਕੁਛ ਦੇ ਲਈ ਜੱਸੀ ਪੱਟੀ ਜੱਸਾ ਪੱਟੀ ਪ੍ਰਤਪਾਲ ਜੀ ਤਿਆਰ ਹੋ ਕੇ ਲਗੋਟੇ ਆਪਣੇ ਬੰਨ ਲਓ ਉਹਨਾਂ ਦੀ ਕੁਸ਼ਤੀ ਅਸੀਂ ਲੋਏ ਲੋਏ ਕਰਾ ਦਈਏ ਤਾਂ ਕਿ ਦਰਸ਼ਕਾਂ ਨੂੰ ਆਨੰਦ ਆਵੇ ਜੱਸਾ ਪੱਟੀ ਵਾਰਮ-ਅਪ ਹੋ ਰਿਹਾ ਮੈਂ ਪ੍ਰਿੰਸੀਪਲ ਫਗਵਾੜੇ ਨੂੰ ਬੇਨਤੀ ਕਰਦਾ ਕਿ ਜਲਦੀ ਜਲਦੀ ਤਿਆਰ ਹੋ ਕੇ ਹਾਂਜੀ ਸਾਡੇ ਚ ਪਹੁੰਚ ਜਾ ਚਾਚਾ ਜੀ ਇੱਕ ਮਿੰਟ ਦਿਓ ਮੈਂ ਬੇਨਤੀ ਕਰਦਾ ਵੀ ਇੱਕ ਕੁਸ਼ਤੀ ਜਿਹੜੀ ਆਪਾਂ ਵਿੱਚ ਲੈ ਕੇ ਆਈਏ ਹਿਤੇਸ਼ ਕਾਲਾ ਤੇ ਧਰਮਿੰਦਰ ਕੋਹਾਲੀ ਜਿਨ੍ਹਾਂ ਦੇ ਨਾਲ ਵੱਡੀ ਫੋਟੋ ਹੋਣੀ ਹੈ ਹਾਂਜੀ ਮੈਂ ਬੇਨਤੀ ਕਰਦਾ ਵੀ ਜਲਦੀ ਨਾ ਆਵੇ ਹਿਤੇਸ਼ ਕਾਲਾ ਬਾਅਦ ਦੇ ਵਿੱਚ ਜਾ ਕੇ ਤਿਆਰ ਆ ਜਾ ਭਾਅ ਜੀ ਇੱਦਾਂ ਹੀ ਆ ਜਾ ਵਿੱਚ ਇੱਦਾਂ ਹੀ ਆ ਜਾ ਹਿਤੇਸ਼ ਆ ਮੇਰਾ ਵੀਰ ਧਰਮਿੰਦਰ ਆਈ ਮੇਰਾ ਵੀਰ ਭੱਜ ਕੇ ਆ ਗਿਆ ਜੀ ਹਿਤੇਸ਼ ਕਾਲਾ ਆ ਗਿਆ ਹਾਂਜੀ ਆ ਗਿਆ ਹਿਤੇਸ਼ ਕਾਲਾ ਧਰਮਿੰਦਰ ਆਈ ਮੇਰਾ ਵੀਰ ਭੱਜ ਕੇ ਬਈ ਇੱਕ ਫੋਟੋ ਕਰਵਾਉਣੀ ਆ ਮੇਰਾ ਵੀ ਸਾਡੇ ਅੱਜ ਦੇ ਮਾਣਮੱਤੀ ਸ਼ਖਸੀਅਤ ਹੈ ਔਰ ਸਾਡੇ ਦਰਮਿਆਨ ਅਸ਼ੋਕ ਫਲੌਰੀਆ ਜੀ ਜਿੱਥੇ ਲੰਬੜਦਾਰ ਸਾਹਿਬ ਹੈ ਉੱਥੇ ਵੱਡੀ ਜ਼ਿੰਮੇਵਾਰੀ ਕਹਿੰਦੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਵੀ ਹੁੰਦੀ ਹੈ ਉਹ ਵੀ ਚਿਹਰਾ ਜੁੜਿਆ ਮੈਂ ਬੇਨਤੀ ਕਰਦਾ ਵੀ ਧਰਮਿੰਦਰ ਕੋਹਾਲੀ ਭੱਜ ਕੇ ਆਵੇ ਧਰਮਿੰਦਰ ਕੋਹਾਲੀ ਆ ਜੋ ਕੁਸ਼ਤੀ ਹੋ ਰਹੀ ਆ ਹੌਦੀ ਰਾਣੀ ਵਰਸ ਮਨਦੀਪ ਪੀ ਏ ਪੀ ਜਲੰਧਰ ਆ ਗਿਆ ਜੀ ਧਰਮਿੰਦਰ ਹਾਂਜੀ ਧਰਮਿੰਦਰ ਆ ਮੇਰਾ ਵੀਰ ਇੱਥੇ ਆਹ ਕੁਸ਼ਤੀ ਦਾ ਜਿਹੜਾ ਵੱਡਾ ਮਾਣ ਦਿੱਤਾ ਹਿਤੇਸ਼ ਕਾਲਾ ਵੀ ਆ ਗਿਆ ਆਹ ਕੁਸ਼ਤੀ ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ ਬਲਿਆਰ ਰਾਮ ਜੀ ਸਨ ਸਵਰਨਾ ਰਾਮ ਜੀ ਆ ਗਿਆ ਜੀ ਆ ਗਏ ਦੋਨੇ ਝੰਡੀ ਵਾਲੇ ਆ ਗਏ ਲਓ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਡੀ ਐਸ ਪੀ ਸਾਹਿਬ ਦੇਵਰਾਜ ਜੀ ਜੋ ਸਾਡੇ ਇਸ ਇਲਾਕੇ ਦੇ ਬੜੇ ਮਾਣਯੋਗ ਅਫਸਰ ਆ ਪੰਜਾਬ ਪੁਲਿਸ ਦੇ ਅੱਜ ਕੱਲ੍ਹ ਕਪੂਰਥਲੇ ਤਾਇਨਾਤ ਹੈ ਅਜੇ ਡੀ ਐਸ ਪੀ ਇਹਨਾਂ ਨੂੰ ਵੀ ਅਸੀਂ ਜੀਆਂ ਆਖਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਰਜੇਵੇਂ ਛੱਡ ਕੇ ਨਗਰ 'ਚ ਪਹੁੰਚੇ ਆ ਇਹਨਾਂ ਦਾ ਬੜਾ ਬਹੁਤ ਧੰਨਵਾਦ ਵਾਹ ਜੀ ਵਾਹ ਇੱਦਾਂ ਆਵੇ ਪੜ ਕੇ ਇੱਦਾਂ ਮਿਲਦੇ ਆ ਐਂ ਇੱਦਾਂ ਸਵਾਗਾ ਡਿੱਗਦਾ ਇੱਦਾਂ ਡਿੱਗਦੇ ਆ ਡਾਕਟਰ ਸਾਹਿਬ ਇੱਕ ਮਿੰਟ ਦਿਓ ਮਾੜਾ ਜਿਹਾ
हाँ जी एक फोटो जी आप करवा लीए बुलट मोटरसाइकिल वाले पहलवाना के नाल। मैं चौधरी संतोख सिंह जी को बेनती करता है भी आन मेहरबानी करके जीते बाजी लियाओ सारिया माणमत्तियां शख्सियत। हेलो फोटो करवा लियो उधर इधर चलती हुई कुश्ती तीन नंबर चंडी की कुश्ती है नोट करो। एक पासे हौदी है पहलवान ईरान वाला ते नाल ए पहलवान मनवीर पीएपी। हाँ जी जस्सा पट्टी ते प्रतपाल दोने आ जाण नाले फोटो करवा लिए प्रतपाल आई मेरा वीर दी जसे आ जा फोटो करवा लिए उधर बिंदा बैदवान धनासक वाला बैदवान धनासक चेचे तौर से पुजे ने। एक अक्तूबर कजहेड़ी का जेड़ा दंगल होगा जस्सा पट्टी रोजी कपूरथले की कुश्ती बनी हुई है ये नोट करते आयो। इधर 31,000 की माली चलती है लाहदी रान ते मनप्रीत पीएपी मनप्रीत पी ओ बले 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 और रेफरी कम फरक वाह भाई वाह आ कौन है ईरान वाला ते नाल वाह भाई वाह नहीं रिसा लाओ इधर धर्मिंदर कोहाली हितेश काले ते दरम्यान जड़ी दो नंबर की झंडी की कुश्ती की फोटो हुण जा रही है। आ कुश्ती दे वड्डा मान जिता बलिहार राम जी सॉरी बाबा गुरदयाल जी बेल्जियम वाले बलिहार राम सानू स्वर्णा राम जी भाई हेलो भाई कुम के भाजी आ माइक की आवाज बहुत बहुत धन्यवाद करते हैं तारा साडा बहुत ही सत्कारयोग भाई फोटो जल्दी करवा लियो। उधर एक तरीक कहते कजहेड़ी का दंगल हो गया हिंदुस्तान के नामी मल पुज रहे हैं 15 तरीक लल्लिया की 3 नवंबर फिर तो सरजीत पहलवान दल्लिया जस्सा पट्टी ते नाल पहलवान कोलेगा मौसम खतरी। इधर सुरजीत पहलवान का सपुत्र हेठले पासे है उपरले पासे नरेंद्र झंझेड़ी वाला अखाड़ा खन्ना है। हले हले आप आवाज खोलो भाई जी इधर स्टेज के लागे जरा साउंड लगा आवाज खोलो भाई जी आवाज सारी इतने खोल दो आप लैके थोड़ी जाने कि खोल दो मैच। मैं बेनती करता भी जेडे दो माइक चलते हैं दोनों की आवाज जी सेम कर दी है यादगरी तस्वीर जी हो जा रही है। इधर कुश्ती जी पॉइंट से हम चली है नोट करो दोनों पहलवाना दरम्यान जी कुश्ती हम चली है पॉइंट से हम चली है। लो मनवीर ते हौदी वाली कुश्ती फिर तो शुरू हुई ताड़ियां ला दो जो स्वाद आउंदा है। हाँ जी कलवीर हाँ जी आ स्टेज दे सज्जे पासे जिहड़ा बोर्ड दे कोल बिल्कुल नहर दे उपर जिहड़ा ट्रैक्टर खड़ा वीरां नूं बेनती आ वी उहदा डैक बंद कर दईए आपां क्योंकि कोल गुरु दा लंगर चलदा संगत नूं परेशानी आ रही है वी आपां जिहड़ा डैक है उह बंद कर दईए जिहड़ा स्टेज तों बिल्कुल सज्जे पासे नुक्कर ते बिल्कुल ट्राली उपर लगी हुई है। आ घुम फिर के बड़ी वधिया कुश्ती चलदी हुई मैदान दे विच इन्हां नौजवानां दरमियान बात समय दी होएगी भाई कौन जितदा है कौन हरदा है मनवीर दे नाल कहिंदे ईरान वाला हौदी है वाकई समय दीआं बातां। उधर शंकर दा कहिंदे दंगल 13 ते 14 मैं बेनती करदा भी 2 नंबर वाले मल विच आ जाण भाई धर्मेंद्र ते देश भाई मल्ला नूं बेनती है साडी बेनती क्यों नहीं मानदे तुसीं शुरू हो गई है वाह भाई वाह आ नौजवान मनवीर पहलवान पीएपी जेड़ा मैदान जित प्राप्त कर गया ए है मनवीर। हां जी धर्मिंदर कोहाली ते तेज काला भज के आउण जी आ कुश्ती दे बड़े मान जेड़े साडे माणमत्तियां शख्सियतां दे वल्लों आ गया जी भाजी आ खड़ा आ 2 नंबर वाला खड़ा जी तेज काला धर्मिंदर आ मेरा वीर भज के धर्मिंदर मेरा वीर भज के आवे विच खड़े दे पहलवान वीरां नूं बेनती आ भी फोटो हो चुकी है कुश्ती दे नाल जुड़ीए आगे जाके बे 2 नंबर वाले जल्दी आओ 2 नंबर झंडी 2 मिंट है जस्सा पट्टी दे प्रतपाल जस्से कहंदे जल्दी आ जाण दोने मल भाई ध्यान दो मल कहंदे भी बार बार पौणा बार बार इन्नी बार प्लीज जद पट्टी माली नूं फोटो करवा लियो सारे ही इन्नी बार आउंगे बार मप कदों होणगे। हाँ जी मैं बेनती करता भी हितेश काला ते धर्मिंदर हरविंदर सिंह जी टड़वाड़ पट्टी भाजी उन्हां दे नाल पहुंचे है दीपा मेरा वीर पुज्जा होया पति जगीर वाला ते पिंदी सोता जी दा वड्डा सत्कार रखी अज दी माणमत्तियां शख्सियतां जुड़ियां ने भाई धर्मिंदर कोहाली क्यों नहीं आ रहा उधर 13 ते 14 तरीक शंकर दा दंगल है नोट करियो जस्सा पट्टी मौली महाराष्ट्र रोजी कपूरथला उमेश मथुरा ये पहलवान जिहड़े पुज रहे हैं नोट करियो ते आओ 2 नंबर झंडी दे पहलवान जल्दी नाल अखाड़े दे विच आओ
ਭਾਜੀ ਜਿਹੜਾ ਧਰਮਿੰਦਰ ਹਤੇਸ਼ ਆ ਜਾਓ ਜਲਦੀ ਸਾਹਮਣੇ ਜਿਹੜਾ ਟਰੈਕਟਰ ਖੜਾ ਭਾਜੀ ਬੋਰਡ ਦੇ ਬੁਲਾਲੇ ਹੁਣ ਬੁਲਾਲੇ ਬੁਲਾਲੇ ਬੇਨਤੀ ਕਰਦੀ ਹੈ ਵੀ ਉਹਦੀਆਂ ਬੇਸਾਂ ਮੇਰਾ ਵੀ ਨਾ ਚਲਾਓ ਕਿਉਂਕਿ ਸਾਡੀ ਸਮੁੱਚੀ ਟੀਮ ਦੇ ਵੱਲੋਂ ਬਾਰ ਬਾਰ ਬੇਨਤੀ ਹੈ ਮੰਨੋ ਮੇਰੇ ਵੀਰ ਸਾਰੇ ਆਓ ਜਲਦੀ ਆਓ ਜਲਦੀ ਵੇ ਧਰਮਿੰਦਰ ਕਿੱਥੇ ਆ ਮੇਰਾ ਵੀਰ ਕੁਹਾਲੀ ਵਾਲਾ ਆ ਗਿਆ ਜੀ ਧਰਮਿੰਦਰ ਵੀ ਆ ਗਿਆ ਫੋਟੋ ਕਰਵਾ ਲਓ ਜੇ ਕਰਵਾਉਣੀ ਹੈ ਧਰਮਿੰਦਰ ਆ ਦੌੜ ਕੇ ਜਲਦੀ ਜੱਸਾ ਹਾਂ ਕੁਸ਼ਤੀ ਦੇ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਗਏ ਆ ਇਹ ਸਾਡੇ ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ ਬਲਿਆਲ ਰਾਮ ਜੀ ਸਨ ਸਵਰਨਾ ਰਾਮ ਬਾਈ ਆ ਜੀ ਬੁਲਾਣਾ ਹੈਰੀ ਆ ਗਿਆ ਸ਼ਾਬਾਸ਼ ਆ ਗਿਆ ਜੀ ਆ ਗਿਆ ਦੁਆਰ ਤੇ ਆ ਗਿਆ ਧਰਮਿੰਦਰ ਆ ਗਿਆ ਜੀ ਸਾਹਮਣੇ ਆ ਗਿਆ ਧਰਮਿੰਦਰ ਜਲਦੀ ਆ ਜਲਦੀ ਜਲਦੀ ਆ ਜਾ ਧਰਮਿੰਦਰ ਪਹਿਲਵਾਨ ਜਲਦੀ ਪੁੱਜਵੇ ਉਧਰ ਕਾਕਾ ਡੋਡੂ ਵਾਲਾ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਆਓ ਪਹਿਲਵਾਨ ਜਲਦੀ ਬਾਈ ਪਲੀਜ਼ ਗਰਾਊਂਡ ਜਿਹੜਾ ਫੋਟੋ ਤੋਂ ਬਾਅਦ ਕਲੀਅਰ ਕਰ ਦਿਓ ਫਿਰ ਸਵਾਦ ਆ ਕੁਸ਼ਤੀਆਂ ਦਾ ਨਹੀਂ ਕੋਈ ਸਵਾਦ ਨਹੀਂ ਹੈਗਾ ਇਹ ਨੋਟ ਕਰਿਓ ਪਲੀਜ਼ ਬਈ ਬੇਨਤੀ ਵਾਲਾ ਸਾਹਮਣੇ ਧਰਮਿੰਦਰ ਆ ਗਿਆ ਕੁਲਵੀਰ ਹਾਂਜੀ ਹਾਂਜੀ ਕੋਲ ਤੇਜ਼ ਕਾਲਾ ਵੀ ਆ ਗਿਆ ਕੁਸ਼ਤੀ ਜਿਹੜੀ ਸ਼ੁਰੂ ਕਰਵਾ ਦਿਓ 2 ਨੰਬਰ ਦੀ ਪ੍ਰਿਤਪਾਲ ਫੁਗਵਾਲਾ ਤੇ ਜੱਸਾ ਪੱਟੀ ਜਲਦੀ ਨਾ ਭੱਜ ਕੇ ਆ ਜਾਣ ਵਿੱਚ ਇਹ ਵੀ ਆਪਾਂ ਕੁਸ਼ਤੀ ਜਿਹੜੀ ਆਲਟੋ ਕਾਰ ਵਾਲੀ ਨਾਲੇ ਕਰਵਾ ਦੇਣੀ ਹੈ ਹਾਂਜੀ ਸਾਧਪੁਰ ਦੀ ਧਰਤੀ 30 ਤਰੀਕ ਨੂੰ ਵੱਡਾ ਦੰਗਲ ਹੁਣ ਜਾ ਰਿਹਾ ਸੰਗਤ ਨੋਟ ਕਰ ਲੈਣ ਜਿੰਨੇ ਵੀ ਚਿਹਰੇ ਜੁੜੇ ਸਭ ਦਾ ਵੱਡਾ ਧੰਨਵਾਦ ਆ ਲਾ ਸਾਹਮਣੇ ਕਹਿੰਦੇ ਇੱਕ ਯਾਦਗਾਰੀ ਤਸਵੀਰ ਹੋ ਰਹੀ ਆ ਮੈਂ ਬੇਨਤੀ ਕਰਦਾ ਬਈ ਬਾਬਾ ਗੁਰਦਿਆਲ ਜੀ ਦੇ ਪਰਿਵਾਰ ਵਿੱਚੋਂ ਕੋਈ ਹੋਵੇ ਤੇ ਜਾ ਕੇ ਫੋਟੋ ਕਰਵਾ ਲਓ ਬਾਬਾ ਗੁਰਦਿਆਲ ਜੀ ਭਾਜੀ ਆ ਗੁਰਦੀਪ ਭਾਜੀ ਇੱਕ ਮਿੰਟ ਰੁਕ ਲਿਓ ਆ ਮੁੰਡਾ ਮੇਰਾ ਵੀ ਆਉਂਦਾ ਜੀ ਇੱਕ ਮਿੰਟ ਆਉਂਦਾ ਆ ਗਏ ਆ ਗਏ ਆ ਗਏ ਆ ਗਏ ਕੋਈ ਗੱਲ ਨਹੀਂ ਫੋਟੋਆਂ 2 ਹੋ ਜਾਣਗੀਆਂ ਕੋਈ ਦਿੱਕਤ ਨਹੀਂ ਲਓ ਇੱਧਰ ਕੁਸ਼ਤੀ ਜਿਹੜੀ ਪੁਆਇੰਟ ਤੇ ਚੱਲਦੀ ਹੈ ਨਾ ਪਹਿਲਵਾਨਾਂ ਦਰਮਿਆਨ ਡੀਐਸਪੀ ਫਿਲੌਰ ਅਤਰੀ ਸਾਹਿਬ ਸਾਡੇ ਕੋਲ ਪੁੱਜੇ ਹੈ ਉਹਨਾਂ ਦਾ ਸਵਾਗਤ ਹੈ ਔਰ ਸਰਦਾਰ ਕੇਵਲ ਸਿੰਘ ਜੀ ਐਸਐਚਓ ਗੁਰਾਇਆ ਉਹ ਵੀ ਸਾਡੇ ਕੋਲ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਲਓ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਸਰਦਾਰ ਬਲਵਿੰਦਰ ਸਿੰਘ ਜੀ ਐਸਐਚਓ ਬਿਲਗਾ ਉਹ ਵੀ ਪਹੁੰਚੇ ਹੋਏ ਵੈਲਕਮ ਜੀ ਯਾਰ ਬਾਈ ਆ ਗਰਾਊਂਡ ਕਲੀਅਰ ਕਰੋ ਗਰਾਊਂਡ ਕਲੀਅਰ ਕਰ ਦਿਓ ਵਾਹ ਵੀ ਵਾਹ ਪੁਆਇੰਟ ਤੇ ਕੁਸ਼ਤੀ ਬੱਲੇ 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 ਆ ਨੌਜਵਾਨ ਇਹ ਹੈ ਪਹਿਲਵਾਨ ਨਰਿੰਦਰ ਖੰਨਾ ਜਿਹੜਾ ਪੁਆਇੰਟ ਤੇ ਕੁਸ਼ਤੀ ਜਿੱਤਿਆ ਬਾਈ ਗਰਾਊਂਡ ਕਲੀਅਰ ਕਰੋ ਪਲੀਜ਼ ਇੰਨੇ ਬੰਦਿਆਂ 'ਚ ਤਾਂ ਦਰਸ਼ਕਾਂ ਨੇ ਕੀ ਦੇਖਣਾ ਫਿਰ ਹਾਂਜੀ ਗਰਾਊਂਡ ਕਲੀਅਰ ਕਰੋ ਜੀ ਰੈਫਰੀ ਸਾਹਿਬ ਗਰਾਊਂਡ ਕਲੀਅਰ ਕਰੋ ਇੱਕ ਵਾਰੀ ਭਾਜੀ ਹਾਂਜੀ ਗਰਾਊਂਡ ਕਲੀਅਰ ਕਰ ਦਈਏ ਧਰਮਿੰਦਰ ਇੱਕ ਵਾਰ ਹੱਥਕੜਾ ਕਰੇ ਬਈ ਕਾਲੇ ਰੰਗ ਦੀ ਕੈਂਚ ਆ ਹਤੇਸ਼ ਕਾਲਾ ਜਿਹੜੇ ਅਨਾਊਂਸਮੈਂਟ ਵੀਰ ਸਾਡੇ ਇੱਥੇ ਇਨਵਾਈਟਡ ਆ ਮੈਂ ਬੇਨਤੀ ਕਰਦਾ ਕਿ ਆਪੋ ਆਪਣੀਆਂ ਤੁਸੀਂ ਡਿਊਟੀਆਂ ਸੁਭਾਵਾਂ ਨਿਭਾਈਆਂ ਤੇ ਹੁਣ ਮੈਂ ਇਹ ਬੇਨਤੀ ਕਰੂੰ ਅਨਾਊਂਸਮੈਂਟ ਜੋ ਕਰਦੀ ਆ ਉਹ ਥੋੜ੍ਹੀ ਆਪਣੀ ਵੀ ਥੋੜ੍ਹੀ ਅਨਾਊਂਸ ਘੱਟ ਕਰਨੀ ਆ ਆਪਾਂ ਬਹੁਤਾ ਦਰਸ਼ਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਬਹੁਤ ਮਿਹਰਬਾਨੀ ਪੁੱਤਰ ਜੀ ਬਹੁਤ ਧੰਨਵਾਦ ਲਓ ਜੀ ਮੈਂ ਸਾਡੇ ਬੜੇ ਪੁਰਾਣੇ ਪਟਵਾਰੀ ਸਾਹਿਬ ਤੀਰਥ ਰਾਮ ਜੀ ਮਿਠੜਾ ਸੀਨੀਅਰ ਮੀਤ ਪ੍ਰਧਾਨ ਪਟਵਾਰੀ ਯੂਨੀਅਨ ਜ਼ਿਲ੍ਹਾ ਜਲੰਧਰ ਨੂੰ ਆਇਆ ਜੀ ਆਇਆ ਆਖਦਾ ਕਿੰਨੇ ਦਿਨਾਂ ਮੈਂ ਰੱਖਦਾ ਹੁਣ ਦਿਓ ਸੋ ਜਿਹਨਾਂ ਨੇ 3 ਨੰਬਰ ਦਾ ਪਟਕਾ ਸਪਲੈਂਡਰ ਮੋਟਰਸਾਈਕਲ ਦੇਣਾ ਗੈਰੀ ਸਿੰਘ ਨਾਗਰਾ ਸਨ ਆਫ ਸਰਦਾਰ ਅਮਨਦੀਪ ਸਿੰਘ ਜੀ ਸਨ ਆਫ ਸਰਦਾਰ ਬਲਵਿੰਦਰ ਸਿੰਘ ਜੀ ਬਿੱਲਾ ਇਟਲੀ ਵਾਲੇ ਉਹ ਪਹੁੰਚ ਚੁੱਕੇ ਆ ਸੋ ਉਹਨਾਂ ਦਾ ਇੱਥੇ ਸਵਾਗਤ ਕਰਦੇ ਆ ਉਹ ਆਪਣੇ ਕਰ ਕਮਲਾਂ ਦੇ ਨਾਲ ਮੋਟਰਸਾਈਕਲ ਦੇਣਗੇ ਹਾਂਜੀ ਜੱਸਾ ਪੱਟੀ ਦੀ ਫੁਗਵਾੜਾ ਜੱਸਾ ਪੱਟੀ ਦੇ ਪ੍ਰਿਤਪਾਲ ਫੁਗਵਾੜਾ 1 ਨੰਬਰ ਦੀ ਝੰਡੀ ਵਾਲੇ ਦੋਨੇ ਮਾਲ ਆ ਜਾਣ ਆਲਟੋ ਕਾਰ ਵਾਲੇ ਆਹ ਜਿਹੜੀ ਕੁਸ਼ਤੀ ਚੱਲਦੀ ਹੈ ਬਾਬਾ ਗੁਰਦਿਆਲ ਜੀ ਬੈਲਜੀਅਮ ਬਲਿਆਰ ਰਾਮ ਜੀ ਸਨ ਸਵਰਨਾ ਰਾਮ ਜੀ ਇਸ ਪਰਿਵਾਰ ਦੇ ਵੱਲੋਂ ਬੁਲਟ ਮੋਟਰਸਾਈਕਲ ਹੈ ਜੱਸਾ ਪੱਟੀ ਤੇ ਪ੍ਰਿਤਪਾਲ ਫੁਗਵਾੜਾ ਭੱਜ ਗਿਆ ਹੁਣ ਬਈ ਅਲਟੋ ਕਾਰ ਤੇ ਜਿਹੜੀ ਕੁਸ਼ਤੀ ਹੈ ਵੱਡਾ ਧੰਨਵਾਦ ਅੱਗੇ ਗੁਰਪ੍ਰੀਤ ਸਿੰਘ ਜੀ ਢੇਸੀ ਸਨ ਮੰਜੀ ਸਿੰਘ ਜੀ ਢੇਸੀ ਜਿਨ੍ਹਾਂ ਦੇ ਵੱਲੋਂ ਅਲਟੋ ਕਾਰ ਦਿੱਤੀ ਗਈ ਹੈ ਸ਼ਰਮਾ ਸਾਹਿਬ ਆਓ ਮਾਈਕ ਤੇ ਹੈਲੋ ਵਾਹ ਬਈ ਵਾਹ ਜੱਸਾ ਪੁੱਜ ਗਿਆ ਪ੍ਰਿਤਪਾਲ ਆ ਬਈ ਜਲਦੀ ਲਓ ਚੱਲਦੀ ਹੋਈ ਛੋਟੀ ਮਾਲੀ ਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਦੇਵ ਸਿੰਘ ਜੀ ਵੱਡੀਆਂ ਸਵਾਮਾਂ ਦਿੰਦੇ ਹੋ ਵੀ ਨਾਲ ਦੀ ਨਾਲ ਤੇ ਨਾਲੀ ਵੱਡੀਆਂ ਸਵਾਮਾਂ ਰੈਫਰੀਆਂ ਜੱਸਾ ਭੋਗਲ ਨਾਲੀ ਮੋਹਰ ਸਿੰਘ ਜੀ ਢੇਸੀ ਤੇ ਨਾਲੀ ਗੁਰਦੀਪ ਸਾਡਾ ਭਰਾ ਵੱਡੀਆਂ ਸਵਾਮਾਂ ਦੇ ਰਹੇ ਆ ਰੈਫਰ ਦੀਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲੀ ਪਲੀਜ਼
ਝੰਡੀ ਵਾਲੇ ਮੱਲ ਵੀ ਆ ਜਾਓ ਜਿਹੜੇ ਪਲੀਜ਼ ਇੰਨੇ ਵੀਰ ਗਰਾਊਂਡ ਦੇ ਵਿੱਚ ਹੈ ਗਰਾਊਂਡ ਕਲੀਅਰ ਕਰੋ ਯਾਰ ਸਵਾਦ ਤਾਂ ਹੀ ਐਡੇ ਵੱਡੇ ਰੰਗਲ ਗਰਾਊਂਡ ਦਾ ਜੇ ਗਰਾਊਂਡ ਕਲੀਅਰ ਹੋਏਗਾ ਇਹ ਧਿਆਨ ਦਿਓ ਗਰਾਊਂਡ ਬਿਲਕੁਲ ਜਿਹੜਾ ਕਲੀਅਰ ਕਰੋ ਫੋਟੋਗ੍ਰਾਫਰ ਜਿਹੜੇ ਹੈਗੇ ਆ ਪਲੀਜ਼ ਉਹ ਬੈਠ ਕੇ ਕੰਮ ਕਰਨਗੇ ਇਸ ਗੱਲ ਦਾ ਧਿਆਨ ਦਿਓ ਜਿਹੜਾ ਲਾਈਵ ਚੱਲਦਾ ਉਹ ਤੁਸੀਂ ਵੀ ਧਿਆਨ ਦਿਓ ਵੀ ਪਿੱਛੇ ਕੋਈ ਡਿਸਟਰਬ ਨਾ ਹੋਵੇ ਹਾਂਜੀ ਕੁਝ ਸਨਮਾਨ ਹੈ ਸਾਡੇ ਇੱਕ ਰਹਿੰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਡੀ ਐਸ ਪੀ ਸਾਹਿਬ ਦਵਿੰਦਰ ਅਤਰੀ ਜੀ ਉਹ ਸਾਡੇ ਦਰਮਿਆਨ ਪਹੁੰਚੇ ਨੇ ਉੱਥੇ ਸਾਡੇ ਗਰਾਇਆਂ ਦੇ ਐਸ ਐਚ ਓ ਕੇਵਲ ਸਿੰਘ ਜੀ ਉਹ ਵੀ ਪਹੁੰਚੇ ਨੇ ਬਿਲਗੇ ਦੇ ਐਸ ਐਚ ਓ ਬਲਜਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੂੰ ਜੀ ਆਇਆ ਹੁਣ ਉਹਨਾਂ ਦਾ ਸਨਮਾਨ ਕੀਤਾ ਜਾਣਾ ਮੈਂ ਡੀ ਐਸ ਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਸਨਮਾਨ ਲੈਣ ਡੀ ਐਸ ਪੀ ਸਾਹਿਬ ਜੀ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਕਿ ਰਸ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਬਦਮ ਖਾਉਂਦਾ ਕੇਵਲ ਸਿੰਘ ਜੀ ਗਰਾਇਆ ਉਹ ਆਪਣਾ ਸਨਮਾਨ ਲੈਣਾ ਸੱਚੋ ਕੇਵਲ ਸਿੰਘ ਜੀ ਗਰਾਇਆ ਹੁਣ ਮੈਂ ਬੇਨਤੀ ਕਰਾਂਗਾ ਐਸ ਐਚ ਓ ਬਿਲਗਾ ਸਰਦਾਰ ਬਲਜਿੰਦਰ ਸਿੰਘ ਜੀ ਉਹ ਵੀ ਆਪਣਾ ਸਨਮਾਨ ਲੈਣ ਆਹ ਵਾਹ ਬਈ ਵਾਹ ਉਧਰ ਪ੍ਰਿਤਪਾਲ ਵੀ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਸਰਦਾਰ ਸੁਰਿੰਦਰ ਸਿੰਘ ਜੀ ਸਰਾਣਾ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਧਾਨਗੀ ਦੇ ਵਿੱਚ ਜਿਹੜਾ ਦੰਗਲ ਕਰਵਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਚੱਲਦੀ ਹੋਈ ਕੁਸ਼ਤੀ ਮਾਸਟਰ ਜੀ ਸਨਮਾਨ ਹੈਗੇ ਆ ਜੇ ਉਂਝ ਤੇ ਕਈ ਪਤੰਗਿਆਂ ਨੂੰ ਬਲ ਦੀ ਲਾੜ ਤੇ ਸੜਦਿਆਂ ਵੇਖਿਆ ਏ ਚੁੱਪ ਕੀਤਿਆਂ ਕਈਆਂ ਗੁੱਚਿਆਂ ਨੂੰ ਦੇਗਾਂ ਵਿੱਚ ਵੀ ਕੱਢਦਿਆਂ ਵੇਖਿਆ ਏ ਤਪਦੀ ਰੇਤ ਤੇ ਕਈ ਨਮਾਜ਼ੀਆਂ ਨੂੰ ਕਲਮਾ ਯਾਰ ਦਾ ਪੜਦਿਆਂ ਵੇਖਿਆ ਏ ਕੀ ਦੱਸਾਂ ਬਾਬਾ ਵਸਾਊ ਤਾਈ ਕਿੱਦਾਂ ਬਲ ਦੀ ਚਿਖਾ ਤੇ ਚੜਦਿਆਂ ਵੇਖਿਆ ਏ ਅੱਜ ਉਸ ਬਾਬੇ ਨੂੰ ਸਮੁੱਚਾ ਉੱਤਰੀ ਭਾਰਤ ਪ੍ਰਣਾਮ ਕਰਨ ਆਇਆ ਹੈ ਮੈਂ ਵੀ ਆਪ ਸਾਰਿਆਂ ਦੇ ਸੰਗ ਉਸ ਬਾਬੇ ਨੂੰ ਪ੍ਰਣਾਮ ਕਰਦਾ ਜੀ ਬਈ ਤਾੜੀ ਜ਼ੋਰਦਾਰ ਮਾਰ ਦਿਓ ਇੱਕ ਵਾਰ ਪ੍ਰਬੰਧਕੀ ਕਮੇਟੀ ਦੇ ਲਈ ਸਤਿਕਾਰਯੋਗ ਚਿਹਰਿਆਂ ਦੇ ਵੱਲੋਂ ਲਾ ਪ੍ਰਿਤਪਾਲ ਤੇ ਜੱਸਾ ਦੋਨੇ ਆ ਗਏ ਹੈ ਹਾਂਜੀ ਕਮੇਟੀ ਦੱਸੋ ਵੀ ਇਹ ਵੱਡੀ ਮਾਲੀ ਦੀ ਕੁਸ਼ਤੀ ਨਾਲ ਹੀ ਲਾਉਣੀ ਹੈ ਪਲੀਜ਼ ਕਮੇਟੀ ਮੈਂਬਰ ਧਿਆਨ ਦਿਓ ਇਹ ਵੱਡੀ ਮਾਲੀ ਦੀ ਕੁਸ਼ਤੀ ਹੈ ਜੀ ਦੱਸ ਦਿਓ ਇੱਕ ਵਾਰੀ ਹਾਂਜੀ ਸ਼ੁਰੂ ਕਰਵਾ ਦੇਣੀ ਫਿਰ ਰੈਫਰੀ ਆ ਜਾਓ ਜੀ ਉੱਧਰ ਹਾਂਜੀ ਆਹ ਕੁਸ਼ਤੀ ਜਿਹੜੀ ਹੁਣ ਜਾ ਰਹੀ ਗੁਰਪ੍ਰੀਤ ਸਿੰਘ ਜੀ ਢੇਸੀ ਸਨ ਮਨਜੀਤ ਸਿੰਘ ਜੀ ਢੇਸੀ ਜਿਨ੍ਹਾਂ ਦੇ ਵੱਲੋਂ ਅਲਟੋ ਕਾਰ ਹੈ ਭਿੰਦਰ ਦੀ ਕੁਸ਼ਤੀ ਜਿਹੜੀ ਅਤੇਸ਼ ਕਾਲੇ ਦੇ ਨਾਲ ਚੱਲਦੀ ਹੈ ਬਾਬਾ ਗੁਰਦਿਆਲ ਬੈਲਜੀਅਮ ਬਲਿਆਰ ਰਾਮ ਸਾਨੋ ਸਵਰਨਾ ਰਾਮ ਜੀ ਦੇ ਪਰਿਵਾਰ ਵੱਲੋਂ ਹੈ ਮੈਂ ਬੇਨਤੀ ਕਰਦਾ ਭਾਜੀ ਨਾਲ ਹੋ ਜਾਓ ਔਰ ਫੋਟੋ ਕਰਵਾ ਲਈਏ ਬਾ ਜਿੱਥੇ ਹੈਲੋ ਬਈ ਜਿਹੜਾ ਪਹਿਲਵਾਨ ਜਿੱਤੂਗਾ ਵੱਡੀ ਮਾਲੀ ਘੋਗੀ ਕਾਲਾ ਸੰਘਿਆ ਪੱਤੜ ਕਲਾਂ ਉਹਦੇ ਵੱਲੋਂ 2000 ਰੁਪਇਆ ਹੋਏਗਾ ਜਸਮੀਨ ਕੌਰ ਕਰਮ ਸਿੰਘ 2000 ਰੁਪਇਆ ਅਨਕਾ ਭਿੰਦੋ ਬਾਜਵਾ ਇਹਨਾਂ ਵੱਲੋਂ 2000 ਰੁਪਇਆ ਮਹਿੰਦਰ ਸਿੰਘ ਜੀ ਮੋਰ ਜੱਸਾ ਦਿਓਲ ਇਹਨਾਂ ਵੱਲੋਂ ਵੀ 2000 ਹੈ ਤੇ ਕੋਨਾ ਸੱਦੇ ਵਾਲਾ ਸ਼ਾਇਦ ਜਰਨੈਲ ਸਿੰਘ ਜੀ USA 2000 ਹੈ ਉਧਰ ਇਹ ਧਿਆਨ ਦਿਓ ਇਹ ਪੈਸੇ ਜਿਹੜੇ ਜੱਸੇ ਵਾਸਤੇ ਪੁੱਜੇ ਹੈ ਇਹ ਜੱਸੇ ਵਾਸਤੇ ਪੁੱਜੇ ਹੈ 5100 ਰੁਪਇਆ ਬਿੰਦਾ ਬੈਦਵਾਨ ਕਾਲਾ ਬੈਦਵਾਨ ਤਨਾਸ ਜੇਤੂ ਲਈ 5100 ਰੁਪਇਆ ਹੋਏਗਾ ਬਹੁਤ ਬਹੁਤ ਧੰਨਵਾਦ ਹੈ ਤੇ ਉਧਰ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਥੋੜੇ ਸਮੇਂ 'ਚ ਸ਼ੁਰੂ ਹੋਣ ਚੱਲੀ ਹੈ ਇਹਨਾਂ ਪਹਿਲਵਾਨਾਂ ਦਰਮਿਆਨ ਸਮੇਂ ਦੀਆਂ ਬਾਤਾਂ ਹੋਣੀਆਂ ਬਈ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਰਾਓ ਜੀ ਫੋਟੋ ਜਲਦੀ ਨਾਲ ਹਾਂਜੀ ਪ੍ਰਿਤਪਾਲ ਫਗਵਾੜਾ ਤੇ ਜੱਸਾ ਪੱਟੀ ਦੀ ਪੂਰੀ ਕਮੇਟੀ ਦੇ ਨਾਲ ਫੋਟੋ ਜਿਹੜੀ ਹੁਣ ਜਾ ਰਹੀ ਹੈ ਮੈਂ ਬੇਨਤੀ ਕਰਦਾ ਵੀ ਪ੍ਰਧਾਨ ਸੁਰਿੰਦਰ ਸਿੰਘ ਸਰਾਣਾ ਆ ਗਿਆ ਜੀ ਹਾਂਜੀ ਨਾਲ ਹੋ ਕੇ ਫੋਟੋ ਕਰਵਾ ਲਓ ਅਕਬਰ ਭਾਜੀ ਕਿੱਧਰ ਭੱਜ ਗਿਆ ਉਹ ਮੇਰੇ ਵੀਰ ਨਾਲ ਹੋ ਕੇ ਫੋਟੋ ਕਰਵਾ ਲਓ ਬਹੁਤ ਬਹੁਤ ਧੰਨਵਾਦ ਤੇ ਜੀਤਾ ਢੇਸੀ ਜੀ ਆਓ ਭਾਜੀ ਨਾਲ ਹੋ ਜੀਏ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਨਾਲ ਹੋ ਕੇ ਫੋਟੋ ਕਰਵਾ ਲਓ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਅੱਜ ਦੀ ਝੰਡੀ ਦੀ ਕੁਸ਼ਤੀ ਦਾ ਵੱਡਾ ਮਾਣ ਜਿਹੜਾ ਦਿੱਤਾ ਹੈ ਅਸੀਂ ਸਾਰੇ ਚਿਹਰਿਆਂ ਦਾ ਬਹੁਤ ਬਹੁਤ ਧੰਨਵਾਦ ਆਖੀਏ ਜਿਨ੍ਹਾਂ ਦੇ ਵੱਲੋਂ ਵੱਡੇ ਮਾਣ ਨੇ ਅੱਜ ਦੇ ਦੰਗਲ ਦੇ ਵਿੱਚ ਬਹੁਤ ਬਾਣਬੱਤੀਆਂ ਸ਼ਖਸੀਅਤਾਂ ਨੇ ਵੱਡਾ ਮਾਣ ਦਿੱਤਾ ਅੱਜ ਦੇ ਦੰਗਲ ਦੇ ਵਿੱਚ ਜਿੰਨੇ ਵੀ ਚਿਹਰੇ ਜੁੜੇ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪੰਜਾਬ ਦੇ ਵਿੱਚ 12472 ਨਗਰ ਹੈ ਮੇਰੇ ਹਿਸਾਬ ਦੇ ਨਾਲ ਕੋਈ ਨਗਰ ਨਹੀਂ ਰਿਹਾ ਹੁਣ ਜਿਹੜੇ ਅੱਜ ਇੱਥੇ ਸ਼ਖਸੀਅਤਾਂ ਨਹੀਂ ਜੁੜੀਆਂ ਬਹੁਤ ਬਹੁਤ ਧੰਨਵਾਦ ਆਖੀਏ ਇਹਨਾਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਵੱਡਾ ਮਾਣ ਦਿੱਤਾ ਅੱਜ ਦੇ ਦੰਗਲ ਦੇ ਵਿੱਚ ਵੱਡਾ ਪਿਆਰ ਹੈ
कले कले चेहरे का असी वड्डा सत्कार रखिए क्योंकि एक साल के 12 महीने होंगे ने 365 दिन होंगे ने 8760 घंटे होंगे ने 52 हफ्ते होंगे ने 525,600 मिनट होंगे 3,32,16,000 सैकंड होंगे फिर जाके मेले न जुड़द ताड़ी जोरदार मार दौ एक बार दरबार दे। हाँ जी साढ़े सरपंच अजमेर सिंह जी उन्होंने बेनती है भी आन रैफरी की जिम्मेवारी दे सरपंच अजमेर सिंह जी लाओ जस्सा पट्टी ते प्रतपाल फुगवाड़े के दरम्यान युद्ध शुरू होने जा रहा है। हैलो लाओ कुश्ती जी मैदान दे विच शुरू होने चली है बई प्लीज यार थोड़ा ग्राउंड वेला करो बेनती है सरदार गुरप्रीत सिंह जी ढेसी सन ऑफ मनजीत सिंह जी ढेसी उन्होंने परिवार वालों अल्टो दी जानी है बहुत बहुत धन्यवाद करते हैं मनप्रीत ढेसी और मोहन सिंह जी ढेसी बलजीत ढेसी होर का बहुत बहुत धन्यवाद है नाल ही बहुत बहुत धन्यवाद करते हैं सरदार सुरेंद्र सिंह जी सराणा सरपंच साहब प्रधान दंगल कमेटी उन्होंने भी बहुत बहुत धन्यवाद है। हाँ जी लो जी आज पड़के की कुश्ती तैनात हुणी चंद मिनटा से इलाका निवासियों असं दिखावांगे इन्हां दे यार जस्सा पट्टी प्रतपाल फगवाड़ा इस कुश्ती की अंपायरी रैफरी सर अजमेर सिंह सेको सबका सरपंच मनजीत सिंह कनेडियन जिन्हों वालों कार दिखती जानी है नाल उन्होंने ब्रदर मोहन सिंह जी ढेसी कनेडियन अंपायरी करके मैं वीर बेनती करूँ कि जे मेरी गल का कोई इतराज ना मनियो गुस्सा ना करो जिथे जिथे नहीं बेनती कर दाई नहीं हिलनी चाहती कुश्ती दा युद्ध जिहड़ा शुरू हो चुका जस्सा पट्टी ते प्रतपाल जस्सा पट्टी ते प्रतपाल फगवाड़ा बहुत ही पंजाब दी काड़ेदार कुश्ती आ इन्हों पहलवाना का कोई मुकाबला नहीं पंजाब च मैं समझना उत्तरी भारत में भी अब बराबर पहलवान है नहीं कोई छे बज के 8 मिनट हो गया दर्शक भीर बेनती है घड़िया सैट कर लो 6:08 मिनट कुश्ती शुरू कराती है भाजी बह जाओ मेरे वीर बहुत ही सियाने साडे सुलझे सरपंच साहब अजमेर सिंह हुणी मनजीत सिंह ते मोहन सुनी अंपायरी कर रहे हैं हर पल पल का ध्यान रखा जाऊगा इन्हों का ते मैं बेनती करूँ जो मिट्टी की कुश्ती का रूल आ ये पहलवान चंगी तरह जानते हैं उन्होंने निभाउणगे। हाँ जी वेरी गुड वेरी गुड कहिंदे खुंडियां दे सिंघ फस गए नितरू बड़े में खानी लो बहुत ही काटेदार कुश्ती जस्सा सिंह पोगल जी ये तो बाद पॉइंट करा के कुश्ती फाइनल करो इन्हों दे 10 मिनट हो रहा जो 2 नंबर की कुश्ती आ पोगल साहब नूं बेनती आ कि इन्हां दा छेती निपटारा कराओ ਭਾਜੀ ਬਹਿ ਜਾਓ ਮੇਰੇ ਵੀਰ ਸਾਰੇ ਸ਼ਾਬਾਸ਼ ਆਪਣੇ ਘਰ ਦਾ ਦੰਗਲਾ ਮੇਰੇ ਵੀਰ ਸਾਰੇ ਬਹਿ ਜਾਓ ਵੀ ਜੱਸਾ ਪੱਟੀ ਤੇ ਪ੍ਰਿਤਪਾਲ ਦੇ ਦਰਮਿਆਨ ਯੁੱਧ ਹੋ ਚੁੱਲਾ ਐਨ ਸਿਰੇ ਦੀ ਕੁਸ਼ਤੀ ਚੱਲਦੀ ਹੈ ਜੱਸਾ ਪੱਟੀ ਤੇ ਪ੍ਰਿਤਪਾਲ ਦੇ ਦਰਮਿਆਨ ਪੂਰੇ ਟੌਪ ਦੀ ਕੁਸ਼ਤੀ ਚੱਲਦੀ ਹੈ ਅਲਟੋ ਕਾਰ ਤੇ ਇਹ ਸਦਾ ਗੁਰਪ੍ਰੀਤ ਸਿੰਘ ਜੀ ਢੇਸੀ ਸਾਨਾ ਮਨਜੀਤ ਸਿੰਘ ਜੀ ਢੇਸੀ ਵੈਰੀ ਗੁੱਡ ਲਓ ਜੀ ਮਾਸਟਰ ਜੀ ਪੰਜਾਬ ਦੀ ਇਤਿਹਾਸਕ ਸਿੰਝ ਪਿੰਡ ਰੁੱਪੋਵਾਲ ਦਾ ਇਤਿਹਾਸਕ ਕੁਸ਼ਤੀ ਫਾਈਨਲ ਦੀ ਸਿੰਝਾਂ ਵਿੱਚੋਂ ਸਿੰਝ ਸੁਣੀ ਦੀ ਛੱਜ ਸੁਣੀ कुश्ती कि होनी
ਜੇਕਰ ਇਹ ਕੁਸ਼ਤੀ ਮਹਾਰਾਸ਼ਟਰ ਜਾਂ ਰਾਜਸਥਾਨ 'ਚ ਹੁੰਦੀ ਹਜ਼ਾਰ ਰੁਪਈਆ ਟਿਕਟ ਲੱਗਦਾ ਦੇਖਣ ਨੂੰ। ਅੱਜ ਨੱਕਰ ਜਾ ਫਰੀ ਕੁਸ਼ਤੀ ਹੋ ਰਹੀ ਆ, ਵੀਰੋ ਤੁਹਾਡੇ ਸਹਿਯੋਗ ਦਾ ਹੀ ਅਹਿਸਾਸ ਆ, ਸਾਨੂੰ ਮਾਣ ਆ, ਸਤਿਕਾਰ ਆ। ਚਾਚਾ ਜੀ ਆ ਜਿਹੜੇ ਮੂਵੀ ਵਾਲੇ, ਇਹਨਾਂ ਨੂੰ ਸਾਈਡ ਤੇ ਕਰ ਦਿਓ ਘੁੰਮਣ ਫਿਰਨ, ਇਹ ਸਾਰੇ ਮੂਵੀ ਵਾਲੇ ਘੁੰਮ ਫਿਰ ਲਈਏ ਆਪਾਂ। ਅਸੀਂ ਫੇਰ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ, ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ, ਜਿਹਨਾਂ ਦੇ ਸਹਿਯੋਗ ਨਾਲ ਇੰਨਾ ਵਧੀਆ ਛਿੰਝ ਮੇਲਾ ਸੱਜ ਗਿਆ। ਆ ਕਾਂਡੇ ਦਾ ਕੁਸ਼ਤੀ ਦੇਖੋ, ਦੋਹਾਂ ਦੀਆਂ ਕਾਲੀਆਂ ਕੈਂਚਾਂ ਜੱਸਾ ਸਿੰਘ ਦੇ ਸਿਰ 'ਤੇ, ਜੋ ਪਟਕਾ ਆ ਇਹ ਪਛਾਣ ਆ ਜੱਸੇ ਦੀ। ਪ੍ਰਤਪਾਲ ਦੇ ਇੰਗਲਟ ਪਾਏ ਆ ਕਾਲੇ, ਮੈਂ ਸਮਝਦਾ ਕਿ ਇਹ ਤੋਂ ਵਧੀਆ, ਇਹ ਤੋਂ ਕਾਂਡਦਾਰ ਕੁਸ਼ਤੀ ਹੋਰ ਕਿਤੇ ਨਹੀਂ ਆਪਾਂ ਕਰਾ ਸਕਦੇ, ਨਾ ਦੇਖ ਸਕਦੇ ਹਾਂ। ਬਈ ਸਵਾਦ ਆਉਂਦਾ, ਇੱਕ ਵਾਰੀ ਲਾ ਦਿਓ ਤਾੜੀਆਂ ਰੂਪੋ ਵੱਲ ਲਈ। ਡਾਕਟਰ ਸਾਹਿਬ ਆ ਤਾਂ ਕੁਸ਼ਤੀ ਕਰੋੜ ਦੀ ਹੈ ਜਿਹੜੀ ਆਲਟੋ 'ਚ ਹੋ ਰਹੀ ਹੈ, ਆ ਤਾਂ ਕੁਸ਼ਤੀ ਕਰੋੜ ਦੀ ਹੈ। ਵਾਕਿਆ ਮੈਦਾਨ ਦੇ ਵਿੱਚ ਯੁੱਧ ਖੜਕਦਾ ਯੁੱਧ, ਵਾਹ ਵੀ ਵਾਹ। ਨਹਿਰੀ ਸਾਹ ਕਹਿੰਦਾ ਗੁੰਦ ਮੇ ਸਰੀਰ ਹਿੱਕਾ, ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ, ਨਾਲੇ ਖਿੱਚ ਲਾਉਣ ਪੌੜੀਆਂ। ਸ਼ੇਰੇ ਗਹਿਲ ਮਜ਼ਾਰੀ ਸ਼ਾਨ ਡੰਗਲਾਂ ਦੀ ਬਣਦੇ ਕਿ ਮਿਹਨਤਾਂ ਦੇ ਨਾਲ, ਯਾਰੋ ਸੀਨੇ ਸਦਾ ਤਣਦੇ, ਸੀਨੇ ਸਦਾ ਤਣਦੇ। ਕਹਿੰਦੇ ਸਵਾਦ ਆਇਆ ਪਿਆ, ਦਰਸ਼ਕ ਟਕੋ ਟਕੀ ਖੜੇ ਆ। ਬਹੁਤ ਬਹੁਤ ਧੰਨਵਾਦ ਸਮੁੱਚੀ ਦੰਗਲ ਕਮੇਟੀ ਦਾ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਹੈ, ਵਾਹ ਬਈ ਵਾਹ। ਕਹਿੰਦਾ ਰਸ ਅੰਮੀ ਦੀ ਚੂਰੀ ਦਾ, ਬਾਪੂ ਕੁੱਟ ਬਦਾਮ ਖਵਾਉਂਦਾ, ਭੈਣ ਦੁੱਧ ਪਿਆਉਂਦੀ, ਇਹ ਮਾਲਸ ਛੋਟੇ ਤੋਂ ਕਰਵਾਉਂਦਾ, ਪੰਮਿਆਂ ਤੱਕ ਵਿੱਚ ਮੈਦਾਨਾਂ ਦੇ, ਕਿ ਮੁੰਡਾ ਵੱਖਰੇ ਯਾਰ ਦਿਖਾਉਂਦਾ, ਕਿ ਮੁੰਡਾ ਵੱਖਰੇ ਯਾਰ ਦਿਖਾਉਂਦਾ। ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ, ਜ਼ੋਰ ਤਾਂ ਲੱਗਿਆ ਹੋਇਆ, ਜਾਨ ਤਾਂ ਲੱਗੀ ਹੋਈ ਹੈ। ਭਾਜੀ ਘੁੰਮ ਫਿਰ ਕੇ, ਘੁੰਮ ਫਿਰ ਕੇ, ਬਹੁਤ ਬਹੁਤ ਧੰਨਵਾਦ ਹੈ, ਘੁੰਮ ਫਿਰ ਕੇ। ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ, ਸਮੇਂ ਦੀ ਬਾਤ ਹੋਏਗੀ, ਕੌਣ ਜਿੱਤਦਾ ਕੌਣ ਹਾਰਦਾ ਇਹ ਵੀ ਸਮੇਂ ਦੀਆਂ ਗੱਲਾਂ। ਰੈਫਰੀ ਘੁੰਮ ਫਿਰ ਕੇ, ਰੈਫਰੀ ਘੁੰਮ ਫਿਰ ਕੇ। ਝੰਡੀ ਵਾਲੇ ਵੀਰ ਮਾੜਾ ਗੇੜਾ ਤੂੰ ਚੌੜਾ ਬੜਾ ਵਧਾ ਦੇ, ਇੱਧਰ ਨੂੰ ਆ ਜਾਓ ਮਾੜਾ ਜਿਹਾ। ਹਾਂਜੀ ਕੁਲਵੀਰ ਭਾਜੀ, ਝੰਡੀ ਵਾਲਿਆਂ ਨੂੰ ਬੇਨਤੀ ਆ ਵੀ ਪਾਪਾ ਦੂਰ ਦੂਰ ਹੋ ਜਾਈਏ, ਪਰ ਜਿਹੜੇ ਸਾਡੇ ਰੈਫਰੀ ਵੀਰ ਆ ਉਹ ਵੀ ਘੁੰਮ ਫਿਰ ਲੈਣ। ਮੈਂ ਬੇਨਤੀ ਕਰਦਾ ਵੀ ਫਿਲਮ ਵਾਲੇ ਵੀਰ ਵੀ ਘੁੰਮ ਫਿਰ ਲੈਣ, ਵਾਰ ਵਾਰ ਬੇਨਤੀ ਆ। ਬੜੇ ਟੌਪ ਦੀ ਕੁਸ਼ਤੀ ਜਿਹੜੀ ਚੱਲਦੀ ਇੱਕ ਪਾਸੇ ਮਾਝੇ ਰੂਪੋ ਆਦਾ ਦੰਗਲ, ਨਾਰਥ ਦੇ ਵੱਡੇ ਦੰਗਲਾਂ 'ਚ ਗਿਣਿਆ ਜਾਂਦਾ। ਹਾਲੇ 5 ਮਿੰਟ ਹੋਏ ਆ, ਜਸਵੰਤ ਸਿੰਘ ਭੋਲਾ ਕਹਿੰਦਾ ਹਾਲੇ 5 ਮਿੰਟ ਹੋਏ ਆ, ਹਾਲੇ 5 ਮਿੰਟ ਹੋਏ ਆ। ਭੋਲਿਆ ਟਾਈਮ ਤਾਂ ਲੰਘੀ ਜਾਣਾ, ਖੰਡੇ ਤਾਂ ਖੜਕੀ ਜਾਣੇ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ, ਮੋਹਨ ਸਿੰਘ ਢੇਸੀ ਜੀ ਘੁੰਮ ਫਿਰ ਕੇ, ਘੁੰਮ ਫਿਰ ਕੇ, ਵਾਹ ਬਈ ਵਾਹ। ਨਹਿਰੀ ਸਾਹ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ, ਜ਼ੋਰ ਲੱਗਿਆ ਹੋਇਆ ਪੂਰਾ, ਜਾਨ ਪੂਰੀ ਲੱਗੀ ਹੋਈ ਹੈ। ਓ ਬੱਲੇ 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 ਬੱਲੇ, ਇੱਧਰ ਕੀ ਹੋ ਗਿਆ? ਇਹ ਹਿਤੇਸ਼ ਕਾਲਾ, ਇਹ ਬਹਾਦਰ ਗੜੀਆ, ਕਹਿੰਦੇ 27-28 ਵਾਰ ਭਾਰਤ ਕੇਸਰੀ ਬਣਿਆ, ਇਹਦੇ ਨਾਲ ਹੈ ਧਰਮਿੰਦਰ ਪਹਿਲਵਾਨ ਕੋਹਾਲੀ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇੱਧਰਲੇ ਪਾਸੇ, ਦੋਨੋਂ ਕੁਸ਼ਤੀਆਂ ਸਿਰੇ ਦੀਆਂ, ਉਹਦੇ 6 ਮਿੰਟ ਬਾਕੀ ਹੈ, ਇਹ ਕੁਸ਼ਤੀ ਦੇ 6 ਮਿੰਟ ਬਾਕੀ ਹੈ ਜੀ, ਕਹਿੰਦੇ ਨੋਟ ਕਰਿਓ। ਧਰਮਿੰਦਰ ਵਾਲੀ ਤੇ ਹਿਤੇਸ਼ ਵਾਲੀ ਕੁਸ਼ਤੀ ਦੇ 6 ਮਿੰਟ ਦਾ ਸਮਾਂ ਬਾਕੀ ਹੈ। ਕੁਲਵੀਰ ਧਰਮਿੰਦਰ ਵਾਲੀ ਕੁਸ਼ਤੀ ਦਾ ਟਾਈਮ ਬੋਲਦੀ ਹਿਤੇਸ਼ ਕਾਲ, 6 ਮਿੰਟ ਬਾਕੀ ਹੈ, ਉਹ ਤੋਂ ਬਾਅਦ ਪੁਆਇੰਟ ਦੇ ਆ। ਵਾਹ ਬਈ ਵਾਹ, ਕਰ ਮੈਦਾਨ ਕਰ ਫਿਰ ਗੱਲ ਲਾ ਸਾਹਮਣੇ। ਕਹਿੰਦੇ ਇਸ ਵੇਲੇ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ, ਵੀ ਸਾਡੇ ਸਾਰੇ ਰੈਫਰੀ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਘੁੰਮ ਫਿਰ ਲੈਣ। ਬੜੀ ਚੋਟੀ ਦੀ ਕੁਸ਼ਤੀ ਚੱਲਦੀ ਹੈ ਕਿ ਕਲਗੀਆਂ ਵਾਲਿਆਂ ਆਨੰਦਪੁਰ ਛੱਡ ਦਿੱਤਾ, ਬਾਜ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਬੜਾ ਖੂਨ ਡੋਲਿਆ ਕੌਮ ਲਈ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਚਾਰ ਲਾਲ ਵਤਨਾਂ ਲਈ ਵਾਰ ਦਿੱਤੇ, ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਮਾਛੀਵਾੜੇ ਕੰਡਿਆਂ ਤੇ ਆਣ ਸੁੱਤੋ, ਕਲਗੀ ਕਿਸੇ ਪਾਸੇ, ਤੋੜਾ ਕਿਸੇ ਪਾਸੇ। ਲਓ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ, ਪ੍ਰਿਤਪਾਲ ਫਗਵਾੜਾ ਤੇ ਜੱਸਾ ਪੱਟੀ ਦੇ ਦਰਮਿਆਨ ਅੱਜ ਦੀ ਝੰਡੀ ਦੀ ਕੁਸ਼ਤੀ ਅਲਟੋ ਕਾਰ ਤੇ ਹੈ। ਗੁਰਪ੍ਰੀਤ ਸਿੰਘ ਜੀ ਢੇਸੀ, ਸਾਨਵ ਸਦਾ ਮਨਜੀਤ ਸਿੰਘ ਜੀ ਢੇਸੀ ਪਰਿਵਾਰ ਦੇ ਵੱਲੋਂ ਅਲਟੋ ਕਾਰ ਹੈ। ਬਈ ਤਾੜੀ ਜ਼ੋਰਦਾਰ ਮਾਰ ਦਿਓ ਵੱਡੇ ਪਰਿਵਾਰਾਂ ਦੇ ਲਈ ਜਿਹੜੇ ਹਰ ਸਾਲ। ਉਧਰ 10,000 ਰੁਪਇਆ ਜੱਸੇ ਲਈ ਸਪੈਸ਼ਲ ਆਇਆ ਹੋਇਆ ਹੈ, ਸਾਡੇ ਮਾਸਟਰ ਜਗਦੀਸ਼ ਜੀ ਹੋਰਾਂ ਕਹਿੰਦੇ 10,000 ਰੁਪਇਆ ਜਿਹੜਾ ਸਪੈਸ਼ਲ ਆਇਆ ਹੋਇਆ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਈ ਸਾਰੇ ਮੇਰੇ ਵੀਰ। ਵਾਹ ਬਈ ਵਾਹ। ਨਹਿਰੀ ਸਾਹ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ।
ਭਾਈ ਘੁੰਮ ਫਿਰ ਕੇ ਘੁੰਮ ਫਿਰ ਕੇ ਘੁੰਮ ਫਿਰ ਕੇ ਦਾਇਰਾ ਵਧਾ ਲਿਓ ਮਾਸਟਰ ਬਹੁਤੀ ਡਾਕਟਰ ਸੁਖਦੇਵ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਸਮੇਂ ਦੀ ਬਾਤ, ਸਮੇਂ ਦੀ ਬਾਤ ਹੈ, ਸਮੇਂ ਦੀ ਬਾਤ ਹੈ, ਕੌਣ ਜਿੱਤਦਾ ਕੌਣ ਹਾਰਦਾ ਬਾਤਾਂ ਸਮੇਂ ਦੀਆਂ ਹੋਣੀਆਂ। ਇੱਕ ਵਾਰੀ ਧੰਨ ਧੰਨ ਬਾਬਾ ਬਸਾਊ ਜੀ ਹੋਰਾਂ ਦੇ ਨਾਂ ਤੇ ਸਾਰੇ ਲਾ ਦੋ ਤਾੜੀਆਂ, ਬਹੁਤ ਜ਼ੋਰ ਨਾਲ ਤਾੜੀ ਲੱਗਣੀ ਚਾਹੀਦੀ ਕਿਉਂਕਿ ਤਹਿਸੀਲ ਫਲੌਰ ਤੱਕ ਸੁਣਨੀ ਚਾਹੀਦੀ ਹੈ। ਸਾਹਮਣੇ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਯੁੱਧ ਚੱਲਦਾ ਹੈ। ਮਹਾਬਲੀ ਰਣਜੀਤ ਸਿੰਘ ਹੋਇਆ ਨਾਲ ਜ਼ੋਰ ਦੇ ਮੁਲਕ ਲਾਇਆ ਗਿਆ, ਉਧਰ ਵੀ ਬੱਲੇ ਬੱਲੇ ਹੋਈ ਪਈ ਆ, ਉਧਰ ਵੀ ਬੱਲੇ ਬੱਲੇ ਹੋਈ ਪਈ ਆ। ਵਾਹ ਬਈ ਵਾਹ, ਤੇਜ ਉੱਪਰ ਨਹੀਂ ਰੀਸਾ ਘੁੰਮ ਫਿਰ ਕੇ ਜੀ, ਰੈਫਰੀ ਘੁੰਮ ਫਿਰ ਕੇ, ਰੈਫਰੀ ਘੁੰਮ ਫਿਰ ਕੇ, ਖਬਰਾਂ ਵਾਲੇ ਵੀਰ ਮਾੜਾ ਜਿਹਾ ਘੁੰਮ ਫਿਰ ਕੇ। ਹਾਂ ਬੇਨਤੀ ਹੈ, ਬੇਨਤੀ ਹੈ, ਕੈਮਰੇ ਬੜੇ ਲੱਗੇ ਹੋਏ ਆ, ਸਾਰੇ ਕੋਪਰੇਟ ਕਰੋ ਘੁੰਮ ਫਿਰ ਕੇ, ਕਿਉਂਕਿ ਦਰਸ਼ਕ ਜਿਹੜੇ ਦੂਰੋਂ ਦੂਰੋਂ ਚੱਲ ਕੇ ਆਏ ਆ, ਇਹਨਾਂ ਨੂੰ ਕੁਸ਼ਤੀ ਦਾ ਆਨੰਦ ਹੋਣਾ ਚਾਹੀਦਾ, ਮਿਲਣਾ ਚਾਹੀਦਾ, ਇਸ ਕਰਕੇ ਪਲੀਜ਼ ਘੁੰਮ ਫਿਰ ਕੇ। ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ, ਉਹ ਬੱਲੇ 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 ਬੱਲੇ, ਉਹ ਕੌਣ ਜਿੱਤਿਆ ਕੌਣ ਜਿੱਤਿਆ ਕੌਣ ਜਿੱਤਿਆ, ਉਧਰ ਵੀ ਬੱਲੇ ਬੱਲੇ, ਇੱਧਰ ਵੀ ਬੱਲੇ ਬੱਲੇ। ਹਾਂ ਧਰਮਿੰਦਰ ਉਧਰ ਚੱਲ, ਹਜੇ ਨਹੀਂ ਹੋਈ ਬਈ, ਹਜੇ ਨਹੀਂ ਹੋਈ, ਸਾਡੇ ਮਾਣਮਤੀਆਂ ਸ਼ਹੀਦਾਂ ਜੱਸਾ ਭੋਗਲ ਸਾਹਿਬ ਕਹਿੰਦੇ ਵੀ ਕੁਸ਼ਤੀ ਨਹੀਂ ਹੋਈ, ਬਾਹਰੋਂ ਸੰਗਤ ਵੀ ਕਹਿੰਦੀ ਕੁਸ਼ਤੀ ਨਹੀਂ ਹੋਈ, ਦੁਬਾਰਾ ਕੁਸ਼ਤੀ ਸ਼ੁਰੂ ਹੋਣ ਲੱਗੀ, ਤਾੜੀ ਜ਼ੋਰਦਾਰ ਮਾਰ ਦਿਓ ਆ ਕੁਸ਼ਤੀ ਦੇ ਲਈ, ਦੋ ਨੰਬਰ ਦੀ ਕੁਸ਼ਤੀ ਚੱਲਦੀ ਹੈ। ਉੱਧਰ ਯੁੱਧ ਚੱਲਦਾ ਸਾਨਾਂ ਦੇ ਭੇੜ ਵਾਲੀ ਗੱਲ ਹੈ, ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ, ਤਾੜੀ ਜ਼ੋਰਦਾਰ ਮਾਰ ਦਿਓ। ਬਾਈ ਬਾਹਰ ਭਾਜੀ, ਬਾਈ ਕੈਮਰੇ ਵਾਲਿਓ ਉਹਨਾਂ ਦੇ ਸਪੋਰਟਰ ਦਾ ਬੈਠੋ ਯਾਰ, ਭਾਜੀ ਪਲੀਜ਼। ਹੈਲੋ ਪ੍ਰਧਾਨ ਜੀ, ਬਈ ਬੇਨਤੀ ਆ ਮੇਰੇ ਵੀਰ, ਸਾਰੇ ਕੈਮਰੇ ਵਾਲੇ ਵੀ ਬਾਹਰ ਹੋ ਜਾਓ, ਜਿਹੜੇ ਨਹੀਂ ਕੈਮਰੇ ਚਲਾ ਰਹੇ ਉਹਨਾਂ ਨੂੰ ਬੇਨਤੀ ਆ ਵੀ ਬਾਹਰ ਹੋ ਜਾਈਏ। ਕੁਲਵੀਰ ਭਾਜੀ ਜਿਹੜੇ ਕੈਮਰੇ ਨਹੀਂ ਚਲਾਉਂਦੇ, ਉਧਰ ਧਰਮਿੰਦਰ ਪਹਿਲਵਾਨ ਕੁਹਾਲੀ ਜਿਹੜਾ ਕੁਸ਼ਤੀ ਜਿੱਤ ਗਿਆ, ਨੋਟ ਕਰਿਓ ਧਰਮਿੰਦਰ ਕੁਹਾਲੀ ਕੁਸ਼ਤੀ ਜਿੱਤ ਗਿਆ। ਬਈ ਬੇਨਤੀ ਹੈ ਪਿਆਰ ਨਾਲ, ਪਿਆਰ ਨਾਲ ਸਾਰੇ ਘੁੰਮ ਫਿਰ ਕੇ, ਐਡਾ ਬੜਾ ਮੱਲ ਯੁੱਧ ਹੋ ਰਿਹਾ। ਮੋਹਨ ਸਿੰਘ ਜੀ ਦੱਸੀ ਅੰਕਲ ਜੀ ਘੁੰਮ ਫਿਰ ਕੇ, ਬਈ ਕੈਮਰਾਮੈਨ ਪਲੀਜ਼ ਘੁੰਮ ਫਿਰ ਕੇ, ਕੋਈ ਰੁਕਿਓ ਨਾ, ਕੋਈ ਰੁਕਿਓ ਨਾ, ਬੇਨਤੀ ਹੈ ਬਈ ਸਾਰੇ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਘੁੰਮ ਫਿਰ ਕੇ ਘੁੰਮ ਫਿਰ ਕੇ ਘੁੰਮ ਫਿਰ ਕੇ। ਜੱਸਾ ਸਿੰਘ ਜੀ ਭੋਗਲ ਸਾਹਿਬ ਸਾਡੇ ਹਰਮੇਲ ਸਿੰਘ ਜੀ ਉਹਨਾਂ ਦੇ ਨਾਲ ਜਾ ਕੇ ਸੰਪਰਕ ਕਰ ਲੈਣ, ਲਾ ਬਈ ਤਾੜੀ ਜ਼ੋਰਦਾਰ ਮਾਰ ਦਿਓ ਪ੍ਰਿਤਪਾਲ ਫਗਵਾੜਾ ਦੇ ਜੱਸਾ ਪੱਟੀ ਦੇ ਲਈ, ਲਾ ਪੂਰੇ ਜ਼ੋਰ ਦੀ ਕੁਸ਼ਤੀ ਚੱਲਦੀ ਆ। ਬਈ ਘੁੰਮ ਫਿਰ ਕੇ ਅਖਾੜੇ ਦੇ ਵਿੱਚ ਕੋਈ ਵੀ ਵੀਰ ਨਾ ਖੜੇ, ਕਿਉਂਕਿ ਹੁਣ ਤਾਂ ਕਮੈਂਟਰੀ ਦਾ ਕਹਿ ਲਓ ਵੀ ਥੋੜਾ ਮੂਡ ਹੀ ਘੱਟ ਬਣਦਾ ਜਾਂਦਾ, ਕਿਉਂਕਿ ਕੁਸ਼ਤੀ ਜੀ ਜਿਹੜੀ ਰੌਚਕ ਹੋਈ ਹੋਈ ਹੈ, ਵੀ ਵੇਖਣ ਦਾ ਨਜ਼ਾਰਾ ਜਿਹੜਾ ਵੱਧ ਆਇਆ ਪਿਆ। ਕਰਮਦੀਨ ਆਸਾਨਾ ਦੇ ਭੇੜ ਹੈ, ਹਾਂਜੀ ਆਸਾਨਾ ਦੇ ਭੇੜ ਦੇ ਲਈ ਸਾਡੇ ਪ੍ਰਿਤਪਾਲ ਫਗਵਾੜੇ ਲਈ 500 ਰੁਪਇਆ ਜਿਹੜਾ ਜੂਰਾ ਮੇਰਾ ਵੀਰ ਫਗਵਾੜੇ ਵਾਲਾ ਪੁੱਛਦਾ ਕਰਕੇ ਗਿਆ, ਸਰਪੰਚ ਸਾਹਿਬ ਵੱਲੋਂ 500 ਰੁਪਇਆ, ਜਦੋਂ ਕੁਸ਼ਤੀ ਆਰ ਪਰ ਹੋ ਗਈ ਤਾਂ ਇਹ ਪ੍ਰਿਤਪਾਲ ਫਗਵਾੜੇ ਨੂੰ ਆਪਾਂ ਦੇਣਾ। ਜੱਸਾ ਪੱਟੀ ਦੇ ਪ੍ਰਿਤਪਾਲ ਫਗਵਾੜੇ ਦੋਨਾਂ ਮੱਲਾਂ ਨੂੰ ਬੇਨਤੀ ਹੈ ਵੀ ਪਿਆਰ ਸਲੂਕ ਅਦਬ ਦੇ ਨਾਲ ਕੁਸ਼ਤੀ ਲੜਨੀ ਹੈ, ਦੋਨੇ ਮੱਲਾਂ ਨੇ ਕਿਸੇ ਦੇ ਸੱਟ ਚੋਟ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ, ਇਹ ਕਮੇਟੀ ਦੇ ਵੱਲੋਂ ਬੇਨਤੀ ਆ ਵੀ ਬਿਲਕੁਲ ਪਿਆਰ ਦੇ ਨਾਲ ਆਪਾਂ ਕੁਸ਼ਤੀ ਲੜਨੀ ਹੈ, ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰ ਦੀ ਇੱਕ ਵਾਰ। ਇੱਕ ਮਿੰਟ ਪ੍ਰਿਤਪਾਲ, ਇੱਕ ਮਿੰਟ ਭਲਾ ਜੀ ਧਿਆਨ ਦਿਓ, ਬਈ ਆਉਂਦਾ ਸਵਾਦ ਦਬਾਬੇ ਵਾਲਿਓ, ਤਾੜੀ ਨਹੀਂ ਹਾਲੇ ਵਜੀ। ਵਾਹ ਜੀ ਵਾਹ, ਤਾੜੀਆਂ ਦੇ ਨਾਲ ਤੁਸੀਂ ਪਿਆਰ ਦਿੱਤਾ, ਕੱਲੇ ਇਹ ਤਾੜੀ ਕਹਿ ਲਓ ਵੀ ਇੱਧਰ ਇੱਕ ਪਾਸੇ ਜਲੰਧਰ ਤੱਕ ਜਾਣੀ ਚਾਹੀਦੀ ਹੈ, ਇਹ ਨੋਟ ਕਰਿਓ। ਹਾਂਜੀ ਕੁਸ਼ਤੀ ਫਿਰ ਤੋਂ ਸ਼ੁਰੂ ਜਿਹੜੀ ਹੁਣ ਜਾ ਰਹੀ ਹੈ। ਪਾਨਾ ਪਹਿਲਵਾਨ ਜੀ, ਜੱਸਾ ਵੀਰ ਕਹਿੰਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬਹਿ ਜਾਓ ਪਾਨਾ ਪਹਿਲਵਾਨ ਜੀ। ਪੱਟੀ ਜਿਹੜੇ ਪੁੱਜੇ ਪ੍ਰਿਤਪਾਲ ਫਗਵਾੜਾ, ਲਾ ਬਈ ਝੰਡੀ ਦੀ ਕੁਸ਼ਤੀ ਬੜੀ ਸਿਰੇ ਦੀ ਚੱਲਦੀ ਹੈ, ਦੋਨਾਂ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਹੈ, ਘੁੰਮ ਫਿਰ ਕੇ ਸਿਰੇ ਦੀਆਂ ਕੁਸ਼ਤੀਆਂ ਦੇ ਨਾਲ ਵੱਡਾ ਮਾਣ ਦਿੱਤਾ ਕਿ ਕਿਉਂ ਕਦਰੀਓ ਦੇਸ਼ ਲਈ ਲੜੇ ਤੁਸੀਂ, ਕਿਉਂ ਬੱਬਰੋ ਫਾਂਸੀਆਂ ਤੇ ਚੜੇ ਤੁਸੀਂ, ਪੁੱਛੋ ਊਧਮ ਸਿੰਘ ਤੇ ਭਗਤ ਸਿੰਘ ਨੂੰ ਕਿਉਂ ਆਜ਼ਾਦੀ ਦੇਸ਼ ਲਈ ਲੜੇ ਤੁਸੀਂ, ਤੁਹਾਡਾ ਪਤਾ ਨਹੀਂ ਭਾਰਤ ਦੇ ਸ਼ਾਸਕਾਂ ਨੂੰ ਕੁਰਬਾਨੀ ਅਸਾਂ ਵੀ ਦਿਲਾਂ ਵਿੱਚੋਂ ਭੁਲਾਈ ਹੋਈ ਏ, ਜਾਈਏ ਪਾਕਿਸਤਾਨ ਨੂੰ ਬਾਗੇ ਦੇ ਬਾਰਡਰ ਉੱਤੇ ਦੀ ਲਾਈ ਹੋਈ ਏ, ਵੱਡਾ ਮਾਣ ਮਿਲਣਾ ਚਾਹੀਦਾ। ਲਓ ਸਤਿਕਾਰਯੋਗ ਚਿਹਰੇ ਨੇ, ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਹੈ, ਐਨ ਝੰਡੀ ਦੀ ਕੁਸ਼ਤੀ ਚੱਲਦੀ ਹੈ ਅੱਜ ਅਲਟੋ ਕਾਰ ਦੇ ਬੱਲੇ 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 ਬੱਲੇ, ਆਓ ਸਵਾਦ ਕਹਿੰਦੇ ਵੱਜਿਆ ਪਿਆ, ਆ ਰੰਗ ਵੱਜਿਆ ਪਿਆ, ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ,
ਇਹਨਾਂ ਨੌਜਵਾਨਾਂ ਦਰਮਿਆਨ ਉਹ ਨਹੀਂ ਰੀਸਾ ਨਹੀਂ ਰੀਸਾ ਬੱਲੇ 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 ਉਹ ਸਵਾਦ ਕਹਿੰਦੇ ਵੱਜਿਆ ਪਿਆ ਸਵਾਦ ਵੱਜਿਆ ਪਿਆ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਇਹਨਾਂ ਗੱਭਰੂਆਂ ਦਰਮਿਆਨ ਹੈ ਵੇ ਤਾੜੀ ਮਾਰ ਦਿਓ ਕੁਸ਼ਤੀ ਦੇ ਲਈ ਜੈਨ ਸਿਰੇ ਦੀ ਕੁਸ਼ਤੀ ਚੱਲਦੀ ਹੈ 500 ਰੁਪਏ ਸਾਡੇ ਅੱਜ ਦੇ ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ ਪ੍ਰਿਤਪਾਲ ਲਈ 500 ਦਾ ਮਾਨ ਸਨਮਾਨ ਪੁੱਛਦਾ ਕਰਦੇ ਪੈਂਦੇ ਬਾਈ ਘੁੰਮ ਫਿਰ ਕੇ ਘੁੰਮ ਫਿਰ ਕੇ ਬਾਈ ਵਿੱਚ ਕੋਈ ਨਾ ਆਇਓ ਘੁੰਮ ਫਿਰ ਕੇ ਪੰਨਾ ਪਹਿਲਵਾਨ ਜੀ ਆਪਾਂ ਕੋਈ ਵੀ ਡਿਸੀਜਨ ਨਹੀਂ ਦੇਣਾ ਕਮੇਟੀ ਵਾਰ ਵਾਰ ਬੇਨਤੀ ਕਰਦੀ ਹੈ ਓ ਭਾਜੀ ਚੱਲਦੀ ਤਾੜੀ ਕੀ ਹੋ ਗਿਆ ਤੁਸੀਂ ਚਾਰ ਬੰਦੇ ਆ ਚੱਕਰ ਕੀ ਹੋ ਗਿਆ ਇੱਧਰ ਅੱਗੇ ਆ ਜਾਓ ਆ ਦੇ ਕਿ ਤੁਹਾਡੀ ਭਾਜੀ ਹੈਲੋ ਇੱਕ ਮਿੰਟ ਬਾਈ ਕੈਮਰੇ ਵਾਲੇ ਧਿਆਨ ਦਿਓ 6 ਕੈਮਰੇ ਵਾਲੇ ਫਿਰਦੇ ਕਿਹਦੇ ਕਿਹਦੇ ਨੂੰ ਹਟਾਈ ਜਾਓਗੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਲੀਜ਼ ਵੀ ਪਹਿਲਵਾਨ ਭਾਨਾ ਪਹਿਲਵਾਨ ਜੀ ਨੂੰ ਬੇਨਤੀ ਆ ਉਹਦੇ ਨਾਲ ਜਿੰਨੇ ਵੀ ਮੇਰੇ ਵੀਰ ਬੈਠੇ ਆ ਜਸਵੰਤ ਭਾਜੀ ਜਿਹੜੇ ਝੰਡੇ ਕੋਲ ਬੈਠੇ ਆ ਵਿੱਚੋਂ ਬੰਦੇ ਗੱਲਾਂ ਕਰਦੇ ਬਾਹਰ ਕਰ ਦਈਏ ਆਪਾਂ ਵੀ 14 ਮਿੰਟ ਕਹਿੰਦੇ ਕੁਸ਼ਤੀ ਦਾ ਟਾਈਮ ਹੋ ਗਿਆ ਤਾੜੀ ਜ਼ੋਰਦਾਰ ਮਾਰ ਦਿਓ ਸਾਡੇ ਜਸਵੰਤ ਜੀ ਜ਼ੋਰ ਜਾਣਕਾਰੀ ਦੇ ਕੇ ਗਏ ਆ 6:08 ਦੀ ਕੁਸ਼ਤੀ ਚੱਲਦੀ 6:08 ਤੇ ਕੁਸ਼ਤੀ ਦੀ ਸ਼ੁਰੂਆਤ ਹੋਈ ਸੀ ਲਓ 22 ਮਿੰਟ ਹੋ ਗਏ ਲਾ ਬਈ ਤੋਨਾ ਪਹਿਲਵਾਨ ਵੀਰਾਂ ਦੇ ਲਈ 1-2 ਜੂਕੇ ਜੀ ਵੱਲੋਂ 2,000 ਰੁਪਏ ਤਾੜੀ ਜ਼ੋਰਦਾਰ ਮਾਰ ਦਿਓ 1-2 ਜੂਕੇ ਜੀ 2,000 ਹਾਲੇ ਕੁਛ ਨੀ ਹੋਇਆ ਪ੍ਰਿਤਪਾਲ ਉਹ ਕੁਛ ਨੀ ਹੋਇਆ ਪ੍ਰਿਤਪਾਲ ਵਿੱਚ ਆਓ ਵਿੱਚ ਬਾਰ ਬਾਰ ਉਹ ਬਾਈ ਵਿੱਚ ਉਹ ਹਜੇ ਕੁਛ ਨੀ ਹੋਇਆ ਵੀਰੇ ਹਜੇ ਕੁਛ ਨੀ ਹੋਇਆ 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 ਮੁਲਾਜ਼ਮਾਂ ਨੂੰ ਬੇਨਤੀ ਆ ਪਲੀਜ਼ ਕੁਸ਼ਤੀ ਲਈ ਤਾੜੀ ਮਾਰ ਦਿਓ ਬਸ ਭਾਜੀ ਬਹਿ ਜਾਓ ਮੇਰੇ ਵੀਰ ਸਾਰੇ ਪਹਿਲਾਂ ਬਾਹਰ ਹੋ ਜਾਓ ਸਾਰੇ ਬਹਿ ਜਾਓ ਮੇਰੇ ਵੀਰ ਸਾਰੇ ਮੈਂ ਬਾਈ ਬਾਈ ਬੈਠੋ 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 ਬੈਠ ਜਾਓ ਪਲੀਜ਼ ਬੈਠੋ ਭਾਜੀ ਬਹਿ ਜਾਓ ਸਾਰੇ ਬੈਠੋ ਬੈਠੋ ਪਲੀਜ਼ ਬੈਠੋ ਬਹਿ ਜਾਓ ਮੇਰੇ ਵੀਰ ਸਾਰੇ ਉਹ ਤੇ 10,000 ਰੁਪਏ ਜੱਸੇ ਲਈ ਸਪੈਸ਼ਲ ਤੌਰ ਤੇ ਬੁਝਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਮੈਂ ਬੇਨਤੀ ਕਰਦਾ ਵੀ ਭਾਨਾ ਪਹਿਲਵਾਨ ਜੀ ਇਧਰਲੇ ਪਾਸੇ ਆ ਜਾਣ ਸਾਡੇ ਵਾਲੇ ਪਾਸੇ ਭਾਨਾ ਪਹਿਲਵਾਨ ਜੀ ਪੱਟੀ ਉਹਨਾਂ ਨੂੰ ਬੇਨਤੀ ਆ ਵੀ ਵਿੱਚ ਬਾਹਰਲੇ ਪਾਸੇ ਆ ਜਾਈਏ ਆਪਾਂ ਝੰਡੇ ਦੇ ਕੋਲ ਕੋਈ ਨਾ ਬੈਠੇ ਮੇਰਾ ਵੀਰ ਝੰਡੇ ਦੇ ਕੋਲ ਕੋਈ ਨਾ ਬੈਠੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰਦੀ ਹੈਲੋ ਬਈ ਕੁਸ਼ਤੀ ਦਾ ਵੱਖਰਾ ਜਿਹਾ ਰੰਗ ਬਣਿਆ ਹੋਇਆ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਵੀ ਆਵਾਜ਼ ਖੋਲ ਦੇ ਮੇਰਾ ਵੀਰ ਹੁਣ ਤਾਂ ਇਹ ਖੁੱਲ ਗਿਆ ਸਾਰਾ ਕੁਛ ਕਰ ਮਦੀਨਾ ਹੁਣ ਆਵਾਜ਼ ਕਿੱਥੋਂ ਖੋਲੂ ਯਾਰਾ ਹੈ ਉਹਨੂੰ ਸ਼ਾਇਦ ਭੁਲੇਖਾ ਤਾਂ ਉਹਨੂੰ ਪਤਾ ਨਹੀਂ ਤਾ ਵੀ ਇਹ ਦੰਗਲ ਕਿੱਥੋਂ ਦਾ ਉਹ ਭੁਲੇਖੇ ਦੇ ਵਿੱਚ ਸਾਊਂਡ ਉਹਨੇ ਪਿੱਛੇ ਲਾ ਲਈ ਬਾਈ ਘੁੰਮ ਫਿਰ ਕੇ ਸਾਰੇ ਵੀਰ ਘੁੰਮ ਫਿਰ ਕੇ ਆ ਜਾਓ ਜੀ ਘੁੰਮ ਫਿਰ ਕੇ ਬੇਨਤੀ ਹੈ ਸਾਰੇ ਵੀਰ ਘੁੰਮ ਫਿਰ ਕੇ ਹਾਂ ਘੁੰਮ ਫਿਰ ਕੇ ਬਾਹਰਲੀ ਸਾਈਡ ਪਲੀਜ਼ ਬਾਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕਰਮਦੀਨ ਕਰ ਅਗਲੀ ਗੱਲ ਬਈ ਆਹ ਕੁਸ਼ਤੀ ਦਾ ਪੂਰਾ ਯੁੱਧ ਹੋ ਗਿਆ ਅਲਟੋ ਕਾਰ ਸਦਾ ਗੁਰਪ੍ਰੀਤ ਸਿੰਘ ਜੀ ਢੇਸੀ ਸਨ ਮਨਜੀਤ ਸਿੰਘ ਜੀ ਢੇਸੀ ਪਰਿਵਾਰ ਵੱਲੋਂ ਬਈ ਕੁਸ਼ਤੀ ਚੱਲ ਗਈ ਹੈ ਤਾੜੀ ਜ਼ੋਰਦਾਰ ਮਾਰ ਦਿਓ 16 ਮਿੰਟ ਕੁਸ਼ਤੀ 4 ਮਿੰਟ ਬਾਕੀ ਰਹਿ ਗਿਆ ਬਈ ਜੱਸਾ ਦੇ ਪ੍ਰਿਤਪਾਲ ਨੂੰ ਬੇਨਤੀ ਆ ਵੀ ਮਾਰੋ ਦਾਅਵੇ ਚ ਐਨ ਝੰਡੀ ਦੀ ਕੁਸ਼ਤੀ ਕਹਿੰਦੇ ਲੱਖਾਂ ਦੇ ਪ੍ਰਾਈਜ਼ ਨੇ ਬੜੇ ਟਾਪ ਦੀ ਕੁਸ਼ਤੀ ਜਿਹੜੀ ਚੱਲਦੀ ਇਸ ਵੇਲੇ ਪ੍ਰਿਤਪਾਲ ਫਗਵਾੜਾ ਤੇ ਜੱਸਾ ਪੱਟੀ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਅੱਜ ਦੇ ਦਰਮਿਆਨ ਜਿੰਨੀਆਂ ਵੀ ਮਾਣ ਮੱਤੀਆਂ ਸ਼ਖਸੀਅਤਾਂ ਜਿੰਨੀ ਵੀ ਸੰਗਤ ਜੁੜੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਦੰਗਲ ਦੇ ਵਿੱਚ ਵੱਡਾ ਪਿਆਰ ਜਿਹੜਾ ਤੁਸੀਂ ਦਿੱਤਾ ਕਿ ਨਸ਼ਿਆਂ ਦੇ ਨਾਲ ਦੁਸ਼ਮਣੀ ਤੇ ਖੇਡਾਂ ਦੇ ਨਾਲ ਪਿਆਰ ਮਤ ਚੰਗੀ ਦੇ ਜਾਂ ਛੋਟਿਆਂ ਨੂੰ ਵੱਡਿਆਂ ਦਾ ਕਰੋ ਸਤਿਕਾਰ ਮਾੜੀ ਕਦੇ ਨਾ ਕਿਸੇ ਦੀ ਸੋਚੀਏ ਦਿਲ ਵਿੱਚ ਲਵੋ ਵਿਚਾਰ ਪੈਸਾ ਮਹਿਲ ਹੱਥਾਂ ਦੀ ਦੋਸਤੋ ਇਹਦਾ ਕਰਿਓ ਨਾ ਹੰਕਾਰ ਰਾਜੇ ਖੇਲੇ ਸਭ ਨੂੰ ਪਾਲਦਾ ਉਦਾਤਾ ਦੇ ਵਣਹਾਰ ਬਈ 3 ਮਿੰਟ ਬਾਕੀ ਰਹਿ ਗਏ ਕੁਸ਼ਤੀ ਦੇ ਤਾੜੀ ਜ਼ੋਰਦਾਰ ਮਾਰ ਦਿਓ ਸਾਰੀ ਸੰਗਤ ਬਈ ਤਾੜੀ ਜ਼ੋਰਦਾਰ ਵੱਜਣੀ ਚਾਹੀਦੀ ਕਿਉਂਕਿ 3 ਮਿੰਟ ਬਾਕੀ ਰਹਿ ਗਏ ਆ ਵਾਹ ਜੀ ਵਾਹ ਤਾੜੀ ਮਾਰ ਦਿਓ ਇਧਰਲੇ ਪਾਸੇ ਜੱਸਾ ਪੱਟੀ ਤੇ ਪ੍ਰਿਤਪਾਲ ਜੱਸਾ ਪੱਟੀ ਤੇ ਪ੍ਰਿਤਪਾਲ ਪੂਰਾ ਯੁੱਧ ਚੱਲਦਾ ਤਾੜੀ ਜ਼ੋਰਦਾਰ ਮਾਰ ਦਈਏ ਬਈ ਦਿੱਤੇ ਹੋਏ ਟਾਈਮ ਦੇ ਵਿੱਚ ਕੁਸ਼ਤੀ ਜਿਹੜੀ ਆਰ ਪਰ ਨਹੀਂ ਹੁੰਦੀ ਤੇ ਬਾਕੀ ਦਾ ਡਿਸੀਜਨ ਸਾਡੀ ਕਮੇਟੀ ਲਊਗੀ ਪੁਆਇੰਟਾਂ ਤੇ 5 ਮਿੰਟ ਕੁਸ਼ਤੀ ਹੋਊ ਜਿਹੜਾ
दर्शक ला दो जे स्वाद आंदा ताड़ी ला दो खिच के कमेटी का हौसला वध जांदा है। हां जी 2 मिनट रह गए कुश्ती दे। वाह भाई वाह है 2 मिनट बोल दे कुलवीर कुश्ती दे रह गए 18 मिनट होली कुश्ती। हां जी हां जी वाह ओ थोड़े इना तो बाद ओके 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 कुलवीर इना तो बाद 5 मिनट देते जानगे जेड़ा बेस्ट पॉइंट बनावेगा मल ओ कुश्ती दे जीतू होगा 5 मिनटां दे विच। ਵੇ ਦਾਦਰਾ ਸਾਊਂਡ ਸਰਵਰ ਨੂੰ ਬੇਨਤੀ ਆ ਮਾਈਕ ਸੈੱਟ ਕਰਦੇ ਮੇਰਾ ਵੀਰ ਲਾ ਇਧਰਲੇ ਪਾਸੇ ਕੁਸ਼ਤੀ ਦਾ ਪੂਰਾ ਜੋਰ ਚੱਲਦਾ ਸੰਗਤ ਦਾ ਵੱਡਾ ਧੰਨਵਾਦ ਜਿਹੜੇ ਅੱਜ ਦੇ ਦੰਗਲ ਦੇ ਵਿੱਚ ਜਿੰਨੀਆਂ ਵੀ ਮਾਣ ਮਤੀਆਂ ਸ਼ਖਸੀਅਤਾਂ ਪੁੱਜੀਆਂ ਨੇ ਦੁਆਬੇ ਦਾ ਸਭ ਤੋਂ ਵੱਡਾ ਦੰਗਲ ਰੂਪਵਾਲ ਦੀ ਧਰਤੀ ਅੱਜ ਵੱਖ ਵੱਖ ਨਗਰਾਂ ਤੋਂ ਜਿੰਨੇ ਵੀ ਚਿਹਰੇ ਜੁੜੇ ਆ ਜਿੰਨੇ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਜੁੜੇ ਆ ਹੋਰ ਜਿੰਨੇ ਵੀ ਸੇਵਾਦਾਰ ਨੇ ਧੰਨ ਧੰਨ ਬਾਬਾ ਬਸੌਣ ਜੀ ਦੇ ਆਪਾਂ ਸਭ ਦਾ ਬਹੁਤ ਬਹੁਤ ਧੰਨਵਾਦ ਕੀਏ ਬਹੁਤ ਬਹੁਤ ਧੰਨਵਾਦ सारे वीर जिन्हें भी वीर आदि सदंगलू कवर कर रहे हैं बहुत बहुत धन्यवाद है। लो लास्ट कहते मिनट है साडा जसवंत सिंह भोला भी रखता भी लास्ट मिनट जिहड़ा बाकी है कुश्ती का बहुत बहुत धन्यवाद है। ऐदा ही प्यार का सबूत दो 5-7 मिनट की गेम हो रहा सबने घरों घरी चले जाना प्लीज सारे वीर कोपरेट करो प्यार नाल सारे बहुत बहुत धन्यवाद हो गया क्यों करमदीन हाँ कैरी ऑन। हाँ जी लास्ट मिनट बाकी है जे कुश्ती वधिया लगी ताड़ी जोरदार मार के दस्यो एक बार क्योंकि शाम जड़ी संदूरी हो गई है संगत का बड़ा धन्यवाद है जो सवेरे सूरज चढ़ता हल्की जी लाली छड़ता तो ड्यूटी से आ जाता है जो शाम डुबदा तो हल्की जी लाली छड़ता तो ड्यूटी तो चला जाता है इलाके पर तो जिन्हें चेहरे ने बड़ा मान दिता अब कुश्ती का लास्ट मिनट चलता है। हाँ जी 5 मिनट नाले आप जो दे देने हैं ये सारे मेरे भी नोट कर जो बद पॉइंट बना गया कुश्ती का मल जेतू रहेगा माण वाली गल होनी है नहीं रीसा जोर तो लगे आए ਐਵੇਂ ਨਹੀਂ ਗੰਗਤ ਤੋਂ ਬਾਅਦ ਅੱਜ ਕੁਸ਼ਤੀ ਹੋਈ ਕਹਿ ਲਓ ਜੂਨ ਮਹੀਨੇ ਦੇ ਪਹਿਲੇ ਹਫਤੇ ਯੁੱਧ ਹੋਇਆ ਤਾਂ ਇਹ ਗੰਗਤ ਦੀ ਧਰਤੀ ਤੇ ਉਹ ਤੋਂ ਬਾਅਦ ਦਲਾਵਰ ਪਰਵੰਨੀ ਦੀ ਕੁਸ਼ਤੀ ਮੈਸੀ 247 ਟਰੈਕਟਰ ਤੇ ਅਗਲੇ ਸਾਲ ਜਿੱਥੇ ਜੌਂਡੇ ਟਰੈਕਟਰ ਹੈ ਇਹ ਨੋਟ ਕਰਿਓ ਪਰ ਅੱਜ ਕਹਿੰਦੇ ਰੂਪੋਵਾਲ ਦੀ ਧਰਤੀ ਤੇ ਕੁਸ਼ਤੀ ਹੋ ਰਹੀ ਹੈ। ਹਾਂਜੀ ਹਾਂਜੀ ਕਿਸ਼ਨ ਕੋਲ ਜਿੱਤ ਲੇਤਾ ਵਿੱਚ ਆਉਣ ਭੱਜ ਗਏ ਬਈ ਕਿਸ਼ਨ ਕੋਲ ਜਿੱਤ ਲੇਤਾ ਬਈ ਟਾਈਮ ਪੂਰਾ ਹੋ ਗਿਆ ਦਿੱਤੇ ਹੋਏ ਟਾਈਮ ਦੇ ਵਿੱਚ ਤਾੜੀ ਜ਼ੋਰਦਾਰ ਮਾਰੋ ਬਈ ਕਿਸ਼ਨ ਕੋਚ ਜਿੱਤ ਰਹਿਤਾ ਭੱਜ ਗਿਆ ਹੁਣ ਵਿੱਚ ਕ੍ਰਿਸ਼ਨ ਕੋਚ ਤਲੇਤੇ ਵਾਲਾ ਸਾਡਾ ਭਰਾ ਜੇ ਵਾਸਣ ਦਾ ਆ ਗਿਆ ਜੀ ਆ ਗਿਆ ਕ੍ਰਿਸ਼ਨ ਕੋਚ ਸਾਹਿਬ ਤਲੇਤਾ ਔ ਪੁਆਇੰਟ ਜਿਹੜੇ ਨਿਗਰਾਨੀ ਰੱਖਣਗੇ ਪੁਆਇੰਟਾਂ ਦੀ ਆ ਜਾਓ ਕੋਚ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਦੇਵ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੱਡੀਆਂ ਸਵਾਵਾਂ ਜਿਨ੍ਹਾਂ ਨੇ ਗਰਾਊਂਡ ਤੇ ਦਿੱਤੀਆਂ ਤੁਹਾਡੇ ਨਾਲ ਆਪਣੇ ਕਹਿ ਲਓ ਵੀ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਡਾਕਟਰ ਸਾਹਿਬ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿੰਦੇ ਵੀ ਇਹ ਵੀ ਮਨ ਹੁੰਦਾ ਵੀ ਆਪਣੇ ਪਿੰਡ ਦੀ ਸ਼ੰਝ ਦੇ ਵਿੱਚ ਦਰਸ਼ਕਾਂ ਦੇ ਨਾਲ ਬੋਲ ਸਾਂਝੇ ਕਰੀਏ ਸੱਚੀ ਗੱਲ ਹੈ ਡਾਕਟਰ ਸਾਹਿਬ ਇਹ ਵੀ ਕਹਿੰਦੇ ਦਿਲ ਦੀ ਚਾਹਨਾ ਹੁੰਦੀ ਹੈ ਵੀ ਜ਼ਰੂਰ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਦੇਵ ਸਿੰਘ ਜੀ ਅਮਰੀਕਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਸਾਡੀ ਕਮੇਟੀ ਨੇ ਵੱਲੋਂ ਡਿਸੀਜਨ ਲਿਆ ਗਿਆ ਵੀ ਜਿਹੜੇ 5 ਮਿੰਟ ਦੇ ਵਿੱਚ ਵੱਧ ਪੁਆਇੰਟ ਬਣਾਉਂਦਾ ਉਹ ਕੁਸ਼ਤੀ ਦਾ ਮੱਲ ਜੇਤੂ ਰਹੂਗਾ ਪਰ 20 ਮਿੰਟ ਦੇ ਵਿੱਚ ਕੁਸ਼ਤੀ ਨੇ ਪੂਰਾ ਰੰਗ ਦਿਖਾ ਲਿਆ ਇਲਾਕੇ ਪਰ ਤੋਂ ਜਿੰਨੀਆਂ ਵੀ ਮਾਣ ਬੱਤੀਆਂ ਸ਼ਖਸੀਅਤਾਂ ਨੇ ਵੱਡਾ ਪਿਆਰ ਦਿੱਤਾ ਸੀ ਸਭ ਦਾ ਬਹੁਤ ਬਹੁਤ ਧੰਨਵਾਦ ਆਖੀਏ। ਉਧਰ ਡਾਕਟਰ ਸੁਖਦੇਵ ਜੀ ਸਿੰਘ ਜੀ ਹੋਰ ਕਹਿੰਦੇ ਬਈ ਮੇਰੇ ਵੱਲੋਂ ਬਹੁਤ ਹੀ ਸਤਿਕਾਰਯੋਗ ਬੁੱਧ ਸਿੰਘ ਜੀ ਤਲੇਤੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਹਿਲਵਾਨ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਉੱਥੇ ਹੀ ਜਿੰਨੇ ਵੀ ਦਰਸ਼ਕ ਬੁੱਝੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੁਸ਼ਤੀ ਸ਼ੌਕੀਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਈ ਕਰੋ ਗਰਾਊਂਡ ਕਲੀਅਰ ਨਗੋਟਾ ਫੜਨਾ ਨਹੀਂ हाँ हाँ मैं बोल देना एक बार ग्राउंड क्लीयर करो प्लान जी हो जाओ क्लीयर ग्राउंड क्लीयर रहो है ओ, एक मिनट कोई गल मैं दस देना हो भाई हैलो 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 ध्यान दो दर्शक पहलवान भी ध्यान दो हूँ भाई दोनों पहलवान ध्यान दो 5 मिनट का समा है जेड़ा ज्यादा पॉइंट बनाऊगा फड़न दे 2 पॉइंट भरन दाज नहीं मारना खेमे नहीं घूमने ते नगोटा नहीं फड़ना ये चीजा की मनाई है फाउल नहीं करना कुश्ती रोकनी नहीं हैगी ताड़ी जोरदार मार दी है पर कुश्ती द्वार तो फिर शुरू होने जा रही है भाई मोटा या कृष्ण कोसा फिर तो यही हो गया भी जरा बद बार फड़ूगा जित जूगा है ना
हाँ मोटा जिहा हिसाब दा 5 मिनट जिहड़ा वध वार फड़ लूगा पॉइंटां दा फिर भी पॉइंटां दा लेखा जोखा आपां नाल दी नाल तुहाडे नाल करांगे लो कुश्ती जिहड़ी मैदान दे विच शुरू होण चली है इन्हां नौजवानां दरमियान कहिंदा रसे अम्मी दी चूरी दा बापू कुट बदाम खवाउंदा भैण दुध पियाउंदी ए मालस छट तो करवाउंदा पम्मिया तक विच मैदानां दे के मुंडा वखरे यार दिखाउंदा के मुंडा वखरे यार दिखाउंदा कर्म दी चक सबू वाला अगली गल करेगा इक वार ਲਾ ਕੁਸ਼ਤੀ ਕਹਿੰਦੇ ਫਿਰ ਤੋਂ 5 ਮਿੰਟ ਪੁਆਇੰਟ ਜਿਹੜਾ ਵੱਧ ਬਣਾਉ ਉਹ ਕੁਸ਼ਤੀ ਦਾ ਜੇਤੂ ਹੋਵੇ ਲੰਗੋਟ ਨਹੀਂ ਫੜਨਾ ਇਹ ਦੋਨੇ ਮੱਲ ਨੋਟ ਕਰ ਲੈਣ ਐਨ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਹਾਸੇ ਕਿਹੜੇ ਕਿਤੇ ਰੂਹ ਪੰਜਾਬੀਆਂ ਦੀ ਸਿਰ ਤੇ ਚੁੰਨੀ ਪੱਗ ਜਾਨੋਂ ਵੱਧ ਪਿਆਰੇ ਹੁੰਦੇ ਨੇ ਇੱਥੇ ਭਗਤ ਸਰਾਬੇ ਬੰਨਾ ਸੌਖੀ ਗੱਲ ਨਹੀਂ ਸ਼ਰਮ ਆਜ਼ਾਦੀ ਦੇ ਲਲਕਾਰੇ ਹੁੰਦੇ ਨੇ ਮਿਹਨਤ ਕਰਕੇ ਮੰਜ਼ਲ ਪਾਉਣੀ ਆਦਤ ਇਹਨਾਂ ਦੀ ਤਾਂ ਹੀ ਉਹ ਚਮਕਦੇ ਜੋ ਅੰਬਰਾਂ ਦੇ ਤਾਰੇ ਹੁੰਦੇ ਨੇ ਬਚਵਾਣੀਆਂ ਮਾਂ ਨੂੰ ਪੁੱਤ ਹੁੰਦੇ ਇੱਕੋ ਜਿਹੇ ਜੋ ਖੇਡਾਂ ਖੇਡਦੇ ਉਹ ਜਾਨੋਂ ਵੱਧ ਪਿਆਰੇ ਹੁੰਦੇ ਨੇ ਵਾਹ ਬਈ ਵਾਹ ਕਰਮ ਦੀ ਨਾ ਆ ਕਹਿੰਦੇ ਕੁਸ਼ਤੀ ਅਲਟੋ ਤੇ ਹੋ ਰਹੀ ਹੈ ਤੇ ਅਲਟੋ ਦਤੀਆ ਗੁਰਪ੍ਰੀਤ ਸਿੰਘ ਦੀ ਟੇਸੀ ਸਪੁੱਤਰ ਨੇ ਮਨਜੀਤ ਸਿੰਘ ਦੀ ਟੇਸੀ ਹੋਰਾਂ ਦੇ ਕੈਨੇਡਾ ਦੇ ਵਿੱਚ ਓਨਟਾਰੀਓ ਕਬੱਡੀ ਕਲੱਬ ਚਲਾਉਂਦੇ ਨੇ ਸਿਰੇ ਦੇ ਮੇਲੇ ਕਰਵਾਉਂਦੇ ਨੇ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਢੇਸੀ ਗੁਰਪ੍ਰੀਤ ਢੇਸੀ ਸਰਦਾਰ ਮਨਜੀਤ ਸਿੰਘ ਜੀ ਢੇਸੀ ਮੋਹਨ ਸਿੰਘ ਜੀ ਢੇਸੀ ਕਹਿੰਦੇ ਵੱਡੇ ਮਾਣ ਸਨਮਾਨ ਉਹ ਚਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਹੈ ਵਾਹ ਬਈ ਵਾਹ ਨਹੀਂ ਉਹ ਰੀਸਾ ਹੈ ਇੱਕ ਮਿੰਟ ਬੀਤ ਗਿਆ ਉਹ ਬੱਲੇ 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 ਦੋ ਪੁਆਇੰਟ ਜੱਸੇ ਪੱਟੀ ਦੇ ਹੈ ਦੋ ਪੁਆਇੰਟ ਬੋਲਤੇ ਜੀ ਦੋ ਪੁਆਇੰਟ ਬੋਲਤੇ ਹਾਂਜੀ ਦੋ ਪੁਆਇੰਟ ਜੱਸੇ ਪੱਟੀ ਦੇ ਜਿਹੜੀ ਬਈ ਸਵਾਦ ਆਉਂਦਾ ਤਾੜੀਆਂ ਲਾ ਦਿਓ ਵਾਹ ਬਈ ਵਾਹ ਲਓ ਕੁਸ਼ਤੀ ਫਿਰ ਤੋਂ ਦੋਨੋਂ ਨੌਜਵਾਨ ਆਪੋ ਸਾਹਮਣੇ ਆ ਵਾਹ ਬਈ ਵਾਹ ਜੱਸੇ ਦੇ ਹੋ ਗਏ ਹਰਮਿੰਦਰ ਸਿੰਘ ਜੀ ਸਮਰਾੜੀ ਵਾਲੇ ਬਲਵੀਰ ਸਿੰਘ ਜੀ ਸਮਰਾੜੀ ਵਾਲੇ ਸਾਬਕਾ ਸਰਪੰਚ ਸਾਹਿਬ ਦੇ ਬੂਟਾ ਸਿੰਘ ਜੀ ਸਮਰਾੜੀ ਵਾਲੇ ਉਹ ਵੀ ਲਾਈਵ ਜੁੜੇ ਆ ਹਰ ਬਹਾਦਰ ਸਿੰਘ ਜੀ ਨਾਮਧਾਰੀ ਉਹ ਵੀ ਲਾਈਵ ਜੁੜੇ ਆ ਆਪ ਧੰਨਵਾਦ ਰੱਖੀਏ ਸਾਡੇ ਜਿੰਨੇ ਵੀ ਹੋਰ ਚਿਹਰੇ ਲਾਈਵ ਜੁੜੇ ਆਪਾਂ ਸਭ ਦਾ ਬਹੁਤ ਬਹੁਤ ਧੰਨਵਾਦ ਰੱਖੀਏ ਰਕੇਸ਼ ਕੁਮਾਰ ਬੱਬੂ ਜੀ ਉਹ ਵੀ ਲਾਈਵ ਜੁੜੇ ਆ ਪਰ ਅੱਜ ਦੇ ਦੰਗਲ ਦਾ ਵੱਡਾ ਮਾਣ ਦਿੱਤਾ ਪਰ 2 ਪੁਆਇੰਟ ਕਹਿੰਦੇ ਜੱਸੇ ਨੇ ਬਣਾਇਆ ਅਗਲਾ ਕੌਣ ਪੁਆਇੰਟ ਬਣਾਉਂਦਾ ਤਾੜੀ ਜ਼ੋਰਦਾਰ ਮਾਰਦੇ ਹੋ ਟਾਈਮ ਜਿਹੜਾ ਬੜੀ ਤੇਜ਼ ਰਫਤਾਰੀ ਨਾਲ ਵਧਦਾ ਜਾ ਰਿਹਾ ਬਾਈ ਆ 2-3 ਚੀਜ਼ਾਂ ਤੋਂ ਬਿਨਾ ਬਾਕੀ ਸਾਰੇ ਜਿਹੜੇ ਰੂਲ ਆ ਉਹ ਆ 2 ਮਿੰਟ ਹੋ ਗਏ ਆ ਬਾਕੀ ਜਿਹੜੇ ਸਾਰੇ ਰੂਲ ਆ ਉਹ ਮੈਟ ਵਾਲੇ ਇਸ ਗੱਲ ਦਾ ਦੋਨੋਂ ਪਹਿਲਵਾਨ ਧਿਆਨ ਦਿਓ ਸਿਰਫ 3 ਚੀਜ਼ਾਂ ਨੂੰ ਛੱਡ ਕੇ ਭਰਨ ਦਾ ਅੱਜ ਖੇਮੇ 3 ਗੋਟਾ ਫੜਨਾ ਵਾਹ ਬਈ ਵਾਹ ਉਹ ਦਰਸ਼ਕੋ ਅੱਜ ਦਾ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ ਲਾ ਦੋ ਤਾੜੀਆਂ ਤੂੜੀਆਂ ਯਾਰ ਕੀ ਕਰੀ ਜਾਂਦੇ ਆ ਵਾਹ ਬਈ ਵਾਹ ਨਹੀਂ ਉਹ ਰੀਸਾ ਜਿੰਨਿਆਂ ਨੇ ਟੀ ਸ਼ਰਟਾਂ ਪਾਈਆਂ ਹੋਈਆਂ ਉਹਨਾਂ ਤੋਂ 2 ਨੇ ਤਾੜੀਆਂ ਮਾਰੀਆਂ ਉਹ ਬੱਲੇ 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 ਉਹ ਨਹੀਂ ਰੀਸਾ ਵਾਹ ਬਈ ਵਾਹ ਉਹ ਬੱਲੇ 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 ਦੋ ਪੁਆਇੰਟ ਪ੍ਰਿਤਪਾਲ ਫਗਵਾੜਾ ਚੱਲਦੀ ਹੋਈ ਕੁਸ਼ਤੀ ਉਹ ਬੈਠ ਜਾ ਬੈਠ ਜਾ ਬੈਠ ਜਾ ਉਹ ਬੈਠ ਜਾ ਉਹ ਮਨਪ੍ਰੀਤ ਆ ਨਹੀਂ ਸੌਰੀ ਗੁਰਪ੍ਰੀਤ ਆਉਂਦਾ ਸਵਾਦ ਆ ਨਹੀਂ ਉਹ ਰੀਸਾ ਗੁਰਪ੍ਰੀਤ ਢੇਸੀ ਸਵਾਦ ਲਾ ਰਿਹਾ 3 ਮਿੰਟ ਬੀਤ ਗਏ ਕੁਸ਼ਤੀ ਦੇ 3 ਮਿੰਟ ਬੀਤ ਗਏ ਆ ਹਾਂਜੀ ਤਾੜੀ ਜ਼ੋਰਦਾਰ ਹੈਲੋ ਦੋ ਪੁਆਇੰਟ ਨੇ ਦੋਨਾਂ ਦੇ ਆ ਧਿਆਨ ਦਿਓ ਦੋਨੋਂ ਪਹਿਲਵਾਨ ਵੀ ਧਿਆਨ ਦਿਓ ਮੈਟ ਦੇ ਰੂਲਾਂ ਦੇ ਹਿਸਾਬ ਨਾਲ ਬਾਅਦ ਵਾਲਾ ਜਿੱਤਦਾ ਇਸ ਕਰਕੇ ਕੋਸ਼ਿਸ਼ ਕਰੋ 3 ਮਿੰਟ ਬੀਤ ਗਏ ਜੀ 3 ਮਿੰਟ ਤੋਂ ਵੱਧ ਦਾ ਸਮਾਂ ਬੀਤ ਗਿਆ ਇਹ ਨੋਟ ਕਰੋ ਉਹ ਬੱਲੇ 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 ਓਹੋ ਬੱਲੇ 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 ਨਹੀਂ ਰੀਸਾ ਨਹੀਂ ਰੀਸਾ ਓਹੋ ਬੱਲੇ 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 ਕਰਮਦੀਨਾ ਓ ਕਰਮਦੀਨਾ ਬੱਲੇ ਬੱਲੇ ਸਵਾਦ ਵੱਜਿਆ ਪਿਆ ਨਹੀਂ ਸਿਰਾ ਹੋ ਗਿਆ ਸਵਾਦ ਵੱਜਿਆ ਪਿਆ ਓਹੋ ਓ ਨਹੀਂ ਰੀਸਾ ਬੱਲੇ 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 ਕਿਹਦੇ ਹਾਂਜੀ ਜੱਸੇ ਪੱਟੀ ਦੇ 5 ਪੁਆਇੰਟ ਹੋ ਗਏ ਸਾਡੇ ਕਿਸ਼ਨ ਜੀ ਹੈਲੋ ਪ੍ਰਿਤ ਹੈਲੋ ਹਾਂਜੀ ਕਿਸ਼ਨ ਕੋ ਕੁਲਵੀਰ ਜੀ ਦੱਸੋ ਕਿੰਨੇ ਕੁ
ਭਾਜੀ ਬਾਹਰ ਆ ਜਾਓ ਸਾਰੇ, ਬਾਹਰ ਆ ਜਾਓ ਵੀ ਸਾਰੇ। ਹਾਂਜੀ ਲਾਵੇ ਕੁਸ਼ਤੀ ਬਹੁਤ ਆਪਦੀ ਚੱਲਦੀ ਹੈ। ਗਲਵੀਰ ਭਾਈ ਪੁੱਛੀ ਕੀ ਡਿਸੀਜਨ ਹੈ? ਬਸ ਥੋੜਾ ਜਿਹਾ ਟਾਈਮ ਬਾਕੀ ਆ, 5-2 ਦਾ ਸਕੋਰ ਹੈ। ਹਾਂਜੀ ਤਕਰੀਬਨ 20-30 ਸਕਿੰਟ ਜਿਹੜੇ 20 ਸੈਕਿੰਡ ਰਹਿੰਦੇ ਆ, 20 ਸੈਕਿੰਡ ਜਿਹੜੇ ਬਾਕੀ ਹੈ। ਲੈ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ। ਬਾਈ ਤਾੜੀਆਂ ਲਾ ਦਿਓ, ਵਾਹ ਬਾਈ ਵਾਹ। ਆ ਕੁਸ਼ਤੀ ਜਿੰਦੂ ਹੈ ਜੇਤੂ ਰਿਹਾ, ਜੱਸਾ ਪੱਟੀ ਕੁਸ਼ਤੀ ਦਾ ਜੇਤੂ। ਹਾਂਜੀ ਆਪਣੇ ਬਟੂਏ ਮੋਬਾਈਲ ਸਾਂਭ ਕੇ ਰੱਖਿਓ ਸਾਰੇ ਮੇਰੇ ਵੀਰ ਬਈ, ਆਪਣੇ ਮੋਬਾਈਲ ਬਟੂਏ ਸਾਂਭ ਕੇ ਰੱਖਣ ਸਾਰੇ ਹੀ।
ਹੈਲੋ ਹੈਲੋ ਸਾਰੇ ਹੀ ਦਰਸ਼ਕਾਂ ਨੂੰ ਛਿੰਜ ਕਮੇਟੀ ਰੂਪੋਵਾਲ ਵੱਲੋਂ ਲੱਖ ਲੱਖ ਵਧਾਈ। ਅੱਜ ਦੇ ਮੇਲੇ ਵਿੱਚ ਇੰਨੀ ਵਧੀਆ ਕੁਸ਼ਤੀ ਹੋਈ ਆ, ਅਸੀਂ ਦੋਨੇ ਪਹਿਲਵਾਨ ਵੀਰਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਕੁਸ਼ਤੀ ਲੜੀ ਆ। ਸਾਰੇ ਇਲਾਕੇ ਦੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਧੰਨਵਾਦ ਕਰਦੇ ਹਾਂ। ਬਾਬਾ ਵਸਾਓ ਦੀ ਕਿਰਪਾ ਦੇ ਨਾਲ ਅੱਜ ਛਿੰਝ ਕਮੇਟੀ ਸਾਡੀ ਛਿੰਝ ਸੰਪੂਰਨ ਹੋਈ ਆ, ਜਿਹਦੇ ਵਿੱਚ ਬਹੁਤ ਹੀ ਵਧੀਆ ਬਰਾਬਰ ਦੀ ਕੁਸ਼ਤੀ ਹੋਈ, ਪਰ ਪੁਆਇੰਟਾਂ ਦੇ ਬੇਸ 'ਤੇ ਜੱਸਾ ਪੱਟੀ ਜੀ ਜੇਤੂ ਰਹੇ ਆ। ਹੈਲੋ 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 ਲਓ ਅਸੀਂ ਬੇਨਤੀ ਕਰਦੇ ਹਾਂ ਛਿੰਝ ਕਮੇਟੀ ਜਿੰਨੀ ਵੀ ਸਾਡੀ ਦੀ ਦਾ ਪਾਤਰ ਆ ਜਗਦੇਵ ਸਿੰਘ ਜੀ ਸਰਾਣਾ, ਉਹ ਆਪਣੇ ਇਹਨਾਂ ਪਹਿਲਵਾਨਾਂ ਨੂੰ ਆਪਣੇ ਅਤੇ ਜਿਨ੍ਹਾਂ ਨੇ ਬਈ ਇਹ ਮੋਟਰਸਾਈਕਲ ਦਿੱਤਾ, ਪਲੀਜ਼ ਉਹ ਵੀ ਲਾਗੇ ਆ ਜਾਇਆ ਕਰੋ ਤਾਂ ਕਿ ਉਹ ਆਪਣੇ ਸ਼ੁਭ ਕਰਮਾਂ ਦੇ ਨਾਲ ਆਪਣੀ ਚਾਬੀ ਪੇ ਦੇਣ। ਜਿਨ੍ਹਾਂ ਨੇ ਮੋਟਰਸਾਈਕਲ ਦਿੱਤਾ ਪਲੀਜ਼ ਉਹ ਸਟੇਜ ਦੇ ਲਾਗੇ ਰਹੋ। ਰਾਨੀ ਹੋਦੀ ਜੀ ਅੱਗੇ ਆ ਜਾਓ, ਕਮ ਨੀਅਰ ਕਮ ਨੀਅਰ। ਹੈਲੋ ਹੋਦੀ ਪਲੀਜ਼ ਕਮ ਨੀਅਰ ਦਾ ਮੋਟਰਸਾਈਕਲ। ਹਾਂ ਯਾ ਯਾ ਲਾਈਟ ਥੈਂਕ ਯੂ ਥੈਂਕ ਯੂ ਧੰਨਵਾਦ। ਲਓ ਜੀ ਹੁਣ ਦੂਜੇ ਨੰਬਰ ਦੀ ਕੁਸ਼ਤੀ ਜਿਹੜੀ ਇਹ ਨਿਦਰਾ ਮੋਟਰਸਾਈਕਲ ਆ, ਇਹ ਆਪੇ ਵੰਡ ਲੈਣਗੇ। ਹਿਤੇਸ਼ ਕਾਲਾ ਅਤੇ ਬਈ ਧਰਮਿੰਦਰ ਕੋਹਾਲੀ, ਉਹਨਾਂ ਨੂੰ ਬੇਨਤੀ ਕਰਦੇ ਪਲੀਜ਼ ਉਹ ਵੀ ਸਟੇਜ 'ਤੇ ਲਾ ਕੇ ਆ ਜਾਓ। ਹਿਤੇਸ਼ ਕਾਲਾ ਧਰਮਿੰਦਰ ਕੋਹਾਲੀ ਐਨਫੀਲਡ ਮੋਟਰਸਾਈਕਲ ਜਿਹੜਾ ਦੂਸਰੇ ਨੰਬਰ ਦੀ ਕੁਸ਼ਤੀ ਆ, ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਸਟੇਜ ਦੇ ਲਾਗੇ ਆ ਜਾਓ। ਤੀਸਰੇ ਨੰਬਰ ਦਾ ਮੋਟਰਸਾਈਕਲ ਪਲੀਜ਼ ਲੈ ਆਓ ਅੱਗੇ। ਬਿਹਾਰੀ ਬਲਿਹਾਰ ਜੀ ਬਲਿਹਾਰ ਜੀ ਮੋਟਰਸਾਈਕਲ ਇੱਦਾਂ ਦੇਣਾ। ਐਨਫੀਲਡ ਮੋਟਰਸਾਈਕਲ ਸਾਡੇ ਬੈਲਜੀਅਮ ਤੋਂ ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ ਸਵਰਨਾ ਰਾਮ ਜੀ ਦੇ ਪੁੱਤਰ ਬੈਲਜੀਅਮ ਤੋਂ ਮੋਟਰਸਾਈਕਲ ਜਿਹਦਾ ਬਈ ਧਰਮਿੰਦਰ ਕੋਹਾਲੀ ਇਸ ਕੁਸ਼ਤੀ ਵਿੱਚ ਵਿਨਰਸ ਰਹੇ ਆ। ਹਿਤੇਸ਼ ਕਾਲਾ ਦੂਸਰੇ ਨੰਬਰ 'ਤੇ ਐਨਫੀਲਡ ਮੋਟਰਸਾਈਕਲ ਦੇ ਚਾਬੀਆਂ ਦੇਣਗੇ ਸਾਡੇ ਸਰਪੰਚ ਸਾਹਿਬ। ਆ ਟ੍ਰੋਫੀਜ਼ ਵੀ ਲੈ ਲਓ, ਆ ਟ੍ਰੋਫੀਜ਼ ਆ ਧਰਮਿੰਦਰ ਨੂੰ ਦੇ ਦਿਓ।
ਵਿਨਰ ਨੂੰ ਇੱਕ ਵਿਨਰ ਵਾ ਇੱਕ ਲੂਜ਼ ਹਾਂਜੀ ਐਨਫੀਲਡ ਮੋਟਰਸਾਈਕਲ ਬਾਬਾ ਗੁਰਦਿਆਲ ਬੈਲਜੀਅਮ ਤੋਂ ਉਹਨਾਂ ਦੇ ਭਰਾ ਬਲਿਹਾਰ ਰਾਮ ਜੀ ਵਿਨਰ ਨੂੰ ਚਾਬੀਆਂ ਦੇਣਗੇ ਨਾਲ ਸਾਡੇ ਸਰਪੰਚ ਸਾਹਿਬ ਜੀ ਅੱਗੇ ਹੋ ਜਾਓ ਸਰਪੰਚ ਸਾਹਿਬ ਜੀ ਪਿੱਛੇ ਨੇ ਥੋੜ੍ਹਾ ਜਿਹਾ ਅੱਗੇ ਹੋ ਜਾ ਕਰੋ ਸਰਪੰਚ ਸਾਹਿਬ ਜੀ ਅੱਗੇ ਹੋ ਜਾਓ ਦੂਸਰੇ ਪਹਿਲਵਾਨ ਆ ਜਾਓ ਜੀ ਹਿਤੇਸ਼ ਕਾਲਾ ਲਓ ਜੀ ਅੱਜ ਦੀ ਛਿੰਝ ਦਾ ਜਿਹੜਾ ਪਟਕੇ ਦੀ ਕੁਸ਼ਤੀ ਸੀ ਹੁਣ ਉਹਦੀਆਂ ਚਾਬੀਆਂ ਅਸੀਂ ਫੜਾਵਾਂਗੇ ਸਾਡੇ ਜੱਸਾ ਪੱਟੀ ਜੀ ਬਹੁਤ ਵਧੀਆ ਕੁਸ਼ਤੀ ਹੋਈ ਆ ਬਿਲਕੁਲ ਬਰਾਬਰ ਕਾਂਟੇ ਦੀ ਕੁਸ਼ਤੀ ਸੀ ਜਿਹਦੇ ਵਿੱਚ ਜੱਸਾ ਪੱਟੀ ਜੀ ਵਿਨਰ ਰਹੇ ਆ ਧੰਨਵਾਦ ਕਰਦੇ ਹਾਂ ਦੋਨਾਂ ਪਹਿਲਵਾਨ ਵੀਰਾਂ ਦਾ ਜੱਸਾ ਅਤੇ ਪ੍ਰਿਤਪਾਲ ਜੀ ਸਟੇਜ ਦੇ ਲਾਗੇ ਆ ਜਾਣ ਗੱਡੀ ਥੋੜ੍ਹੀ ਜਿਹੀ ਅੱਗੇ ਲੈ ਆਓ ਲਓ ਜੀ ਹੁਣੇ ਹੁਣੇ ਸਾਡੇ ਗੋਪੀ ਜੀ ਇਨਫੋਰਮੇਸ਼ਨ ਦਿੰਦੇ ਆ ਕਿ ਜੱਸਾ ਜੀ ਦੀ ਸੈਕਿੰਡ ਗੱਡੀ ਆ ਰੂਪੋਵਾਲ ਦੇ ਵਿੱਚੋਂ ਦੂਸਰੀ ਗੱਡੀ ਲੈ ਕੇ ਜਾ ਰਿਹਾ ਜੱਸਾ ਜੀ ਧੰਨਵਾਦ ਕਰਦੇ ਹਾਂ ਜੱਸਾ ਜੀ ਦਾ ਬਹੁਤ ਬਹੁਤ ਧੰਨਵਾਦ ਬਿੱਲ ਬਈ ਇਹਦੇ ਵਿੱਚ ਹੀ ਆ ਜੇ ਕੋਈ ਲੋੜ ਪਵੇ ਸਾਡੇ ਬਲਿਆਰ ਜੀ ਦਾ ਨੰਬਰ ਲੈ ਜਾਓ ਉਹ ਨਾਲ ਸੰਪਰਕ ਕਰ ਸਕਦੇ ਹਾਂ ਜਿੱਦਾਂ ਵੀ ਤੁਸੀਂ ਕਹੋਗੇ ਅਸੀਂ ਉਦੋਂ ਹੀ ਤੁਹਾਡੇ ਕੋਲ ਪਹੁੰਚਾਂਗੇ ਜੱਸਾ ਜੀ ਵਧਾਈ ਦੇ ਪਾਤਰ ਆ ਤਿੰਨ ਵਾਰੀ ਸੋਰੀ ਇਹ ਵੀ ਤੀਸਰੀ ਗੱਡੀ ਆ ਰੂਪੋਵਾਲ ਦੇ ਵਿੱਚੋਂ ਤੀਸਰੀ ਬਹੁਤ ਵਧੀਆ ਜੱਸਾ ਜੀ ਦੇ ਹੁਣੇ ਇਸ਼ਾਰੇ ਕਰਕੇ ਦੱਸਿਆ ਕਿ ਮੇਰੀ ਤੀਸਰੀ ਗੱਡੀ ਆ ਧੰਨਵਾਦ ਜੀ ਪ੍ਰਿਤਪਾਲ ਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਬਹੁਤ ਵਧੀਆ ਲੜੇ ਆ ਪ੍ਰਿਤਪਾਲ ਜੀ ਹੁਣ ਹਰ ਵਾ ਛੋਟੀ ਜਿਹੀ ਬਰੇਸ ਵਾ ਆਉਣ ਵਾਲੇ ਸਮੇਂ ਦਾ ਚੈਂਪੀਅਨ ਬਣੂਗਾ ਪ੍ਰਿਤਪਾਲ ਵੀ ਅੱਜ ਜ਼ੋਰ ਦਿਖਾ ਲਤੇ ਆ ਉਹਨੇ ਵੀ ਹੈਲੋ ਹੈਲੋ ਪ੍ਰਿਤਪਾਲ ਜੀ ਪਲੀਜ਼ ਪ੍ਰਿਤਪਾਲ ਵੀ ਸਟੇਜ ਦੇ ਲਾਗੇ ਆ ਜਾਣ ਪ੍ਰਿਤਪਾਲ ਜੀ ਉਹ ਵੀ ਸਟੇਜ ਦੇ ਲਾਗੇ ਆ ਜਾਣ ਹੈਲੋ ਹਰਮੇਲ ਗੁਰਦੀਪ ਗੁਰਦੀਪ ਕੈਸ਼ੀਅਰ ਸਾਹਿਬ ਪਲੀਜ਼ ਸਟੇਜ 'ਤੇ ਮਾੜਾ ਜਿਹਾ ਸੰਪਰਕ ਕਰਨ ਉਹਦਾ ਗੱਲ ਸੁਣ ਮਾੜੀ ਜੀ ਚਲੋ ਜੀ ਠੀਕ ਆ ਬਹੁਤ ਵਧੀਆ ਕੁਸ਼ਤੀ ਹੋਈ ਆ ਅਸੀਂ ਜਿਹੜਾ ਬਈ ਫੈਸਲਾ ਕਰਕੇ ਆਏ ਸੀ ਸਾਡੇ ਢੇਸੀ ਸਾਹਿਬ ਨੇ ਹੁਣੇ ਇਨਫੋਰਮੇਸ਼ਨ ਦਿੱਤੀ ਆ ਕਿ ਜਿਹੜਾ ਪ੍ਰਿਤਪਾਲ ਬਹੁਤ ਵਧੀਆ ਲੜਿਆ ਉਹਨੂੰ 20,000 ਜਿਹੜੀ ਕੁਸ਼ਤੀ ਦੇ ਨਾਲ ਅਸੀਂ ਹੋਰ ਛਿੰਝ ਕਮੇਟੀ ਵੱਲੋਂ ਦੇ ਰਹੇ ਹਾਂ 1,20,000 ਪ੍ਰਿਤਪਾਲ ਨੂੰ ਦੇਵਾਂਗੇ ਛਿੰਝ ਕਮੇਟੀ ਵੱਲੋਂ ਇਸ ਦੇ ਵਿੱਚੋਂ ਕਿਉਂਕਿ ਉਹ ਵੀ ਬਹੁਤ ਵਧੀਆ ਕੁਸ਼ਤੀ ਲੜਿਆ ਅਸੀਂ ਜਿਹੜਾ 1,00,000 ਦੇਣਾ ਸੀ 1,20,000 ਜੱਸੇ ਨੂੰ ਅਸੀਂ ਹੋਰ ਦੇਵਾਂਗੇ ਧੰਨਵਾਦ ਕਰਦੇ ਹਾਂ ਆਹ 10,000 ਰੁਪਈਆ ਮੇਰੇ ਕੋਲ ਹੋਰ ਆ ਜੱਸਾ ਜੀ ਲੈ ਆਇਆ ਸਪੈਸ਼ਲ ਨਾਮ ਪਲੀਜ਼ ਉਹ ਵੀ ਲੈ ਜਾਣ ਲਓ ਜੀ ਇੱਕ ਹੋਰ ਵੱਡੀ ਇਨਫੋਰਮੇਸ਼ਨ ਸਾਡੀ ਕਮੇਟੀ ਬੜੀ ਦਿਆਲੂ ਹੋ ਗਈ ਆ ਕਿ ਇਹ ਤੋਂ ਬਾਅਦ ਸਪੈਸ਼ਲ ਨਾਮ 10,000 ਹੋਰ ਦੋਨਾਂ ਪਹਿਲਵਾਨ ਵੀਰਾਂ ਨੂੰ ਛਿੰਝ ਕਮੇਟੀ ਰੂਪੋਵਾਲ ਵੱਲੋਂ ਦਿੱਤਾ ਜਾਊਗਾ ਦੋਨਾਂ ਪਹਿਲਵਾਨ ਵੀਰਾਂ ਨੂੰ ਅਕਬਰ ਹੁਣਾਂ ਵੱਲੋਂ ਜਿਹਨਾਂ ਨੇ ਗੱਡੀ ਦਿੱਤੀ ਆ ਉਹ ਕਹਿੰਦੇ 10,000 ਹੋਰ ਪਾ ਦਿਓ ਗੱਡੀ ਦੇ ਵਿੱਚ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਦਿਆਲੂ
ਬਹੁਤ ਬਈ ਸਾਡੇ ਕੋਲ ਐਨ ਆਰ ਆਈ ਆਏ ਆ ਜਿਨ੍ਹਾਂ ਨੇ ਵੱਡੇ ਵੱਡੇ ਨਾਮ ਸਾਡੇ ਰੂਪੋਵਾਲ ਦੇ ਛਿੰਝ ਮੇਲੇ ਵਿੱਚ ਦਿੱਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਅਸੀਂ ਇਸੇ ਤਰ੍ਹਾਂ ਜੇ ਐਨ ਆਰ ਆਈ ਦਾ ਸਾਨੂੰ ਹੌਸਲਾ ਰਿਹਾ ਮੇਰਾ ਖਿਆਲ ਹੈ ਵੀ ਅਗਲੇ ਵਾਰ ਆਪਾਂ ਪੱਕੇ ਸਟੇਡੀਅਮ ਵਿੱਚ ਬੈਠ ਕੇ ਹੀ ਕੁਸ਼ਤੀਆਂ ਦੇਖਾਂਗੇ। ਧੰਨਵਾਦ ਕਰਦੇ ਹਾਂ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਾਡਾ ਸਹਿਯੋਗ ਦਿੱਤਾ। ਲੱਗਦਾ ਸਾਨੂੰ ਬਈ ਸਟੇਡੀਅਮ ਕੰਪਲੀਟ ਹੋ ਜਾਊਗਾ। ਨੈਕਸਟ 2020 ਦੇ ਵਿੱਚ ਸਾਡੇ ਮਹਿੰਦਰ ਸਿੰਘ ਜੀ ਸਰਾਣਾ ਉਹ ਗੱਡੀ ਦੇਣਗੇ ਅਤੇ 2021 ਦੇ ਵਿੱਚ ਸਾਡੇ ਸਤਨਾਮ ਸਿੰਘ ਜੀ ਸਰਾਣਾ ਉਹ ਵੀ ਦੇਣਗੇ। ਪ੍ਰਿਤਪਾਲ ਜੀ ਫਗਵਾੜਾ ਪਲੀਜ਼ ਸਟੇਜ ਦੇ ਲਾਗੇ ਆ ਜਾਣ। ਪ੍ਰਿਤਪਾਲ ਜੀ ਫਗਵਾੜਾ ਜੀ ਪਲੀਜ਼ ਉਹ ਵੀ ਸਟੇਜ ਦੇ ਲਾਗੇ ਆ ਗਏ। ਬਹੁਤ ਵਧੀਆ ਪ੍ਰਿਤਪਾਲ ਜੀ ਆਓ ਜੀ। ਪ੍ਰਿਤਪਾਲ ਤੁਸੀਂ ਵੀ ਸਟੇਜ ਤੇ ਲਾਗੇ ਆ ਜਾਓ ਆ ਜਾਓ ਆ ਜਾਓ। ਪ੍ਰਿਤਪਾਲ ਹੈਲੋ ਪ੍ਰਿਤਪਾਲ ਆ ਗਿਆ ਜੀ ਆ ਗਿਆ ਆ ਰਿਹਾ ਆ ਰਿਹਾ। ਪ੍ਰਿਤਪਾਲ ਜੀ ਥੋੜ੍ਹਾ ਜਿਹਾ ਕੋਈ ਆ ਜਾਓ। ਪ੍ਰਿਤਪਾਲ ਜੀ ਸਟੇਜ 'ਤੇ ਲਾਗੇ ਆਓ ਪਲੀਜ਼। ਤੁਹਾਡਾ ਹੌਸਲਾ ਅਫਜਾਈ ਕਰਨਾ ਸਾਡੇ ਢੇਸੀ ਪਰਿਵਾਰ ਵੱਲੋਂ 10,000 ਹੋਰ ਰੁਪਈਆ 20,000 ਸਾਡੀ ਛਿੰਝ ਕਮੇਟੀ ਵੱਲੋਂ ਤੁਹਾਨੂੰ ਵਾਧੂ ਦਿੱਤਾ ਜਾ ਰਿਹਾ। ਹੌਸਲਾ ਅਫਜਾਈ ਦੇ ਲਈ 20,000 ਰੁਪਈਆ ਛਿੰਝ ਕਮੇਟੀ ਵੱਲੋਂ 10,000 ਰੁਪਈਆ ਸਾਡੇ ਢੇਸੀ ਪਰਿਵਾਰ ਉਹ ਦੇ ਰਹੇ ਆ ਅਤੇ ਇਸੇ ਤਰ੍ਹਾਂ ਇੰਜੋਏ ਕਰੋ ਇੰਜੋਏ ਅੱਜ ਖੁਸ਼ੀ ਦਾ ਪਲ ਆ ਇੰਜੋਏ ਕਰੋ। ਹਾਂਜੀ ਹਾਂਜੀ ਲਓ ਜੀ ਜੱਸਾ ਜੀ ਦੇ 10,000 ਰੁਪਈਆ ਮੇਰੇ ਕੋਲ ਆ ਸਟੇਜ ਤੇ ਲੈ ਕੇ। ਬਲਿਆਰ ਜੀ ਇਹ ਵੀ ਦੇ ਆਓ ਆ 10,000 ਰੁਪਈਆ ਜੱਸੇ ਦਾ ਮੇਰੇ ਕੋਲ ਆ ਆ ਬਲਿਆਰ ਜੀ ਲੈ ਜਾਓ। ਜੱਸਾ ਜੀ ਪਲੀਜ਼ ਸਟੇਜ ਤੇ ਆ ਕੇ ਆਪਣਾ 10,000 ਰੁਪਈਆ ਹੋਰ ਆ ਤੁਹਾਡਾ ਸਪੈਸ਼ਲ ਨਾਮ ਆ ਤੁਸੀਂ ਵੀ ਲੈ ਜਾਓ ਆ ਦੇ 10,000 ਰੁਪਈਆ ਆ ਜਾਓ ਆ ਜਾਓ ਆ ਜਾਓ ਆ ਲਓ ਜੀ ਆ ਫੜਾਓ ਜੀ ਆ ਲਓ ਜੀ ਧੰਨਵਾਦ ਬਹੁਤ ਵਧੀਆ। 10,000 ਆ 10,000 ਆ ਦੋ ਦੋ ਇਹ ਤੁਹਾਡਾ ਹੀ ਆ ਤੁਹਾਡਾ ਹੀ ਆ ਸਾਰਾ ਇਹਦਾ ਹੀ ਆ ਸਾਰਾ। ਹਾਂਜੀ ਜੱਸੇ ਦਾ ਆ 10,000 ਬਾਕੀ ਤੁਸੀਂ ਗੱਡੀ ਦਾ ਕਰ ਲੈਣਾ ਹਿਸਾਬ ਕਿਤਾਬ ਸੱਟ ਚਾੜੂ। ਪ੍ਰਿਤਪਾਲ ਜੀ ਆ ਜਾਓ ਲਾ ਦਿਓ ਤਾੜੀਆਂ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਮੁੰਡਾ ਆਓ ਜੀ ਲਓ ਜੀ ਬਹੁਤ ਬੱਲੇ ਬੱਲੇ ਕਰਾਤੀ ਜੱਸੇ ਤੇ ਬਹੁਤ ਵਧੀਆ। ਪ੍ਰਿਤਪਾਲ ਤੇ ਜੱਸਾ ਜੀ ਅਸੀਂ ਦੋਨਾਂ ਪਹਿਲਵਾਨ ਵੀਰਾਂ ਨੂੰ ਬੜਾ ਧੰਨਵਾਦ ਕਰਦੇ ਹਾਂ ਕਿ ਸਟੇਜ ਇਹਨਾਂ ਨੇ ਸਾਡੀ ਛਿੰਝ ਬਣਾਤੀ ਆ ਧੰਨ ਧੰਨ ਕਰਵਾਤੀ ਪ੍ਰਿਤਪਾਲ ਤੇ ਜੱਸਾ ਜੀ ਨੇ। ਧੰਨਵਾਦੀਆਂ ਇਹਨਾਂ ਦੇ ਕੋਚ ਸਾਹਿਬ ਭਾਨਾ ਜੀ ਦਾ ਜਿਨ੍ਹਾਂ ਨੇ ਹਰ ਵਾਰੀ ਸਾਡਾ ਬਹੁਤ ਸਾਥ ਦਿੱਤਾ ਭਾਨਾ ਜੀ ਦਾ ਵੀ ਸਪੈਸ਼ਲ ਧੰਨਵਾਦ ਕਰਦੇ ਹਾਂ। ਇਹਨਾਂ ਦੇ ਡੈਡੀ ਸਾਹਿਬ ਸ਼ਿੰਦਰਪਾਲ ਜੀ ਉਹ ਵੀ ਧੰਨ ਉਹ ਵੀ ਸਾਡੇ ਬਈ ਬੜੇ ਅਜੀਜ਼ ਹੋਇਆ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਜੇ ਮਾੜੀ ਜਿਹੀ ਕਾਲ ਦੇ ਉੱਤੇ ਸਾਡਾ ਇੰਨਾ ਹੌਸਲਾ ਵਧਾਇਆ। ਲਓ ਜੀ ਮਨਜੀਤ ਸਿੰਘ ਜੀ ਢੇਸੀ 10,000 ਦੋਨਾਂ ਪਹਿਲਵਾਨ ਵੀਰਾਂ ਨੂੰ ਖੁਸ਼ ਹੋ ਕੇ ਦੇ ਰਹੇ ਆ ਧੰਨਵਾਦ। ਧੰਨਵਾਦ ਕਰਦੇ ਹਾਂ ਮਨਜੀਤ ਸਿੰਘ ਜੀ ਢੇਸੀ ਸਾਹਿਬ ਸਰ ਜਿਨ੍ਹਾਂ ਨੇ 10,000 ਹੋਰ ਸਪੈਸ਼ਲ ਨਾਮ ਦਿੱਤਾ ਤਾੜੀਆਂ ਲਾ ਦਿਓ। ਬਹੁਤ ਵਧੀਆ ਪਹਿਲਵਾਨ ਆ ਦੋ ਬੜੀ ਕੁਸ਼ਤੀ ਜਿੰਦ ਜਾਨ ਨਾਲ ਲੜੀ ਆ ਨਹੀਂ ਜੀ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਚੈਂਪੀਅਨ। ਬਾਬੂ ਤੇ ਹਰਮਨ
ਬਾਬੂ ਅਤੇ ਹਰਮਨ, ਬਾਬੂ ਅਤੇ ਹਰਮਨ ਉਹ ਵੀ ਆ ਜਾਣ, ਬਾਬੂ ਅਤੇ ਹਰਮਨ 31,000 ਦੀ ਕੁਸ਼ਤੀ ਸੀ ਉਹ ਵੀ ਲੈ ਜਾਣਾ ਆਪਣਾ ਬਣਦਾ ਨਾਮ। ਬਾਬੂ ਹਰਮਨ ਉਹ ਵੀ ਆਪਣਾ ਇਨਾਮ ਲੈ ਜਾਓ ਜਿਹੜੀ 31,000 ਦੀ ਸੀਗੀ।